ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਕੌਮ ਦੇ ਦਰਸ਼ਕੋ, ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ, ਜਿਵੇਂ ਕਿ ਪਹਿਲਾਂ ਵੀ ਸੂਚਿਤ ਕਰ ਚੁੱਕੇ ਹਾਂ ਪਿਛਲੇ ਹਫ਼ਤੇ, ਕਿ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਅਸੀਂ ਲਾਈਵ ਪ੍ਰੋਗਰਾਮ ਜਿਹੜਾ ਕਰਿਆ ਕਰਾਂਗੇ, ਅਤੇ ਜਿਹੜਾ ਕਰੰਟ ਇਸ਼ੂ, ਕਰੰਟ ਮੁੱਦਾ ਹੋਊਗਾ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਸੋ ਅੱਜ ਵੀ ਆਪਾਂ ਜਿਹੜਾ ਪਿਛਲੇ ਤਕਰੀਬਨ 5 ਦਿਨਾਂ ਤੋਂ ਪੰਜਾਬ ਦੀ ਧਰਤੀ ਤੋਂ ਇੱਕ ਜਿਹੜੀ ਖਬਰ ਤਕਰੀਬਨ ਦੁਨੀਆ ਦਾ ਹਰ ਸ਼ਹਿਰ ਦੇ ਵਿੱਚ, ਹਰ ਦੇਸ਼ ਦੇ ਵਿੱਚ ਪਹੁੰਚੀ ਹੋਈ ਆ ਕਿ ਅਮਰਵੀਰ ਸਿੰਘ, ਫਤਿਹਵੀਰ ਸਿੰਘ ਜਿਹੜਾ ਆ ਬੱਚਾ, ਉਹ ਪਿਛਲੇ 5 ਦਿਨ ਤੋਂ ਜਿਹੜਾ ਬੋਰ ਵਾਲਾ ਪਾਈਪ ਹੁੰਦਾ ਉਹਦੇ ਵਿੱਚ ਡਿੱਗਿਆ ਹੋਇਆ, ਅਤੇ ਜਦੋਂ ਜਦ ਉਸ ਦਿਨ ਦੀ ਚੱਲ ਰਹੀ ਆ, ਅਤੇ ਦੁਨੀਆ ਦੇ ਵਿੱਚੋਂ ਕਾਫੀ ਜਿਹੜੇ ਆ ਕਮੈਂਟ ਮੀਡੀਆ ਦੇ ਰਾਹੀਂ ਆ ਰਹੇ ਆ, ਆਪਾਂ ਹਰ ਰੋਜ਼ ਸੋਸ਼ਲ ਮੀਡੀਆ 'ਤੇ ਵੀ ਪੜ੍ਹਦੇ ਹਾਂ ਕਿ ਇੰਨਾ ਲੰਮਾ ਸਮਾਂ ਕਿਉਂ ਲੱਗਾ, ਅਤੇ ਆਪਾਂ ਇਹ ਗੱਲਬਾਤ ਕਰਾਂਗੇ, ਅਤੇ ਤੁਸੀਂ ਵੀ ਇਹਦੇ ਵਿੱਚ ਹਿੱਸਾ ਲੈ ਸਕਦੇ ਹੋ। ਸਕਰੀਨ 'ਤੇ ਨੰਬਰ 2 ਆ ਰਹੇ ਆ, ਜਿਹੜੇ 'ਤੇ ਮਰਜ਼ੀ ਤੁਸੀਂ ਕਾਲ ਵੀ ਕਰ ਸਕਦੇ ਹੋ, ਵਟਸਐਪ ਕਾਲ ਵੀ ਕਰ ਸਕਦੇ ਹੋ, ਅਤੇ ਵੀਡੀਓ ਕਾਲ ਵੀ ਕਰ ਸਕਦੇ ਹੋ। ਅਤੇ ਸੋ ਅੱਜ ਅਸੀਂ ਕੋਸ਼ਿਸ਼ ਕਰਾਂਗੇ, ਜਿੱਦਾਂ ਆਡੀਓ ਜਿਹੜੀ ਕਾਲ ਆ, ਅਤੇ ਜਾਂ ਤੁਸੀਂ ਉੱਦਾਂ ਕਾਲ ਕਰ ਸਕਦੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਜਾਊਗਾ ਸਿਸਟਮ ਕਿ ਅਸੀਂ ਵੀਡੀਓ ਕਾਲ 'ਤੇ ਵੀ ਜਿਹੜਾ ਭਾਗ ਲੈ ਸਕਦੇ ਹਾਂ। ਸੋ ਜਿਵੇਂ ਆਪਾਂ ਜਾਣਦੇ ਹਾਂ ਕਿ ਜਿਹੜਾ ਦੇਸ਼, ਭਾਵੇਂ ਆਪਾਂ ਕਹਿੰਦੇ ਵੀ ਬਹੁਤ ਤਰੱਕੀ ਕਰ ਗਿਆ ਆ, ਅਤੇ ਪਰ ਜਦੋਂ ਆਪਾਂ ਇੱਦਾਂ ਦੀਆਂ ਗੱਲਾਂ ਦੇਖਦੇ ਹਾਂ, ਜਦੋਂ ਕੋਈ ਇੱਦਾਂ ਦੀ ਮੁਸੀਬਤ ਆ ਪੈਂਦੀ ਆ, ਅਤੇ ਚਾਹੇ ਉਹ ਕਿਤੇ ਹੜ੍ਹ ਆ ਜਾਏ, ਅਤੇ ਜਾਂ ਕੋਈ ਹੋਰ ਗੱਲ ਹੋ ਜਾਵੇ, ਕੋਈ ਕੁਦਰਤੀ ਆਫਤ ਆ ਜਾਏ, ਤਾਂ ਕੋਈ ਵੀ ਸਿਸਟਮ ਨਹੀਂ ਹੁੰਦਾ ਕਿ ਉੱਥੇ ਲੋਕਾਂ ਦੀ ਜਿਹੜੀ ਆ ਜਾਨ ਮਾਲ ਦੀ ਰਾਖੀ ਜਿਹੜੀ ਆ ਕੀਤੀ ਜਾਵੇ। ਪਿਛਲੇ ਦਿਨ ਵੀ ਇੱਕ ਘਟਨਾ ਵਾਪਰੀ ਆ, ਮਤਲਬ ਭਾਰਤ ਦੇ ਵਿੱਚ, ਜਿਹੜਾ ਮਤਲਬ ਇੱਕ ਜਿੱਥੇ ਹੋਸਟਲ ਆ, ਜਿੱਥੇ ਬੱਚੇ ਰਹਿੰਦੇ ਆ, ਸਟੂਡੈਂਟ ਰਹਿੰਦੇ ਆ, ਉਹਨੂੰ ਅੱਗ ਲੱਗ ਜਾਂਦੀ ਆ, ਲੇਕਿਨ 4 ਮੰਜ਼ਿਲਾਂ ਤੱਕ ਪੌੜੀ ਨਹੀਂ ਹੈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਸੇਫ ਜਿਹੜਾ ਕੀਤਾ ਜਾ ਸਕੇ, ਬਚਾਇਆ ਜਾ ਸਕੇ। ਅਤੇ ਅੱਜ 5ਵਾਂ ਦਿਨ ਆ, 5 ਦਿਨ ਤਾਂ ਹੋ ਹੀ ਗਏ, ਅੱਜ ਉਹਦਾ ਫਤਿਹਵੀਰ ਦਾ ਜਿਹੜਾ ਜਨਮ ਦਿਨ ਵੀ ਸੀਗਾ, ਅਤੇ ਲੇਕਿਨ ਹਾਲੇ ਤਾਈਂ ਜਿਹੜੀ ਆ ਸਿਸਟਮ ਨੂੰ ਕੋਈ ਵੀ ਪ੍ਰਾਪਤੀ ਨਹੀਂ ਹੋਈ, ਅਤੇ ਇਹਦੇ 'ਤੇ ਗੱਲਬਾਤ ਕਰਾਂਗੇ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਗੱਲਬਾਤ ਕਰਨੀ ਚਾਹੁੰਦੇ ਹੋ, ਟੈਲੀਫੋਨ ਕਰ ਸਕਦੇ ਹੋ। ਅਤੇ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਹਨ ਭਾਈ ਬਘੇਲ ਸਿੰਘ ਜੀ, ਜੋ ਇਸ ਵੇਲੇ ਇਟਲੀ ਦੇ ਵਿੱਚ ਹਨ, ਅਤੇ ਉੱਥੇ ਉਹਨਾਂ ਦੇ ਨਾਲ ਹੋਰ ਵੀ ਕਾਫੀ ਸਿੰਘ ਜਿਹੜੇ ਹਨ ਉਹ ਵੀ ਭਾਗ ਲੈਣਗੇ। ਸੋ ਸਭ ਤੋਂ ਪਹਿਲਾਂ ਭਾਈ ਬਘੇਲ ਸਿੰਘ ਜੀ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਬਘੇਲ ਸਿੰਘ ਜੀ ਠੀਕ ਠਾਕ ਹੋ ਇਟਲੀ ਦੇ ਵਿੱਚ? ਅਤੇ ਕਾਫੀ ਦਿਨਾਂ ਤੋਂ ਤੁਸੀਂ ਆਏ ਹੋਏ ਹੋ ਮੇਰੇ ਖਿਆਲ ਇਟਲੀ ਦੇ ਵਿੱਚ। ਹਾਂਜੀ, ਪਾਤਸ਼ਾਹ ਜੀ ਦੀ ਬਾਣੀ ਬਾਣੇ ਦੇ ਧਾਰਨੀ ਗੁਰਸਿੱਖ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਦੀ ਸ਼ੁੱਧਤਾ ਨੂੰ ਕਾਇਮ ਰੱਖਦਿਆਂ ਹੋਇਆ, ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆ ਸਰਕਾਰਾਂ ਨਾਲ ਲੋਹਾ ਲਿਆ ਹਾਂਜੀ ਕਹਿਣ ਤੋਂ ਭਾਵ ਕਿ 84 ਦੇ ਸਾਰੇ ਸਿੰਘ ਸ਼ਹੀਦ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਕਮਾਂਡ ਦੇ ਹੇਠ, ਬਾਬਾ 18 ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਜਨਰਲ ਸੁਵੇਗ ਸਿੰਘ ਜੀ, ਸਾਰੇ ਸਿੰਘਾਂ ਨੇ ਹਾਂਜੀ ਉਹਨਾਂ ਦੀ ਯਾਦ ਦੇ ਵਿੱਚ ਭਾਈ ਰਘਵੀਰ ਸਿੰਘ ਜੀ ਸ਼ਹੀਦੀ ਦਿਹਾੜਾ ਆਪਾਂ ਕਹਿ ਲਓ ਕਿ ਸ਼ਹੀਦੀ ਯਾਦ ਕਹਿ ਲਓ, ਹਾਂਜੀ ਨਾਲ ਦੀ ਨਾਲ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਸ਼ਹੀਦੀ ਗੁਰੂ ਮੰਨ ਕੇ ਗਿਆ। ਸੋ ਇਹਨਾਂ ਦੋ ਦਿਹਾੜਿਆਂ ਨੂੰ ਮੁੱਖ ਰੱਖ ਕਰਕੇ ਇਟਲੀ ਦੀਆਂ ਸੰਗਤਾਂ ਨੇ ਇੱਥੋਂ ਕਰਮੋਨੇ ਤੋਂ ਹਾਂਜੀ ਸਮਾਗਮ ਰੱਖੇ ਹੋਏ ਸਨ, ਅਤੇ ਦਾਸ ਤੋਂ ਵੀ ਹੁਕਮ ਲੱਗਾ ਸੀ ਅਤੇ 3-4 ਦਿਨ ਦੀ ਸੇਵਾ ਫਿਰ ਇਹਨਾਂ ਸੰਗਤਾਂ ਦੀ ਇੱਥੇ ਕਰਨ ਵਾਸਤੇ ਹਾਜ਼ਰ ਹੋਏ ਸੀ।
ਬਹੁਤ ਬਹੁਤ ਵਧੀਆ ਜਿਹੜਾ ਤੁਸੀਂ ਪ੍ਰਚਾਰ ਵਾਸਤੇ ਦੂਸਰੇ ਦੇਸ਼ਾਂ 'ਚ ਵੀ ਜਾਂਦੇ ਹੋ, ਅਤੇ ਅਸੀਂ ਅੱਜ ਗੱਲ ਮੁੱਦਾ ਜਿਹੜਾ ਆ ਇੱਕ ਨੰਨੀ ਜਾਨ ਆ ਜਿਹੜੀ 2 ਸਾਲ ਦਾ, ਅੱਜ ਉਹਦਾ ਜਨਮ ਦਿਨ ਵੀ ਆ, ਫਤਿਹਵੀਰ ਸਿੰਘ ਜਿਹੜਾ ਇੱਕ ਮਤਲਬ ਜਿੱਦਾਂ ਉੱਥੇ ਆਪਾਂ ਕਹੀਏ ਟੋਏ ਹੁੰਦੇ ਆ ਅਤੇ ਟਿਊਬਵੈੱਲ ਲੱਗੇ ਆ, ਬੋਰ ਹੋਇਆ ਹੁੰਦਾ ਥੱਲੇ ਨੂੰ, ਅਤੇ ਕਰੀਬਨ 120 ਫੁੱਟ ਤੱਕ ਦਾ ਉਹ ਦੱਸਦੇ ਆ ਕਿ ਉਹ ਥੱਲੇ ਬੱਚਾ ਜਿਹੜਾ ਵਿੱਚ ਡਿੱਗ ਪਿਆ, ਅਤੇ ਉਹ ਹਾਲੇ ਤੱਕ ਮਤਲਬ ਜਿਹੜਾ 5 ਦਿਨ ਹੋ ਗਿਆ, ਹਰ ਰੋਜ਼ ਇਹੀ ਖਬਰ ਸੁਣਨ 'ਚ ਆ ਰਹੀ ਆ ਜੀ, ਘੰਟਾ ਕੁ ਹੋਰ ਲੱਗੂਗਾ, 15 ਮਿੰਟਾਂ ਦਾ ਹੀ ਆ ਜਾਊਗਾ, ਜਾਂ ਹੁਣ ਬਸ ਖਬਰ ਆਉਣ ਵਾਲੀ ਆ, ਹੁਣ ਚੰਗੀ ਖਬਰ ਆਉਣ ਵਾਲੀ ਆ, ਇੱਦਾਂ ਹੀ ਕਰਦਿਆਂ ਕਰਦਿਆਂ ਚਲੋ ਪਹਿਲਾਂ ਤਾਂ ਸਟਾਰਟਿੰਗ ਬਹੁਤ ਸਲੋ ਸੀਗੀ ਅਤੇ ਹੁਣ ਹਾਲੇ ਤਾਂ ਵੀ ਕੋਈ ਵੀ ਪ੍ਰਾਪਤੀ ਨਹੀਂ ਹੋਈ। ਤੁਸੀਂ ਕੀ ਸਮਝਦੇ ਆ ਵੀ ਜਿਹੜਾ ਮਤਲਬ ਇਹੋ ਜਿਹੀ ਜਦੋਂ ਕੋਈ ਅਚਾਨਕ ਘਟਨਾ ਜਿਹੜੀ ਵਾਪਰਦੀ ਆ ਅਤੇ ਉਹਦਾ ਹੱਲ, ਮਤਲਬ ਇਹੋ ਜਿਹਾ ਵੱਡਾ ਦੇਸ਼ ਜਿਹੜਾ ਕਹਿੰਦਾ ਜੀ ਅਸੀਂ ਬਹੁਤ ਬੁਲਟ ਟ੍ਰੇਨ ਚਲਾ ਦੇਣੀ ਆ, ਆਹ ਕਰ ਦੇਣਾ ਉਹ ਕਰ ਦੇਣਾ, ਲੇਕਿਨ ਇੱਕ ਜਿਹੜਾ 2 ਸਾਲ ਦਾ ਬੱਚਾ ਉਹਨੂੰ ਕੱਢਣ ਲਈ ਇੰਨਾ ਮਤਲਬ ਸਮਾਂ ਲੱਗ ਰਿਹਾ। ਪਰ ਰਘਵੀਰ ਸਿੰਘ ਜੀ ਦੇਖੋ, ਇਹਦੇ 'ਚ ਜ਼ਿੰਮੇਵਾਰੀ ਜੇ ਆਪਾਂ ਕਹੀਏ ਸਰਕਾਰਾਂ ਦੀ ਜਾਂ ਪ੍ਰਸ਼ਾਸਨ ਦੀ ਆਪਾਂ ਸਿੱਧੇ ਤੌਰ ਦੇ ਉੱਪਰ ਕਹਿੰਦੇ ਹਾਂ, ਹਾਂ, ਪਰ ਉਹਦੇ ਨਾਲ ਸਾਨੂੰ ਆਪ ਵੀ ਧਿਆਨ ਰੱਖਣਾ ਪਵੇਗਾ ਵੀ ਸਾਡੇ ਆਲੇ ਦੁਆਲੇ ਜਿਹੜਾ ਵਰਤਾਰਾ ਕੀ ਵਾਪਰਦਾ। ਹਾਂਜੀ, ਕਿਉਂਕਿ ਜੇ ਉਹ ਕੋਈ ਸਰਕਾਰੀ ਜ਼ਮੀਨ ਹੈ ਹਾਂ, ਤੇ ਸਰਕਾਰੀ ਜ਼ਮੀਨ ਦੇ ਵਿੱਚ ਕੋਈ ਬੋਰ ਸਰਕਾਰ ਵੱਲੋਂ ਕੀਤਾ ਗਿਆ ਜਾਂ ਕਿਸੇ ਪ੍ਰਾਈਵੇਟ ਅਦਾਰੇ ਦਾ ਕੋਈ ਉਹਦੇ ਨਾਲ ਲੈਣ ਦੇਣ ਆ, ਹਾਂਜੀ, ਫਿਰ ਤੇ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ। ਤੇ ਜੇਕਰ ਕਿਸੇ ਦੀ ਨਿੱਜੀ ਜ਼ਮੀਨ ਹੈ ਜਾਂ ਕਿਸੇ ਨੇ ਆਪਣੇ ਉੱਥੋਂ ਹੀ ਕਿਸੇ ਘਰ ਪਰਿਵਾਰ ਨੇ ਇਹ ਕੀਤਾ ਹੋਇਆ, ਤੇ ਫਿਰ ਜ਼ਿੰਮੇਵਾਰੀ ਆਪਾਂ ਕਹਾਂਗੇ ਕਿ ਭਾਈ ਉਹਨਾਂ ਦੀ ਬਣਦੀ ਹੈ ਵੀ ਜਿਨ੍ਹਾਂ ਨੇ ਉੱਥੇ ਇਹ ਬੋਰ ਖੁੱਲ੍ਹਾ ਛੱਡਿਆ ਹੋਇਆ। ਠੀਕ ਹੈ। ਤੇ ਨੰਬਰ 2 ਤੇ ਭਾਈ ਰਘਵੀਰ ਸਿੰਘ ਜੀ, ਮੈਂ ਅੱਜ ਵੀ ਇੱਥੇ ਸਿੰਘਾਂ ਨਾਲ ਵਿਚਾਰ ਕਰ ਰਿਹਾ ਸੀ ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਸ ਵਕਤ ਇਹ ਗੱਲ ਚੱਲ ਰਹੀ ਆ ਹਾਂ ਕਿ ਦੇਖੋ, ਲੱਖਾਂ ਰੁਪਈਆ ਜਿਹੜਾ ਬੋਰ ਕਰਨ ਤੇ ਲਾ ਦਿੱਤਾ ਜਾਂਦਾ ਤੇ ਕੋਈ 200-250-300 ਰੁਪਈਏ ਦਾ ਇੱਕ ਢੱਕਣ ਜਾਂ ਇੱਕ ਕੈਪ ਨਹੀਂ ਉਸ ਪਾਈਪ ਦੇ ਉੱਪਰ ਲਾਇਆ ਜਾਂਦਾ ਵੀ ਜਿਹੜਾ ਕੋਈ ਨਾ ਕੋਈ ਕੋਈ ਇੱਟ ਰੋੜਾ ਹੀ ਸੁੱਟ ਦਿੰਦਾ ਤੇ ਉਹ ਬੋਰ ਦੇ ਵਿੱਚ ਜਿਹੜੀ ਮੁੜ ਕੇ ਕੱਲ ਨੂੰ ਪਰੇਸ਼ਾਨੀ ਆਵੇਗੀ। ਸਾਡੀ ਜਿਹੜੀ ਮਾਨਸਿਕਤਾ ਜੇ ਆਪਾਂ ਕਹਿ ਲਈਏ, ਸਾਡੀ ਜਿਹੜੀ ਸੋਚ ਆ, ਹਾਂਜੀ ਹਾਂਜੀ, ਉਹ ਬਹੁਤ ਪੰਜਾਬ ਦੇ ਵਿੱਚ ਅਸੀਂ ਗੰਭੀਰਤਾ ਨਾਲ ਇਹਨਾਂ ਚੀਜ਼ਾਂ ਨੂੰ ਲੈਂਦੇ ਨਹੀਂ ਹੈ ਤੇ ਜਿਹਦੇ ਕਰਕੇ ਵਾਪਰ ਗਈਆਂ ਤੇ ਬੱਚੇ ਦਾ ਬੋਰ ਦੇ ਵਿੱਚ ਡਿੱਗਣਾ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਠੀਕ ਹੈ। ਪਿਛਲੇ ਸਾਲਾਂ ਦੇ ਵਿੱਚ ਬੜੀਆਂ ਘਟਨਾਵਾਂ ਆਪਾਂ ਨੂੰ ਜਿਹੜੀਆਂ ਉਹ ਦਿਸਦੀਆਂ ਰਹੀਆਂ, ਚਲੋ ਬਹੁਤਾ ਜ਼ਿਆਦਾ ਨਹੀਂ ਵੀ ਮਾਇਆ ਹੈ ਤੇ ਮੈਂ ਪਰਸਨਲ ਮੇਰੀ ਸੋਚ ਹੈ, ਹੋ ਸਕਦਾ ਕਿ ਸ਼ਾਇਦ ਕੋਈ ਸਰੋਤਾ ਇਹਦੇ ਨਾਲ ਸਹਿਮਤ ਨਾ ਵੀ ਹੋਵੇ, ਹਾਂਜੀ, ਪਰ ਮੈਂ ਇਹ ਸੋਚਦਾ ਕਿ ਜਿੰਨੇ ਪੈਸੇ ਉਸ ਬੋਰ ਤੇ ਲਾਏ ਗਏ ਜੀ, ਕੋਈ ਉਹਦੇ ਉੱਪਰ ਕੋਈ ਲੱਕੜ ਦਾ ਫੱਟਾ ਜਾਂ ਕੋਈ ਸੀਮੈਂਟ ਦੀ ਕੋਈ ਸਲੈਬ ਜਾਂ ਕੋਈ ਇਸ ਤਰੀਕੇ ਦਾ ਕੁਛ ਨਾ ਕੁਛ ਰੱਖਿਆ ਜਾ ਸਕਦਾ ਸੀ ਕਿ ਭਾਈ ਰਾਤ ਬਰਾਤੇ ਜਾਂ ਕੋਈ ਵੀ ਉਹਦੇ ਕੁਛ ਡਿੱਗ ਨਾ ਸਕੇ। ਇਹ ਤਾਂ ਬਘੇਲ ਸਿੰਘ ਜੀ, ਜਿੱਦਾਂ ਇਹ ਤਾਂ ਪਹਿਲਾਂ ਆ ਨਾ ਵੀ ਆਪਾਂ ਉਹਦਾ ਮਤਲਬ ਉਹਲੇ ਸੁਚੇਤ ਕਿਉਂ ਨਹੀਂ, ਪਰ ਗੱਲ ਤਾਂ ਹੁਣ ਤਾਂ ਘਟਨਾ ਵਾਪਰ ਚੁੱਕੀ ਆ, ਮਤਲਬ ਵਾਪਰਨ ਤੋਂ ਬਾਅਦ ਵੀ ਜਿਹੜਾ ਮਤਲਬ ਸਿਸਟਮ ਇੰਨਾ ਸਲੋ ਕਿਉਂ? ਸਲੋ ਭਾਈ ਰਘਵੀਰ ਸਿੰਘ ਜੀ, ਪਹਿਲੀ ਤਾਂ ਗੱਲ ਇਹ ਦੇਖੋ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ ਕਿ ਜਦੋਂ ਕਿਸਾਨਾਂ ਦੀਆਂ ਕਣਕਾਂ ਨੂੰ ਅੱਗ ਲੱਗੀ ਆ ਗਰਮੀ ਦੇ ਕਾਰਨ, ਹਾਂਜੀ, ਹਰ ਸਾਲ ਇਹ ਘਟਨਾ ਵਾਪਰਦੀ ਆ। ਠੀਕ ਹੈ। ਜਿਹੜੇ ਮੁੱਢਲੀਆਂ ਸਹਾਇਤਾ ਆ ਜਿਹਨੂੰ ਆਪਾਂ ਫਾਇਰ ਬ੍ਰਿਗੇਡ ਕਹਿ ਲਈਏ ਜਾਂ ਮਨੁੱਖਤਾ ਦੇ ਵਾਸਤੇ ਕੋਈ ਐਂਬੂਲੈਂਸ ਦਾ ਪ੍ਰਬੰਧ ਕਹਿ ਲਈਏ, ਹਾਂਜੀ ਹਾਂਜੀ, ਪਿੰਡਾਂ ਦੇ ਵਿੱਚ ਇਹ ਚੀਜ਼ਾਂ ਆਪਣੇ ਕੋਲ ਮੁਹੱਈਆ ਨਹੀਂ ਹੈਗੀਆਂ ਉੱਥੇ। ਠੀਕ ਹੈ। ਜਿਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿਉਂਕਿ ਜੇਕਰ ਕਿਸੇ ਪਿੰਡ ਜਾਂ ਕਿਸੇ ਨਗਰ 'ਚ ਇਹ ਘਟਨਾ ਵਾਪਰਦੀ ਹੈ ਤਾਂ ਸਾਨੂੰ ਨਾਲ ਲੱਗਦੇ ਸ਼ਹਿਰ 'ਚੋਂ ਜਾਂ ਜ਼ਿਲ੍ਹੇ 'ਚੋਂ ਕੋਈ ਫਾਇਰ ਬ੍ਰਿਗੇਡ ਕੋਈ ਐਂਬੂਲੈਂਸ ਮੰਗਾਉਣੀ ਪੈਂਦੀ ਆ, ਹਾਂ, ਜਿਹਦੇ ਕਰਕੇ ਕਈ ਘੰਟੇ ਦਾ ਸਮਾਂ ਲੱਗ ਜਾਂਦਾ। ਠੀਕ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਫੈਸਿਲਿਟੀ ਜਿਹੜੀ ਆ, ਭਾਵੇਂ ਉਹ ਪ੍ਰਾਈਵੇਟ ਰੂਪ ਦੇ ਵਿੱਚ ਹੋਵੇ ਤੇ ਚਾਹੇ ਸਰਕਾਰਾਂ ਇਸ ਵੱਲ ਧਿਆਨ ਦੇਣ, ਹਰ ਪਿੰਡ ਦੇ ਵਿੱਚ ਸਾਨੂੰ ਇਹ ਮੁੱਢਲੀ ਸਹਾਇਤਾ ਦਾ ਇੰਤਜ਼ਾਮ ਕਰਨਾ ਪੈਣਾ ਕਿ ਜਿੱਥੇ ਕਿਤੇ ਕੋਈ ਘਟਨਾ ਵਾਪਰਦੀ ਹੈ ਘੱਟ ਤੋਂ ਘੱਟ ਜਿਹੜੀ ਆ ਮਿਨੀਮਮ ਏਟ ਆਪਾਂ ਕਹਿਤੀ ਹੈ ਵੀ ਥੋੜੇ ਪੱਧਰ ਦੇ ਉੱਪਰ ਉਪਰਾਲਾ ਜਿਹੜਾ ਉੱਥੋਂ ਹੀ ਹੋ ਜਾਏ। ਠੀਕ ਹੈ। ਤੇ ਦੂਸਰੇ ਪਾਸੇ ਜਿਹੜੇ ਲੋਕ ਉੱਥੇ ਲੱਗੇ ਵੀ ਹੋਏ ਆ, ਚਲੋ ਸਾਰੇ ਲੋਕ ਸੇਵਾ 'ਚ ਲੱਗੇ ਟਰੈਕਟਰ ਟਰਾਲੀਆਂ ਲੈ ਕੇ ਤੇ ਸਾਰਾ ਕੁਝ, ਪਰ ਇੱਕ ਚੀਜ਼ ਹੈ ਕਿ ਜਿਨ੍ਹਾਂ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਹੈ, ਹਾਂ ਹਾਂ, ਉਹ ਲੋਕ ਅੱਗੇ ਹੋ ਕੇ ਕੰਮ ਕਰ ਰਹੇ ਆ ਤੇ ਉਹਦੇ ਕਰਕੇ ਸਮਾਂ ਬਹੁਤ ਜ਼ਿਆਦਾ ਲਾ ਦਿੱਤਾ
ਇੰਨਾ ਸਮਾਂ ਲੱਗਣਾ ਨਹੀਂ ਚਾਹੀਦਾ ਸੀ, ਕਿਸੇ ਟੈਕਨੀਕ ਦੇ ਦੁਆਰਾ ਕਿਸੇ ਤਰੀਕੇ ਦੇ ਨਾਲ ਉਸ ਬੱਚੇ ਨੂੰ ਬਾਹਰ ਕੱਢਿਆ ਜਾਣਾ ਸੀ, ਨਾ ਕਿ ਤੁਸੀਂ ਵੀ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ ਅਤੇ 5 ਦਿਨ ਤੁਸੀਂ ਮਿੱਟੀ ਪੱਟੀ ਜਾ ਰਹੇ ਹੋ ਅਤੇ ਉਹ ਬੱਚਾ ਵਿਚਾਰਾ ਅਜੇ ਤੱਕ ਉੱਥੇ ਉਸੇ ਬੋਰ ਦੇ ਵਿੱਚ ਅਟਕਿਆ ਹੋਇਆ। ਅਤੇ ਇਹ ਕੋਈ ਜੇ ਮੈਂ ਕਹਾਂ ਸਪਸ਼ਟੀਕਰਨ ਨਹੀਂ ਹੈ ਵੀ ਅਸੀਂ ਲੱਗੇ ਹੋਏ ਹਾਂ ਜੀ ਦਿਨ ਦਾ ਹੱਥ, ਅਤੇ ਇਸ ਗੱਲ ਨੂੰ ਜਿਸ ਤਰੀਕੇ ਨਾਲ ਹੈਂਡਲ ਕਰਨਾ ਚਾਹੀਦਾ ਸੀ ਹਾਂਜੀ ਉਸ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਜੀ। ਇਹਦੇ ਇਹੀ ਸਵਾਲ ਹੀ ਸਾਡਾ ਅੱਜ ਦਾ ਇਹ ਆ, ਮੁੱਦਾ ਹੀ ਇਹ ਆ ਵੀ ਜਿੱਦਾਂ ਇੱਕ ਤਾਂ ਚਲੋ ਆਪਾਂ ਪਹਿਲਾਂ ਗੱਲ ਕਰ ਲਈ ਵੀ ਉਹਨਾਂ ਦੀ ਗਲਤੀ ਆ ਜਾਂ ਪਰਿਵਾਰ ਨੇ ਬੱਚੇ ਵੱਲ ਖਿਆਲ ਨਹੀਂ ਰੱਖਿਆ, ਉਹ ਤਾਂ ਗਲਤੀ ਤਾਂ ਹੋ ਗਈ, ਐਕਸੀਡੈਂਟ ਹੋ ਗਿਆ। ਵੀ ਜਦੋਂ ਕੋਈ ਐਕਸੀਡੈਂਟ ਇੱਦਾਂ ਦੀ ਹੋ ਜਾਂਦੀ ਆ ਚੀਜ਼, ਉਸ ਤੋਂ ਬਾਅਦ ਉਹਨੂੰ ਮਤਲਬ ਜੇ ਹੁਣ ਆਪਾਂ ਇੱਧਰਲੇ ਮੁਲਕ ਦੀ ਇੰਗਲੈਂਡ ਦੀ ਗੱਲ ਕਰ ਲਈਏ, ਤੁਸੀਂ ਇਟਲੀ ਦੇ ਵਿੱਚ ਇੱਥੇ ਦੀ ਗੱਲ ਕਰ ਲਈਏ, ਪਿਛਲੇ ਦਿਨ ਚਾਈਨਾ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ ਜਿੱਥੇ ਉਹਨਾਂ ਨੇ 2 ਘੰਟਿਆਂ ਦੇ ਵਿੱਚ ਬੱਚੇ ਨੂੰ ਕੱਢ ਕੇ ਬਾਹਰ ਲੈ ਆਂਦਾ। ਉਹ ਇਹਨੂੰ ਮਤਲਬ ਇਸ ਤਰ੍ਹਾਂ ਦੀ ਘਟਨਾ ਸੀ ਵੀ ਜਿਹੜੇ ਮਤਲਬ ਮੁਲਕਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਮਤਲਬ ਹੈਗੀਆਂ ਆ। ਅਤੇ ਅੱਜ ਹੀ ਮੇਰੇ ਖਿਆਲ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਦੇਖਿਆ, ਇੱਕ ਨੌਜਵਾਨ ਨੇ, ਸਿੱਖ ਨੌਜਵਾਨ ਨੇ ਪਾਇਆ ਵੀ ਉਹਨੇ ਉੱਥੇ ਕੇਰਲਾ ਦੇ ਵਿੱਚ ਉਹਨਾਂ ਨਾਲ ਗੱਲ ਕੀਤੀ ਆ, ਸਿਸਟਮ ਹੈਗਾ ਆ ਪਰ ਮੁਹੱਈਆ ਨਹੀਂ ਕੀਤਾ ਜਾ ਰਿਹਾ, ਅਤੇ ਜਾਂ ਮਤਲਬ ਉਹਦੇ 'ਚ ਸਲੋ ਬਹੁਤ ਆ, ਮਤਲਬ ਉਹਦੇ 'ਚ ਸਿਸਟਮ ਦੇ ਵਿੱਚ ਜਿੱਦਾਂ ਕੋਈ ਤਾਲਮੇਲ ਹੀ ਹੈ ਨਹੀਂਗਾ ਜਿੱਦਾਂ ਵੀ ਉਹਨੂੰ ਕਿੱਦਾਂ ਕਰਨਾ। ਇਹ ਤਾਂ ਭਾਈ ਰਘਵੀਰ ਸਿੰਘ ਜੀ ਪਹਿਲੇ ਦਿਨ ਤੋਂ ਦੇਖੋ ਇਹ ਗੱਲ ਰਹੀ ਆ, ਹੁਣ ਤੁਸੀਂ ਦੇਖੋ ਵੀ ਕੋਈ ਵੀ ਕੰਮ ਕਰਨਾ ਤੁਹਾਨੂੰ ਉੱਥੇ ਇੱਕ ਡਿਪਾਰਟਮੈਂਟ ਹੈਂਡਲ ਨਹੀਂ ਕਰ ਸਕਦਾ। ਹਾਂਜੀ ਤੁਸੀਂ ਕਹੋਗੇ ਜੀ ਸਾਨੂੰ ਜੇ ਕਿਤੇ ਜਾਣਾ ਆਉਣਾ ਆ ਤਾਂ ਤੁਹਾਨੂੰ ਜਿਹੜਾ ਆ ਆਉਣ ਜਾਣ ਵਾਲਾ ਵਿਭਾਗ ਜਿਹੜਾ ਟਰਾਂਸਪੋਰਟ ਮਹਿਕਮਾ ਉਹਦੇ ਤੋਂ ਮਨਜ਼ੂਰੀ ਲੈਣੀ ਪਊ। ਠੀਕ ਹੈ, ਜੇਕਰ ਤੁਸੀਂ ਕੋਈ ਉਹੋ ਜਿਹੀ ਵਸਤੂ ਵਰਤਣੀ ਆ ਜਿਹੜੀ ਉਸ ਮਹਿਕਮੇ ਨਾਲ ਸੰਬੰਧ ਰਿਹਾ ਤੁਹਾਨੂੰ ਉਹਨਾਂ ਤੋਂ ਮਨਜ਼ੂਰੀ ਲੈਣੀ ਪਊ, ਡੀਸੀ ਨੂੰ ਪੁੱਛਣਾ ਪਊ, ਇਹਨੂੰ ਪੁੱਛਣਾ ਪਊ। ਕਹਿਣ ਤੋਂ ਭਾਵ ਹੈ ਕਿ ਤੁਹਾਨੂੰ ਉੱਥੇ ਕਾਗਜ਼ੀ ਕਾਰਵਾਈ ਇੰਨੀ ਕੁ ਕਰਨੀ ਪੈ ਜੂਗੀ ਕਿ ਬੰਦਾ ਜਾਂ ਤਾਂ ਪਰੇਸ਼ਾਨ ਹੋ ਕੇ ਛੱਡ ਦੇ ਹਾਂਜੀ ਜਾਂ ਫਿਰ ਜਿਹੜਾ ਉਹ ਸਮਾਂ ਖੁੰਝ ਜਾਏ। ਹਾਂਜੀ ਇਹਨਾਂ ਮੁਲਕਾਂ ਦਾ ਆਪਾਂ ਉਹਨਾਂ ਨਾਲ ਕੰਪੇਅਰ ਜਿਹੜਾ ਕੰਪੈਰੀਜ਼ਨ ਕਰ ਨਹੀਂ ਸਕਦੇ। ਇੱਥੇ ਤੁਸੀਂ ਦੇਖੋ ਸਾਨੂੰ ਕੋਈ ਵੀ ਮੁਸ਼ਕਲ ਆਉਂਦੀ ਆ ਅਸੀਂ 999 ਡਾਇਲ ਕਰਦੇ ਹਾਂ, ਹਾਂਜੀ ਸਾਡੀ ਕਾਲ ਸਿੱਧੇ ਰੂਪ ਦੇ ਵਿੱਚ ਡੀਲ ਕੀਤੀ ਜਾਂਦੀ ਵੀ ਤੁਹਾਨੂੰ ਪੁਲਿਸ ਦੇ ਨਾਲ ਰਾਬਤਾ ਕਰਨਾ, ਐਂਬੂਲੈਂਸ ਚਾਹੀਦੀ ਹੈ, ਫਾਇਰ ਬ੍ਰਿਗੇਡ ਚਾਹੀਦੀ ਹੈ। ਹਾਂਜੀ ਹਾਂਜੀ ਠੀਕ ਹੈ ਜੀ। ਅਤੇ ਉਹ ਲੋਕ ਸਿੱਧਾ ਸਿੱਧਾ ਪੁੱਛਦੇ ਨੇ ਵੀ ਕਿਹੜੀ ਤੁਹਾਨੂੰ ਜਿਹੜੀ ਸੇਵਾ ਦੀ ਜ਼ਰੂਰਤ ਆ, ਅਤੇ ਸਿੱਧਾ ਹੀ ਉਹ ਤੁਹਾਡਾ ਜਿਹੜਾ ਫੋਨ ਤੋਂ ਡਿਟੈਕਟ ਕਰ ਲੈਂਦੇ ਵੀ ਬੰਦਾ ਕਿੱਥੇ ਬੋਲ ਰਿਹਾ, ਉਸੇ ਵਕਤ ਤੋਂ ਪਹੁੰਚ ਜਾਂਦੇ ਆ। ਠੀਕ ਪਰ ਹੁਣ ਸਾਡੇ ਦੇ ਉੱਥੇ ਸਿਸਟਮ ਹਜੇ ਇੰਨਾ ਡਿਵੈਲਪ ਨਹੀਂ ਹੋਇਆ, ਪਹਿਲਾਂ ਪੁੱਛਣਗੇ ਕੌਣ ਬੋਲਦੇ ਆ, ਕਿੱਥੋਂ ਬੋਲਦੇ ਆ, ਪਿੰਡ ਕਿਹੜਾ ਤੁਹਾਡਾ, ਸ਼ਹਿਰ ਕਿਹੜਾ ਤੁਹਾਡਾ, ਜ਼ਿਲ੍ਹਾ ਕਿਹੜਾ। ਪਹਿਲਾਂ ਤਾਂ ਫੋਨ ਹੀ ਨਹੀਂ ਚੱਕਦੇ, ਫੋਨ ਲੱਗਦੇ ਹੀ ਨਹੀਂਗੇ। ਹਾਂਜੀ ਬਹੁਤ ਜ਼ਿਆਦਾ ਸਲੋ ਪ੍ਰੋਸੈਸ ਆ ਜੀ। ਅਤੇ ਬਾਕੀ ਮੈਂ ਤੁਹਾਨੂੰ ਦੱਸਾਂਗਾ, ਚਲੋ ਹਰ ਇੱਕ ਇਨਸਾਨ ਦੀ ਭਾਵਨਾ ਹੁੰਦੀ ਆ, ਹਾਂਜੀ ਉੱਥੋਂ ਦੇ ਲੋਕਾਂ 'ਚ ਜਜ਼ਬਾ ਬਹੁਤ ਆ। ਠੀਕ ਹੈ, ਅਸੀਂ ਕੰਮ ਕਰੀਏ ਜਾਂ ਕੋਈ ਵੀ ਘਟਨਾ ਵਾਪਰਦੀ ਆ, ਲੋਕ ਬਹੁਤ ਜਲਦੀ ਇਕੱਠੇ ਹੋ ਜਾਂਦੇ ਆ ਵੀ ਅਸੀਂ ਕੋਈ ਮਦਦ ਕਰ ਸਕੀਏ। ਹਾਂ ਹਾਂ, ਪਰ ਸਾਡੇ ਲੋਕਾਂ 'ਚ ਹਜੇ ਜੇ ਮੈਂ ਕਹਾਂ ਕਿ ਜਾਣਕਾਰੀ ਨਹੀਂ ਹੈ ਵੀ ਕਿਹੜੇ ਕੰਮ ਨੂੰ ਮੈਂ ਕਰ ਸਕਦਾ ਜਾਂ ਕਿਹੜਾ ਕੰਮ ਮੇਰੇ ਕਰਨ ਦੇ ਲਾਇਕ ਨਹੀਂ। ਠੀਕ ਹੈ, ਬਿਨਾਂ ਸੋਚੇ ਫਟਾਫਟ ਆਪਣਾ ਹੱਥ ਪਾ ਲਈਦਾ, ਤੇ ਜਦੋਂ ਕੰਮ ਨਹੀਂ ਸਿਰੇ ਲੱਗਦਾ ਹਾਂਜੀ ਫਿਰ ਅਸੀਂ ਸੋਚਦੇ ਵੀ ਹੁਣ ਕਿਸੇ ਹੋਰ ਨੂੰ ਬੁਲਾਇਆ ਜਾਵੇ। ਤੇ ਇਹੀ ਗੱਲ ਉੱਥੇ ਤੁਸੀਂ ਆਪ ਦੇਖੀ ਆ, ਆਮ ਲੋਕ ਲੱਗੇ ਹੋਏ ਆ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਟੈਕਨੀਕ ਦਾ ਪਤਾ ਨਹੀਂ ਹੈ, ਤੇ ਜਿਸ ਤਰੀਕੇ ਦੇ ਨਾਲ ਉੱਥੇ ਕੰਮ ਕੀਤਾ ਜਾ ਰਿਹਾ, ਹੁਣ ਤੁਸੀਂ ਦੇਖੋਗੇ ਇੰਨੇ ਦਿਨ ਲਾ ਕੇ ਤੇ ਉੱਥੇ ਮਿੱਟੀ ਪੱਟਣੀ ਸ਼ੁਰੂ ਕਰ ਦਿੱਤੀ। ਬਹੁਤ ਤਰੀਕੇ ਸੀਗੇ, ਕੋਈ ਵੱਡਾ ਬੋਰ ਉਸ ਬੋਰ ਦੇ ਉੱਪਰ ਕੀਤਾ ਜਾ ਸਕਦਾ ਸੀਗਾ, ਉਸ ਬੋਰ ਨੂੰ ਜਿਸ ਤਰ੍ਹਾਂ ਬੱਚਾ ਤੁਸੀਂ ਦੇਖ ਰਹੇ ਹੋ ਕਿ ਥੱਲੇ ਫਿਲਟਰ ਲੱਗਾ ਹੋਇਆ, ਬੱਚਾ ਥੱਲੇ ਨਹੀਂ ਜਾ ਸਕਦਾ ਜੀ ਉਸ ਤੋਂ ਅੱਗੇ। ਉਹ ਪੈਪ ਹੀ ਜਿਹੜਾ ਸਾਰਾ ਪਾਰ ਹੀ ਪੈਪ ਹੀ, ਮੈਂ ਆਹੀ ਗੱਲ ਕਰਨ ਲੱਗਿਆ ਵੀ ਉਹ ਪੈਪ ਹੀ ਕੱਢ ਕੇ ਬਾਹਰ ਨਿਕਲ ਸਕਦਾ ਸੀ ਕਿ ਨਹੀਂ ਨਿਕਲ ਸਕਦਾ ਸੀ। ਉਹ ਬਿਲਕੁਲ ਕੱਢਿਆ ਜਾ ਸਕਦਾ ਜੀ ਭਾਈ ਰਘਵੀਰ ਸਿੰਘ ਜੀ, ਪਰ ਗੱਲ ਇਹ ਆ ਨਾ ਕਿ ਸਾਡੇ ਲੋਕ ਉੱਥੇ ਇਸ ਚੀਜ਼ ਨੂੰ ਸਮਝ ਨਹੀਂ ਰਹੇ ਕਿ ਭਾਈ ਅਸੀਂ ਇਹ ਕਿਹੜਾ ਕੰਮ ਹੈ, ਕਿੰਨੇ ਤਰੀਕੇ ਨਾਲ ਕਰਨਾ। ਸਭ ਤੋਂ ਮੁੱਢਲੀ ਚੀਜ਼ ਤੁਸੀਂ ਦੇਖੋ ਜੀ, ਹਰ ਇੱਕ ਇਨਸਾਨ ਨੂੰ ਜੀਣ ਵਾਸਤੇ ਆਕਸੀਜਨ ਦੀ ਜ਼ਰੂਰਤ ਹੈ। ਹਾਂ, 5 ਦਿਨ ਲਾ ਕਰਕੇ ਹਜੇ ਤੱਕ ਵੀ ਮੈਨੂੰ ਪਤਾ ਨਹੀਂ ਵੀ ਉੱਥੇ ਪਹੁੰਚੇ ਕਿ ਨਹੀਂ ਪਹੁੰਚੇ। ਸਭ ਤੋਂ ਪਹਿਲਾਂ ਤਾਂ ਕੰਮ ਇਹ ਹੋਣਾ ਚਾਹੀਦਾ ਸੀ ਕਿ ਉਸ ਬੋਰ ਦੇ ਵਿੱਚ ਆਕਸੀਜਨ ਦਾ ਪਾਈਪ ਥੱਲੇ ਸੁੱਟਿਆ ਜਾਂਦਾ ਵੀ ਜਿਹੜਾ ਬੱਚੇ ਨੂੰ ਸਾਹ ਦੀ ਪ੍ਰੋਬਲਮ ਨਾ ਆਵੇ। ਉਹ ਤਾਂ ਕਹਿੰਦੇ ਕਰ ਚੁੱਕੇ ਆ, ਪਰ ਆਕਸੀਜਨ ਪਰ ਹਾਲੇ ਵਿੱਚ ਕਈ ਇਹ ਵੀ ਕਹੀ ਜਾਂਦੇ ਪਤਾ ਨਹੀਂ ਬੱਚਾ ਵਿੱਚ ਹੈਗਾ ਵੀ ਆ ਕਿ ਨਹੀਂ ਹੈ, ਹੁਣ ਇਹ ਵੀ ਅੱਜ ਦੀਆਂ ਇਹ ਵੀ ਖਬਰ।
ਕੁ ਦੱਸ ਸਕਦੇ ਜੀ ਉੱਥੋਂ ਦੀ ਗਰਾਊਂਡ ਰਿਐਲਿਟੀ ਕੀ ਆ? ਕਿਉਂਕਿ ਜੇ ਅਸੀਂ ਤਾਂ ਖਬਰਾਂ ਦੇ ਹਿਸਾਬ ਨਾਲ ਦੱਸ ਸਕਦੇ ਹਾਂ ਵੀ ਤਸਵੀਰਾਂ ਵੀ ਆਈਆਂ ਸੀਗੀਆਂ ਬੱਚੇ ਦੇ ਹੱਥ ਉੱਪਰ ਦਿਖਾਈ ਦੇ ਰਿਹਾ ਆ, ਹਾਂਜੀ ਹਾਂਜੀ, ਹੁਣ ਰੱਬ ਜਾਣਦਾ ਜੀ ਉਹ ਸੱਚ ਹੈ ਜਾਂ ਝੂਠ ਹੈ, ਤੇ ਜੇ ਹਜੇ ਤੱਕ ਲੋਕੇਟ ਹੀ ਨਹੀਂ ਕਰ ਸਕੇ ਵੀ ਬੱਚਾ ਹੈਗਾ ਜਾਂ ਨਹੀਂ ਹੈਗਾ, ਤੇ ਫਿਰ ਇਹ ਉਦੋਂ ਵੀ ਵੱਡੀ ਨਲਾਇਕੀ ਆ। ਅੱਜ ਕੱਲ੍ਹ ਤਾਂ ਤੁਸੀਂ ਦੇਖੋ ਸਾਰਿਆਂ ਦੇ ਕੋਲ ਹੱਥ 'ਚ ਫੋਨ ਫੜੇ ਹੋਏ ਨੇ, ਤੇ ਜੇਕਰ ਤੁਸੀਂ ਚਾਹੋ ਤਾਂ ਕਿਸੇ ਤਰੀਕੇ ਦੇ ਨਾਲ, ਵੈਸੇ ਤਾਂ ਕੈਮਰੇ ਮੌਜੂਦ ਨੇ, ਤੁਸੀਂ ਫੋਨ ਨੂੰ ਵੀ ਜਿਹੜਾ ਆ ਕਿਸੇ ਚੀਜ਼ ਦੇ ਨਾਲ ਅਟੈਚ ਕਰਕੇ ਤੇ ਕੈਮਰਾ ਔਨ ਕਰਕੇ ਥੱਲੇ ਲਾਈਟ ਔਨ ਕਰਕੇ ਭੇਜ ਸਕਦੇ ਹੋ ਕਿ ਜਿਹੜਾ ਥੱਲੇ ਦਾ ਜਾਇਜ਼ਾ ਲਿਆ ਜਾ ਸਕੇ ਕਿ ਵਿੱਚ ਕੁਛ ਹੈ ਕਿ ਨਹੀਂ। ਭਾਈ ਬਘੇਲ ਸਿੰਘ ਜੀ, ਜਿੱਦਾਂ ਚਲੋ ਬਹੁਤ ਵਧੀਆ, ਤੁਸੀਂ ਇੱਥੇ ਮੈਨੂੰ ਪਤਾ ਲੱਗਾ ਵੀ ਸਿੰਘ ਕਾਫੀ 5-7 ਇਕੱਠੇ ਹੋਏ ਵਾ, ਅਤੇ ਮੈਂ ਚਾਹੁੰਦਾ ਵੀ ਆਪਾਂ ਕਿਉਂਕਿ ਇੱਕ ਇਟਲੀ ਦੇ ਸਿੰਘਾਂ ਦੇ ਨਾਲ ਸਾਰਿਆਂ ਦਾ ਇਹਨਾਂ ਨਾਲ ਗੱਲਬਾਤ ਵੀ ਹੋ ਜਾਵੇ, ਅਤੇ ਆਵਾਜ਼ ਕੌਮ ਦੇ ਸਾਡੇ ਵੀ ਚੰਗੇ ਭਾਗ ਹੋਣਗੇ ਕਿ ਸਾਰਿਆਂ ਨਾਲ ਗੱਲ ਹੋ ਸਕੇ, ਅਤੇ ਅੱਗੇ ਕਰਾਓ ਕਿਹਦੇ ਨਾਲ ਗੱਲ ਕਰਾਉਣੀ ਤੁਸੀਂ ਹੋਰ? ਹਾਂਜੀ, ਮੈਂ ਤੁਹਾਨੂੰ ਪ੍ਰਗਟ ਸਿੰਘ ਜੀ ਇੱਥੇ ਮੇਰੇ ਕੋਲ ਹਾਜ਼ਰ ਨੇ ਜੀ, ਉਹਨਾਂ ਦੇ ਨਾਲ ਮੈਂ ਤੁਹਾਨੂੰ ਗੱਲ ਕਰਾਉਣਾ। ਅੱਛਾ ਜੀ, ਇਟਲੀ ਤੋਂ ਇੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਆ, ਅਤੇ ਬਾਕੀ ਸਾਰੇ ਸਿੰਘਾਂ ਦੇ ਨਾਲ ਆਪ ਜੀ ਤੁਹਾਨੂੰ ਅੱਗੇ ਦੀ ਅੱਗੇ ਗੱਲ ਕਰਾ ਦੇਣਗੇ। ਠੀਕ ਹੈ ਜੀ, ਅਤੇ ਦਰਸ਼ਕੋ ਅਸੀਂ ਭਾਈ ਬਘੇਲ ਸਿੰਘ ਜੀ ਨਾਲ ਗੱਲਬਾਤ ਕੀਤੀ ਆ, ਅਤੇ ਹੁਣ ਪ੍ਰਗਟ ਸਿੰਘ ਜੀ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਇਟਲੀ ਦੇ ਪ੍ਰਧਾਨ ਵੀ ਹਨ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਰੇ ਮੋਨਾ ਜਿਹੜਾ ਉੱਥੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹਾਂਜੀ ਕਾਦਲ ਮਰਾਨੋ ਨਾਮ ਬਹੁਤ ਹੋਰ ਤਰ੍ਹਾਂ ਦੇ ਆ ਭਾਈ ਪ੍ਰਗਟ ਸਿੰਘ ਜੀ, ਅਤੇ ਸਭ ਤੋਂ ਪਹਿਲਾਂ ਜੀ ਆਇਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਅਤੇ ਜਿੱਥੇ ਤੁਸੀਂ ਹਾਂਜੀ ਤੁਸੀਂ ਗੱਲਬਾਤ ਕਰ ਰਹੇ ਹਾਂ, ਅਸੀਂ ਉੱਥੇ ਇੱਕ ਛੋਟੇ ਬੱਚੇ ਦਾ ਜਿਹਦਾ ਅੱਜ ਜਨਮ ਦਿਨ ਵੀ ਸੀ ਫਤਿਹ ਵੀਰ, ਉਹਨੂੰ 5 ਦਿਨ ਹੋ ਗਏ ਉੱਥੇ ਬੋਰ ਦੇ ਵਿੱਚ ਡਿੱਗਿਆ ਹੋਇਆ, ਅਤੇ ਦੁਨੀਆ ਦੇ ਵਿੱਚ ਕੋਈ ਮੇਰੇ ਖਿਆਲ ਟੈਲੀਵਿਜ਼ਨ ਜਾਂ ਕੋਈ ਇਹੋ ਜਿਹਾ ਹੋਣਾ ਨਹੀਂ ਗਾ ਮੀਡੀਆ ਜਿਹਦੇ ਵਿੱਚ ਉਹਦੀ ਖਬਰ ਨਹੀਂ ਆ ਰਹੀ, ਅਤੇ ਅਸੀਂ ਵੀ ਸੋਚਿਆ ਵੀ ਅਸੀਂ ਵੀ ਇਹ ਮੁੱਦੇ ਨੂੰ ਅੱਜ ਵਿਚਾਰੀਏ, ਅਤੇ ਅਸੀਂ ਤੁਹਾਡੇ ਵੀ ਵਿਚਾਰ ਲੈਣਾ ਚਾਹੁੰਦੇ ਹਾਂ ਵੀ ਅੱਜ 5 ਦਿਨ ਬਾਅਦ ਵੀ ਗੱਲ ਉੱਥੇ ਦੀ ਉੱਥੇ ਹੀ ਆ, ਹਲੇ ਤਾਂ ਮਤਲਬ ਕੋਈ ਪ੍ਰਾਪਤੀ ਨਹੀਂ ਹੋਈ, ਕੀ ਕਹਿਣਾ ਚਾਹੋਗੇ? ਗੱਲ ਇਸ ਤਰ੍ਹਾਂ ਜੀ, ਮੈਨੂੰ ਸਭ ਤੋਂ ਪਹਿਲਾਂ ਧੰਨਵਾਦ ਆਪ ਜੀ ਦਾ, ਜੋ ਚਲੋ ਇਸ ਉਪਰਾਲੇ ਨੂੰ ਕੀਤਾ ਵੀ ਚਲੋ ਉਹ ਬੱਚੇ ਦੀ ਆਵਾਜ਼ ਇਹਨਾਂ ਸਰਕਾਰਾਂ ਤੱਕ ਬੋਲੀ ਨਾ ਕੇ ਪਹੁੰਚੂਗੀ। ਹਾਂਜੀ ਹਾਂਜੀ, ਦੇਖੋ 5 ਦਿਨ ਇੱਡੀ ਵੱਡੀ ਘਟਨਾ ਵਾਪਰੀ ਹੋਵੇ, ਮਾਸੂਮ ਬੱਚਾ ਹੋਵੇ, ਹਾਂਜੀ, ਤੇ ਮਤਲਬ ਸਰਕਾਰ ਨੂੰ ਇਹ ਗੱਲ ਦੀ ਚਿੰਤਾ ਕੋਈ ਨੀ। ਹਾਂਜੀ, ਵੋਟਾਂ ਨਾ ਨੀ ਆਉਣ ਦੇ ਕਰਦੇ ਆ, ਹਾਂਜੀ, ਜੇ ਉਦਾਂ ਦੇ ਸੇਵਾ ਕਰਦੇ ਆ ਤੇ ਕਾਹਦੀ ਸੇਵਾ? ਇੱਕ ਮਾਸੂਮ ਬੱਚਾ ਦਮ ਘੁੱਟ ਕੇ ਮਤਲਬ ਪੂਰਾ ਆਜੂਗਾ, ਜਿਹਨਾਂ ਮਹਾਰਾਜ ਇਹੋ ਜਿਹਾ ਕੰਮ ਨਾ ਹੋਵੇ। ਹਾਂਜੀ ਹਾਂਜੀ, ਜੇ ਇੰਨੀ ਵੱਡੀ ਨਕੈਲੀ ਆ ਤੇ ਕੀ ਕਰੂ ਬੰਦਾ, ਥੱਲੇ ਕੁਝ ਖਾਣ ਨੂੰ ਨੀ ਮਿਲ ਰਿਹਾ, ਕੁਝ ਉਹਨੂੰ ਆਕਸੀਜਨ ਨੀ ਮਿਲਣੀ ਥੱਲੇ ਬੱਚੇ ਨੂੰ, ਹਾਂਜੀ ਹਾਂਜੀ। ਪ੍ਰਗਟ ਸਿੰਘ ਜੀ, ਜਿੱਦਾਂ ਹੁਣ ਅਣਗਹਿਲੀ, ਜਿੱਦਾਂ ਤੁਸੀਂ ਕਿਹਦੀ ਅਣਗਹਿਲੀ ਸਮਝਦੇ ਆ, ਪਰਿਵਾਰ ਦੀ ਅਣਗਹਿਲੀ, ਲੋਕਾਂ ਦੀ ਅਣਗਹਿਲੀ, ਜਾਂ ਜਿਹੜੇ ਇਲਾਕੇ ਦੇ ਮਤਲਬ ਮੋਹਤਬਾਰ ਆ, ਚਾਹੇ ਉਹ MLA ਆ ਚਾਹੇ MP ਆ, ਤੇ ਜਾਂ ਜਿਹੜਾ ਸਿਸਟਮ ਆ ਜਿਹੜਾ ਮਤਲਬ ਪ੍ਰਬੰਧ ਹੀ ਨਹੀਂ ਕਰ ਸਕਿਆ, ਵੀ ਉੱਥੇ ਕੀ ਕਰਨਾ ਚਾਹੀਦਾ? ਇਹ 'ਚ ਸਭ ਤੋਂ ਪਹਿਲਾਂ ਤਾਂ ਇਹ ਗੱਲ ਆ ਜੀ, ਵੇਖੋ ਜੀ, ਬੱਚਿਆਂ ਦੀ ਬਹੁਤ ਕੇਅਰ ਕਰਨੀ ਚਾਹੀਦੀ ਸਾਨੂੰ, ਹਾਂ, ਹਰ ਇੱਕ ਮਾਂ ਪਿਓ ਨੂੰ, ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ, ਠੀਕ ਹੈ, ਜਿਹੜਾ ਇੱਦਾਂ ਦੇ ਕੰਮ ਉਹਨੂੰ ਪਹਿਲਾਂ ਉਹਨੂੰ ਟੱਕੋ ਢੱਕ ਕੇ ਰੱਖਣ, ਉਸ ਬੋਰ ਨੂੰ ਉਹਦੇ ਨਿਗਾਹ ਵੀ ਛੋਟੇ ਬੱਚੇ ਖੇਡਦੇ ਆ ਆ ਜਾਣਗੇ, ਹਾਂਜੀ, ਪਰ ਅਸੀਂ ਲਾਪਰਵਾਹੀਆਂ ਦੇ ਕਾਰਨ ਇਹ ਐਕਸੀਡੈਂਟ ਹੁੰਦੇ ਸਾਡੇ, ਹਾਂਜੀ ਠੀਕ ਹੈ, ਜਿਹੜੀ ਗੱਲ। ਦੂਜੀ ਗੱਲ ਆ ਜਾਂਦੀ ਹੈ, ਚਲੋ ਜੇ ਘਟਨਾ ਵਾਪਰ ਜਾਂਦੀ ਆ ਅਚਨਚੇਤ, ਹਾਂਜੀ, ਅਚਨਚੇਤ ਹੀ ਕਿਸੇ ਨੇ ਜੀਤ ਕਰਦਾ ਨਹੀਂ ਵੀ ਜੇ ਬੱਚਾ ਕੋਈ ਇੱਦਾਂ ਜਾਵੇ, ਹੈ ਨਾ, ਠੀਕ ਹੈ, ਪਰ ਦੂਜੇ ਨੰਬਰ 'ਤੇ ਗੱਲ ਆ ਜਾਂਦੀ ਸਰਕਾਰ ਦੀ, ਹਾਂ ਹਾਂ, ਲੀਡਰਾਂ ਦੀ, ਠੀਕ, ਪੁਲਿਸ ਦੀ, ਪ੍ਰਸ਼ਾਸਨ ਦੀ, ਕੋਈ ਕੰਧ ਜੂੰ ਸਰਕਦੀ ਨਹੀਂ, ਹਾਂਜੀ, ਹਾਂ, ਪਤਾ ਨਹੀਂ ਕਿ ਇੰਨੇ ਵੇਖੋ ਸਿੰਘਾਂ ਨੇ ਫੋਨ ਲਾਏ ਆ, ਬਾਹਰੋਂ ਫੋਨ ਜਾ ਰਹੇ ਆ, ਉੱਥੇ ਵੀ ਕਰ ਰਹੇ ਆ, ਕਰ ਰਹੇ ਆ ਉਪਰਾਲਾ, ਪਰ ਸੁਣਦੇ ਕੋਈ ਨਹੀਂ, ਕੋਈ ਸੁਣਵਾਈ ਨਹੀਂ ਕਿਤੇ, ਹਾਂਜੀ, ਨਹੀਂ ਉਹਨਾਂ ਨੇ ਤੇ ਉੱਥੋਂ ਤਾਂ ਜਿੱਦਾਂ ਸੈਲਫੀਆਂ ਖਿੱਚ ਖਿੱਚ ਕੇ ਪਾ ਰਹੇ ਆ, ਦੰਦ ਕੱਢਣ ਰਹੇ ਆ, ਜਿੱਦਾਂ ਲੋਕਾਂ ਨੂੰ ਕੋਈ
ਜਿੱਦਾਂ ਹੈ ਹੀ ਨੀਗਾ ਵੀ ਅਸੀਂ ਇੱਥੇ ਮਤਲਬ ਇੱਕ ਕਿਸੇ ਦੇ ਮਤਲਬ ਜਿਹੜਾ ਪਰਿਵਾਰ ਦਾ ਬੱਚਾ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਉਹ ਤੇ ਜੀ ਇੱਕ ਫਾਰਮੈਲਿਟੀ ਪੂਰੀ ਹੋ ਰਹੀ ਹੈ, ਫਾਰਮੈਲਿਟੀ ਹੈ ਨਾ। ਹਾਂ ਦੇਖੋ ਫਾਰਮੈਲਿਟੀ ਪੂਰੀ, ਉਹ ਜਿਹੜਾ ਜਿਹੜਾ ਯਤਨ ਕਰ ਰਹੇ ਆ ਇਹ ਯਤਨ ਦੀ ਲੋੜ ਹੀ ਨਹੀਂ ਆ, ਇਹ ਹਾਂ ਯਤਨ ਹੋਰ ਵਰਤਦੇ। ਹਾਂਜੀ ਕੀ ਹੋਣਾ ਚਾਹੀਦਾ ਸੀ ਤੁਹਾਡੇ ਖਿਆਲ ਨਾਲ, ਕੀ ਹੋਣਾ ਚਾਹੀਦਾ ਸੀ? ਦੇਖੋ ਬਹੁਤ ਸਾਇੰਸ ਦੀ ਕਾਢ ਵਾ, ਉਹਦਾ ਮੈਂ ਵੀ ਸੁਣੀ ਸਾਰੀ ਗੱਲਬਾਤ ਦੱਸੀ, ਮੈਂ ਸੁਣੀ ਤੁਹਾਡੇ ਟੀਵੀ ਚੈਨਲ ਤੇ। ਹਾਂ ਜੋ ਆਪਣੇ ਸਿੰਘ ਨੇ ਦੱਸਿਆ ਵੀ ਮੈਂ ਉੱਥੇ ਕਰਨਾਟਕਾ 'ਚ ਕਿੱਥੇ ਉਹਨੇ ਸਾਰੀ ਗੱਲ ਕੀ, ਕੇਰਲਾ 'ਚ ਸਰ ਉਹਨਾਂ ਨੇ ਇੱਥੇ, ਉਹ ਕਹਿੰਦਾ ਅਸੀਂ ਪਰਮਿਸ਼ਨ ਤੋਂ ਬਿਨਾਂ ਆ ਨਹੀਂ ਸਕਦੇ। ਹੁਣ ਗੱਲ ਵੀ ਸਹੀ ਆ, ਹਾਂ ਦੂਜੀ ਸਟੇਟ 'ਚ ਉਹ ਰਹਿ ਰਹੇ ਕਿੱਦਾਂ ਹੋਣਗੇ ਬਿਨਾਂ ਪਰਮਿਸ਼ਨ ਤੋਂ। ਹਾਂਜੀ ਠੀਕ ਆ। ਤੇ ਇਹ ਗਾੜੀ ਪਰ ਇਹ ਤੋਂ ਪਹਿਲਾਂ ਪੰਜਾਬ ਗਵਰਨਮੈਂਟ ਨੂੰ ਚਿੰਤਾ ਆਵੇ, ਜਿਹੜੇ ਜਿੱਥੇ ਇਹ ਵਾਪਰਿਆ ਘਟਨਾ ਉੱਥੇ ਉਹਨਾਂ ਨੂੰ ਚਿੰਤਾ ਹੋਵੇ ਵੀ ਅਸੀਂ ਲੱਭੀਏ ਬੰਦਿਆਂ ਨੂੰ, ਹਨਾ, ਹਾਂਜੀ ਹਾਂਜੀ ਕੰਮ ਕਰੀਏ। ਠੀਕ ਹੈ। ਸੁੱਤੇ ਅਰਮਾਨ ਨਾਲ ਕੈਪਟਨ ਸਾਹਿਬ ਦਾ ਅੱਜ ਆ ਗਿਆ ਬਿਆਨ, ਹੈ ਨਾ, ਵੀ ਅਸੀਂ ਕਰ ਰਹੇ ਹਾਂ ਜੀ, ਕਰ ਰਹੇ ਹਾਂ, ਕਰ ਰਹੇ ਹਾਂ ਕਿ 5 ਦਿਨ ਹੋ ਗਏ ਬੱਚੇ ਨੂੰ ਪਏ ਥੱਲੇ। ਉਹ ਜਿਹੜਾ ਇਲਾਕੇ ਦਾ ਮੰਤਰੀ ਵੀ ਆ, ਜਿੱਦਾਂ ਸਰਕਾਰ ਦੇ ਵਿੱਚ ਜਿਹਦੇ ਕੋਈ ਮਹਿਕਮਾ ਵੀ ਆ, ਉਹ ਵੀ ਇਹ ਮਤਲਬ 5ਵੇਂ ਦਿਨ ਉਹਦਾ ਵੀ ਇਹੀ ਬਿਆਨ ਆਇਆ ਕਿ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ। ਚਲੋ ਉਹ ਤਾਂ ਆਪਾਂ ਅਰਦਾਸ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਸਾਰੀ ਸੰਗਤ ਕਰ ਰਹੀ ਹੈ ਜੀ, ਪੂਰੇ ਵਰਲਡ 'ਚ ਅਰਦਾਸ ਹੋ ਰਹੀ ਬੱਚੇ ਵਾਸਤੇ, ਹੈ ਨਾ। ਹਾਂ ਮਸੂਮ ਹੋ। ਹਾਂਜੀ ਹਾਂਜੀ ਦੇਖੋ ਉਹਨੇ ਵੱਡਾ ਆਉਣਾ ਸੀ, ਉਹਨੇ ਪੜ੍ਹਨਾ ਸੀ, ਖਰਾ ਕੀ ਕੁਛ ਉਹਨੇ ਸੇਵਾ ਕਰਤਾ ਦੇਸ਼ ਦੀ, ਪਰ ਇਹ ਇਹਨਾਂ ਨੂੰ ਫਿਕਰੀ ਨਹੀਂ, ਇੱਥੇ ਬਹੁਤ ਕੇਅਰ ਹੈ ਜੀ। ਤੇ ਜੇ ਮੇਰਾ ਹੁਣ ਬੱਚਿਆਂ ਜੀ, ਹਾਂਜੀ ਦੱਸੋ ਦੱਸੋ, ਅਸੀਂ ਜਦੋਂ ਪਛਾਣ ਝਾਟੀ ਮਾਰਦੇ ਹਾਂ ਹਾਂ ਧਰਤੀ ਜੰਪਣ ਵਾ, ਉੱਥੇ ਬਹੁਤ ਬੁਰੇ ਹਾਲ ਸਾਡੇ। ਇਹ ਆਪਣੇ ਪ੍ਰਗਟ ਸਿੰਘ ਜੀ, ਜਿੱਦਾਂ ਮੰਨ ਲਓ ਜੇ ਇਹ ਬੱਚਾ ਆਪਾਂ, ਚਲੋ ਬੱਚੇ ਸਾਰਿਆਂ ਦੇ ਬਰਾਬਰ ਹੀ ਹੁੰਦੇ, ਇਹ ਗਰੀਬ ਦਾ ਬੱਚਾ ਜਾਂ ਨੋਰਮਲ ਪਰਿਵਾਰ 'ਚੋਂ ਬੱਚਾ ਆ, ਜੇ ਕਿਤੇ ਮੰਤਰੀ ਸੰਤਰੀ ਦਾ ਬੱਚਾ ਹੁੰਦਾ ਜਾਂ ਕਿਸੇ ਆਗੂ ਦਾ ਹੁੰਦਾ, ਫੇਰ ਕੀ ਹੁੰਦਾ? ਮੈਂ ਕਿਹਾ ਨੇਰ ਲਿਆਉਂਦਾ ਉਹਨਾਂ ਨੇ, ਹਾਂ ਦਿੱਲੀ ਹਿੱਲ ਜਾਣੀ ਸੀ, ਕਲੀ ਕਲੀ ਸਟੇਟ ਹਿੱਲ ਜਾਣੀ ਸੀ ਵੀ ਉੱਥੇ ਆਹ ਕੰਮ ਹੋ ਰਿਹਾ। ਹਾਂ ਇਹ ਨਾ ਵੀ ਇਹ ਗਰੀਬ ਆ ਨਾ, ਗਰੀਬ ਵੋਟਰ ਦਾ ਵਾ, ਗਰੀਬ ਜਿਮੀਦਾਰ ਆ ਜਾਂ ਮਜ਼ਦੂਰ ਆ ਜਾਂ ਕੁਛ ਵੀ ਆ, ਹਾਂਜੀ ਨੋਰਮਲ ਆ, ਹੈ ਨਾ, ਆਹ ਗੱਲ ਤਾਂ ਉਹਨਾਂ ਨੇ ਕਰਨੀ ਯੂਜ਼ਰ ਕੀ, ਦੂਸਰਾ ਜੇ ਕਿਤੇ ਵੋਟਾਂ ਹਲੇ ਪੈਣੀਆਂ ਹੁੰਦੀਆਂ ਤੇ ਵੋਟਾਂ ਤੋਂ ਪਹਿਲਾਂ ਜਿੱਦਾਂ ਇਦਾਂ ਦੀ ਘਟਨਾ ਵਾਪਰ ਜਾਂਦੀ, ਫੇਰ ਕੀ ਹੁੰਦਾ? ਰਹਿਣਾ ਕੋਈ ਨਹੀਂ ਲੀਡਰ ਜਿਹੜਾ ਲਾ ਜਾਂਦਾ ਉੱਥੇ। ਹਾਂ ਫੇਰ ਲੰਗਰ ਵੀ ਉੱਥੇ ਬਹਿ ਕੇ ਛਕਣੇ ਇਹਨਾਂ ਨੇ, ਵੇਖੋ ਜੀ ਬੱਚੇ ਕਰਕੇ ਆਏ ਆ। ਇਸ ਵੇਲੇ ਲੀਡਰਾਂ ਦੇ ਤੁਹਾਨੂੰ ਪਤਾ ਹੀ ਹੈ ਤੇ ਜੋ ਹਾਲਾਤ ਇਹਨਾਂ ਦੇ ਬਹੁਤ, ਹਰ ਇੱਕ ਦੇਸ਼ ਦੇ ਮਛਿੰਦੇ ਨੂੰ ਇਹਨਾਂ ਦਾ ਮਾਣ ਹੁੰਦਾ ਸੀਗਾ ਵੀ ਕੁਛ ਕਰਨਗੇ ਦੇਸ਼ ਵਾਸਤੇ, ਪਰ ਅੱਜ ਹਰ ਇੱਕ ਬੰਦੇ ਦੀ, ਹਰ ਵੋਟਰ ਦੀ ਆਸ ਟੁੱਟ ਗਈ ਹੈ ਵੀ ਇੱਕ ਆਹ ਜੋਗੀ ਨੇ ਸਿਰਫ ਵੋਟਾਂ ਲੈਣ ਟੁੱਕੀ ਹੈ। ਇਹ ਪ੍ਰਗਟ ਸਿੰਘ ਜੀ, ਪਿਛਲੇ ਜਿੱਦਣ ਦਾ ਇਹ ਘਟਨਾ ਵਾਪਰੀ ਆ, 1-2 ਗੇੜੇ ਤਾਂ ਉਹ ਜਿੱਦਾਂ ਆਪਣੇ ਪਰਮਿੰਦਰ ਢੀਂਡਸਾ ਜਾਂ ਹੋਰ ਮਾਰ ਚੁੱਕੇ, ਲੇਕਿਨ ਜਿਹੜੇ MP ਚੁਣੇ ਗਏ ਆ ਸਰਦਾਰ ਆਪਣਾ ਭਗਵੰਤ ਸਿੰਘ ਮਾਨ, ਜਿੱਦਾਂ ਆਪਾਂ ਭਗਵੰਤ ਮਾਨ ਕਹਿ ਦਿੰਦੇ ਹਾਂ, ਉਹ ਉਹਨਾਂ ਦਾ ਕੋਈ ਬਿਆਨ ਨਹੀਂ, ਅਤੇ ਵੋਟਾਂ ਤੋਂ ਪਹਿਲਾਂ ਜਦੋਂ ਕਿਤੇ ਅੱਗ ਵੀ ਲੱਗੀ ਸੀ ਤਾਂ ਬੜਾ ਉਹਨਾਂ ਨੇ ਸ਼ੋਰ ਸ਼ਰਾਬਾ ਪਾਇਆ ਸੀ। ਕਿਸਾਨਾਂ ਨੇ ਵੋਟਾਂ ਲੈਣੀਆਂ, ਹਾਂ ਦੇਖੋ ਜੀ ਜੇ ਉੱਥੇ ਕੋਈ ਵੀ ਲੀਡਰ ਆ ਜਾਂਦਾ ਵਾ, ਹਾਂਜੀ ਆ ਕੇ ਵੇਖ ਕੇ ਚੱਲ, ਜਿੱਦਾਂ ਵੀ ਫੋਟੋ ਆ ਗਈ ਵੀ ਮੂਵੀ ਬਣ ਗਈ ਬਾਹਰ ਪੂਰੇ ਵਰਲਡ 'ਚ ਵੈਗਦੀ ਫੜਨ ਆਇਆ, ਹਾਂ ਕੀਤਾ ਕੀ, ਕੀਤਾ ਕੱਖ ਵੀ ਨਹੀਂ, ਹਾਂ ਕੀਤਾ ਤਾਂ ਕੱਖ ਵੀ ਨਹੀਂ, ਵੀ ਉਹ ਤਾਂ ਉੱਥੇ ਜੇ ਵੇਖਣਾ ਹੈ ਤਾਂ ਉਹ ਕੰਮ ਕਰਨ, ਉਹਨੂੰ ਚਿੰਤਾ ਜਿਸ ਗੱਲ ਦੀ ਵੀ ਆ ਇਹ ਬੱਚਾ ਬਚਾਉਣਾ ਅਸੀਂ ਜਲਦੀ, ਹਾਂਜੀ ਪਰ ਉਹਨਾਂ ਦੇ ਫਿਰ ਕੋਈ ਨਹੀਂ ਇਸ ਗੱਲ। ਅਤੇ ਇੱਕ ਗੱਲ ਹੋਰ ਪ੍ਰਗਟ ਸਿੰਘ, ਜਿੱਦਾਂ ਉੱਥੇ ਜਿਹੜੀਆਂ ਮਤਲਬ ਮੌਕੇ ਦੀਆਂ ਮਤਲਬ ਜਿਹੜੀਆਂ ਖਬਰਾਂ ਆ ਰਹੀਆਂ ਵੀ ਅੱਜ ਸਵੇਰੇ ਉਹ ਪੁੱਛਦੇ ਜਿਹੜੇ ਜਿਹੜੇ ਉੱਥੇ ਖੁਦਾਈ ਕਰ ਰਹੇ ਆ, ਜਿਹੜੇ ਉਹ ਕਹਿੰਦੇ ਵੀ ਜਿਹੜੇ ਅਸੀਂ ਐਕਸਪਰਟ ਬੰਦੇ ਹਾਂ, ਲੇਕਿਨ ਉੱਥੇ ਬੰਦੇ ਉਹ ਮੋਹਰੇ ਹੋਏ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ, ਜਦੋਂ ਉਹਨਾਂ ਨੂੰ ਦੱਸੀਦਾ ਉਹ ਸਾਡੀ ਗੱਲੇ ਨਹੀਂ ਸੁਣਦੇ, ਕਹਿੰਦੇ ਸਾਨੂੰ ਰੱਸੇ ਖਿੱਚਣ 'ਤੇ ਲਾ ਆਇਆ
ਵੀ ਰੱਸੇ ਖਿੱਚੀ ਜਾਂਦੇ ਆ, ਮਿੱਟੀ ਕੱਢੀ ਜਾਂਦੇ ਆ, ਰੱਸੇ ਖਿੱਚੀ ਜਾਂਦੇ ਆ, ਮਿੱਟੀ ਕੱਢੀ ਜਾਂਦੇ ਆ, ਤਾਂ ਅਨਪੜਤਾ ਦਾ ਬਹੁਤ ਵੱਡਾ ਮਾਰਗ ਨੁਕਸਾਨ ਜੀ। ਹਾਂ ਦੇਖੋ ਉੱਥੇ ਇੰਜੀਨੀਅਰ ਵੀ ਆਏ ਆ, ਅਫਸਰ ਵੀ ਆਏ ਉੱਥੇ। ਹਾਂ ਤੇ ਚਲੋ ਜੇ ਹਾਂਜੀ, ਤੇ ਇਹ ਪ੍ਰਗਟ ਸਿੰਘ ਜੀ ਅਸੀਂ ਚਾਹੁੰਦੇ ਹਾਂ ਵੀ ਜਿੱਦਾਂ ਜਿਹੜੇ ਆਪਣੇ ਬਾਕੀ ਦੇ ਸਿੰਘ ਵੀ ਆ, ਤੁਸੀਂ ਵਾਰੀ ਵਾਰੀ, ਕਿਉਂਕਿ ਤੁਹਾਨੂੰ ਪਤਾ ਕੌਣ ਕੌਣ ਆ, ਉਹਨਾਂ ਨਾਲ ਗੱਲ ਕਰਾ ਦਿਓ ਜਿਹੜੇ ਜਿਹੜੇ ਕਰਨਾ ਚਾਹੁੰਦੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈ ਲਈਏ। ਹੁਣ ਕਿਹਦੇ ਨਾਲ ਕਰਾਉਣ ਜਾ ਰਹੇ ਗੱਲ ਤੁਸੀਂ ਅੱਗੇ? ਮੈਂ ਆਪ ਜੀ ਦੀ ਗੱਲਬਾਤ ਕਰਾ ਰਿਹਾ ਜੀ, ਜਿਹੜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਹਾਂਜੀ, ਦਮਦਮੀ ਟਕਸਾਲ ਕਾਜ ਮਰਨ ਉਹਦੇ ਹੈੱਡ ਗ੍ਰੰਥੀ ਜੀ ਬਹੁਤ ਸੁਝੇ ਹੋਏ ਨੇ, ਠੀਕ, ਵੀ ਇਸ ਚਿੰਤਾ 'ਚ ਬਹੁਤ ਪਏ ਸੀ ਵੀ ਕੀ ਕੀ ਨਾਮ ਉਹਨਾਂ ਦਾ, ਸ਼ੁਭ ਨਾਮ ਕੀ ਹੈ ਉਹਨਾਂ ਦਾ? ਗਿਆਨੀ ਗੁਰਪ੍ਰੀਤ ਸਿੰਘ ਜੀ। ਹਾਂਜੀ, ਗਿਆਨੀ ਗੁਰਪ੍ਰੀਤ ਸਿੰਘ ਜੀ, ਕਰਾਓ ਜੀ ਗੱਲ ਉਹਨਾਂ ਨਾਲ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਆਵਾਜ਼ੇ ਕੌਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ ਤੁਹਾਨੂੰ, ਅਤੇ ਗੱਲਬਾਤ ਤੁਹਾਨੂੰ ਪਤਾ ਹੀ ਆ, ਮੁੱਦਾ ਅਸੀਂ ਉਹ ਫਤਿਹ ਵੀਰ ਸਿੰਘ ਜਿਹੜਾ, ਵਾਹਿਗੁਰੂ ਜੀ ਫਤਿਹ ਜੀ, ਠੀਕ ਠਾਕ ਹੋ ਜੀ? ਅਤੇ ਗਿਆਨੀ ਜੀ, ਜਿੱਦਾਂ ਚਲੋ ਇੱਕ ਤਾਂ ਕੁਦਰਤ ਦੇ ਹੱਥ ਹੁੰਦਾ ਆ ਵੀ ਆਪਾਂ ਸਾਰੇ ਜਿਹੜੇ ਵੀ ਮਰਜ਼ੀ ਮਤਲਬ ਧਰਮ ਨਾਲ ਸੰਬੰਧਿਤ ਹੋਈਏ, ਆਪਾਂ ਅਕਾਲ ਪੁਰਖ ਅੱਗੇ, ਭਗਵਾਨ ਅੱਗੇ, ਹਰ ਇੱਕ ਅੱਗੇ, ਅੱਲਾਹ ਅੱਗੇ ਜਿੱਦਾਂ ਬੇਨਤੀਆਂ ਕਰਦੇ ਹਾਂ, ਉਹ ਤਾਂ ਇੱਕ ਜਿੱਦਾਂ ਸਾਡੇ ਮਨ ਦੀ ਹੁੰਦੀ ਭਾਵਨਾ ਵੀ ਅਸੀਂ ਗੁਰੂ ਅੱਗੇ ਅਰਦਾਸ ਕਰੀਏ ਵੀ ਜਿਹੜਾ ਇਹ ਗੱਲ ਨਾ ਵਾਪਰੇ। ਆਪਾਂ ਗੱਲ ਕਰ ਰਹੇ ਸਿਸਟਮ ਦੀ, 5 ਦਿਨ ਹੋ ਗਏ ਹਾਲੇ ਤਾਂ ਕੋਈ ਪ੍ਰਾਪਤੀ ਨਹੀਂ, ਕੀ ਕਹਿਣਾ ਚਾਹੋਗੇ? ਡਾਊਨ, ਕਿਸੇ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਆ। 5 ਦਿਨ ਹੋ ਗਏ, ਦੇਖੋ ਇੱਕ ਬੋਰ ਦੇ ਵਿੱਚ ਬੱਚਾ ਡਿੱਗਾ, ਉੱਥੇ ਹਜ਼ਾਰਾਂ ਦੇ ਲੋਕ ਖੜੇ ਆ। ਹਾਂਜੀ ਹਾਂਜੀ, ਪਹਿਲਾਂ ਉਹਨਾਂ ਨੇ ਉੱਥੋਂ ਦੇ ਲੋਕਲ ਕਿਸੇ ਜਿਹੜੀ ਕੰਪਨੀ ਨੂੰ ਦਿੱਤਾ, ਮੁੜ ਕੇ ਹੁਣ ਫੌਜ ਵੀ ਆਈ ਆ। ਹਾਂ, ਤੇ ਕੁੱਲ ਮਿਲਾ ਕੇ ਉੱਥੇ ਇੰਨੀ ਭੀੜ ਆ, ਕੰਮ ਕੁਛ ਵੀ ਹੋ ਨਹੀਂ ਗਿਆ। ਠੀਕ ਆ, ਹੁਣ ਉੱਥੇ ਕਿਤੇ ਐਂਬੂਲੈਂਸਾਂ ਖੜੀਆਂ ਬਾਹਰ, ਜਦੋਂ ਬੱਚਾ ਨਿਕਲਿਆ ਨਾਲ ਹੀ ਉਹਨੂੰ ਲੈ ਜਾਣਾ। ਵੀ ਉਹ ਇੱਕ ਵੀ 5 ਦਿਨ ਹੋ ਗਏ ਆ, ਇੱਕ ਬੱਚਾ ਬੋਰ ਦੇ ਵਿੱਚ ਨਹੀਂ ਕਰਨੀ। ਹਾਂ, ਤੇ ਇਹ ਤਾਂ ਹੁਣ ਪਰਮਾਤਮਾ ਦੇ ਹੱਥ ਵਾਸਤੇ, ਜੇ ਪਰਮਾਤਮਾ ਚਾਹੇ ਉਹ ਵੀ ਮਾਰੇ ਕਹਿੰਦੇ ਪ੍ਰਭ ਭਾਵੇਂ ਬਿਨ ਖਾਸ ਕੇ ਰੱਖ। ਸਹੀ ਗੱਲ ਆ, ਹਾਂਜੀ, ਪ੍ਰਭੂ ਨੇ ਚਾਹਿਆ। ਹਾਂ, ਬਿਨਾਂ ਸਾਹਾਂ ਤੋਂ ਵੀ ਰੱਖ ਸਕਦਾ। ਠੀਕ ਆ, ਜਿੱਥੋਂ ਤੱਕ ਮੈਂ ਸੋਚਦਾ ਵੀ ਹੁਣ ਬਹੁਤ ਮੁਸ਼ਕਲ ਹੈ, ਜਿੱਦਾਂ ਮਤਲਬ ਹਰ ਬੰਦਾ ਤੁਹਾਡੇ ਵਾਂਗੇ ਹੀ ਸੋਚਦਾ, ਜਿੱਦਾਂ ਤੁਸੀਂ ਸੋਚਦੇ ਆ, ਇੱਦਾਂ ਹੀ ਸੋਚ ਰਿਹਾ ਬਈ ਪਤਾ ਨਹੀਂ ਹੁਣ ਕੀ ਹੋਣਾ, ਹੈ ਨਾ? ਤੇ ਹੁਣ ਇੰਡੀਆ ਇੱਥੇ ਚੀਨ ਦੀ ਉਹ ਵੀਡੀਓ ਅੱਜ ਸੋਸ਼ਲ ਮੀਡੀਆ ਤੇ ਉਹ ਵੀ ਆਈ, ਦੇਖੋ ਬੱਚਾ ਡਿੱਗਾ, ਉਹਨਾਂ ਨੇ 2-2.5 ਘੰਟੇ ਵਿੱਚ ਬੱਚਾ ਪਾੜ ਦਿੱਤਾ। ਮੈਂ ਉਹੀ ਗੱਲ ਕਰਦਾ ਵੀ ਮਤਲਬ ਕਿਉਂ ਨਹੀਂ ਇਹ ਚੀਜ਼, ਜਿੱਦਾਂ ਮਤਲਬ ਅੱਜ 5 ਮੰਨ ਲਓ, ਚਲੋ ਜੇ 1 ਦਿਨ ਨਹੀਂ ਦੂਸਰੇ ਦਿਨ ਤੱਕ ਬੰਦੇ ਪ੍ਰਾਪਤੀ ਕਰ ਸਕਦੇ ਆ, ਨਹੀਂ ਤਾਂ ਇਹ ਵੀ ਤਾਂ ਹੋ ਸਕਦਾ ਜਿੱਦਾਂ ਉੱਥੇ ਹੁਣ ਪਿੰਡਾਂ ਦੇ ਵਿੱਚ ਆ, ਜਦੋਂ ਬੋਰ ਕਰਦੇ ਆ ਸਾਰਾ ਪਾਈਪ ਬਾਹਰ ਆ ਜਾਂਦਾ ਆ ਜਿਹੜੇ। ਹਾਂਜੀ ਬਿਲਕੁਲ, ਨਾਲੇ ਉਹਦੇ ਵਿੱਚ ਕੋਈ ਮੋਟਰ ਵੀ ਨਹੀਂ ਹੈਗੀ ਅਜੇ, ਆਪਾਂ ਉਹਨੂੰ ਆਪਾਂ ਜੇ ਆਲ-ਦੁਆਲ ਖੁਦਾਈ ਕਰਕੇ ਥੋੜ੍ਹਾ ਥੋੜ੍ਹਾ ਕੱਢਦੇ ਆਪਾਂ ਉਹਦੇ ਥੱਲੇ ਤੱਕ ਪਹੁੰਚ ਸਕਦੇ। ਮੈਂ ਉਹੀ ਗੱਲ ਕਰਦਾ ਵੀ ਜੇ ਉਹਨੂੰ ਪਾਈਪ ਨੂੰ ਸਿੱਧਾ ਹੀ ਸਾਰਾ ਹੀ ਬਾਹਰ ਕੱਢਿਆ ਜਾ ਸਕਦਾ ਸੀ, ਬੜਾ ਹੱਲ ਹੋ ਸਕਦਾ ਸੀ। ਜਿੰਨੇ ਉੱਥੇ ਲੋਕ ਆ ਉਹਦੇ ਨਾਲ ਹੁਣ ਇੱਕ ਹੋਰ ਪਾਈਪ ਫੁੱਟ ਰਹੇ ਆ। ਹਾਂਜੀ, ਵਿੱਚ ਕਹਿੰਦੇ ਜੀ ਉਹ, ਹਾਂਜੀ, ਹੈਲੋ, ਹਾਂਜੀ ਗਿਆਨੀ ਜੀ,
ਹੈਲੋ। ਹੈਲੋ। ਹਾਂਜੀ ਹਾਂਜੀ ਕਰੋ ਗੱਲ। ਹਾਂਜੀ, ਮੈਂ ਕਹਿ ਰਿਹਾ ਸੀ ਉਹ ਮਤਲਬ ਉਹ ਬੋਰ ਦੇ ਵਿੱਚ ਜਿਹੜਾ ਉਹਨਾਂ ਨੇ ਆਲੇ ਇੱਕ ਹੋਰ ਲਾਗੂ ਕੀਤਾ, ਉਹ ਆਪਣੇ ਨਿਸ਼ਾਨੇ ਤੇ ਮੈਸੇਜ ਨਾਲ ਪਹੁੰਚੀ ਨਹੀਂ, ਉਹ ਹੋਰ ਪਾਸੇ ਨੂੰ ਚਲੇ ਗਏ, ਹੁਣ ਉੱਤੋਂ ਤੋਂ ਸਿੱਧੇ ਜਾ ਰਹੇ ਆ। ਹਾਂਜੀ ਹਾਂਜੀ, ਉਹਨਾਂ ਨੂੰ ਥੱਲੇ ਥੋੜੀ ਪਤਾ ਕਿੱਧਰ ਨੂੰ ਜਾਣਾ। ਥੱਲੇ ਨਹੀਂ ਮੈਂ ਪਤਾ ਲੱਗ ਰਿਹਾ ਕਿੱਧਰ ਨੂੰ ਜਾਣਾ ਆਪਾਂ। ਹਾਂਜੀ ਹਾਂਜੀ, ਤੇ ਕਾਫੀ ਜਿਹੜੀ ਮਤਲਬ ਸਥਿਤੀ ਕਾਫੀ ਜਿੱਦਾਂ ਨਾਜੁਕ ਆ, ਤੇ ਲੇਕਿਨ ਜਿੱਦਾਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ ਵੀ ਜਿੱਦਾਂ ਪ੍ਰਸ਼ਾਸਨ ਆ, ਪਹਿਲਾਂ ਤਾਂ ਦੇਖੋ ਹੁਣ ਫੌਜ ਆਈ ਆ 5ਵੇਂ ਦਿਨ, ਤੇ ਜੇ ਹੁਣ ਮਤਲਬ ਆਪਾਂ ਕਹਿੰਦੇ ਹਾਂ ਵੀ ਇਸ ਵੇਲੇ ਜਿਹੜਾ ਭਾਰਤ ਦੇਸ਼ ਆ ਵੀ ਪੂਰੇ ਦੁਨੀਆ ਦੇ ਵਿੱਚ ਉਹਨਾਂ ਵੱਡੀਆਂ ਤਾਕਤਾਂ ਦੇ ਬਰਾਬਰ ਦਾ ਮਤਲਬ ਆਪਣੀ ਥਾਂ ਰੱਖਦਾ, ਤੇ ਮਤਲਬ ਇਹੋ ਜਿਹੀਆਂ ਚੀਜ਼ਾਂ ਜਦੋਂ ਜੇ ਚਲੋ ਪਹਿਲੀ ਗੱਲ ਤਾਂ ਹੈਗੀ ਆ ਵੀ ਇਹਦੇ 'ਚ ਕਸੂਰਵਾਰ ਮਾਪੇ ਵੀ ਆ ਜਿਨ੍ਹਾਂ ਨੇ ਬੱਚੇ ਦਾ ਖਿਆਲ ਨਹੀਂ ਰੱਖਿਆ, ਫਿਰ ਕਸੂਰਵਾਰ ਪ੍ਰਸ਼ਾਸਨ ਵੀ ਆ ਵੀ ਜਿਹੜਾ ਬੋਰ ਦਾ ਮੂੰਹ ਖੁੱਲ੍ਹਾ ਹੀ ਰੱਖਿਆ, ਜਾਂ ਜਿਹੜੀ ਉੱਥੇ ਲੋਕਲ ਸਿਸਟਮ ਆ ਉਹ ਵੀ ਉਨਾ ਹੀ ਜ਼ਿੰਮੇਵਾਰ ਆ, ਅਤੇ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ। ਅਤੇ ਦੂਸਰਾ ਹੈਗਾ ਵੀ ਜੇ ਘਟਨਾ ਵਾਪਰ ਗਈ ਆ ਉਹਨੂੰ ਸਾਂਭਣ ਲਈ, ਉਹਦੇ ਲਈ ਕੋਈ ਉਪਰਾਲੇ, ਉਹਦੇ ਲਈ ਸਿਸਟਮ ਤਾਂ ਕੋਈ ਇੱਦਾਂ ਦਾ ਚਾਹੀਦਾ ਵੀ ਜਿਹੜਾ ਇੱਕਦਮ ਜਿਹੜਾ ਮਤਲਬ ਘਟਨਾ ਵਾਪਰੀ ਆ ਉਹਦਾ ਹੱਲ ਹੋ ਜਾਵੇ। ਬਿਲਕੁਲ ਜੀ, ਆਪਾਂ ਨੂੰ ਵੱਡੀਆਂ ਵੱਡੀਆਂ ਜਿੱਦਾਂ ਹੁਣ ਦੇਸ਼ਾਂ ਵਿੱਚ ਮਸ਼ੀਨਾਂ ਆ, ਆਪਣੇ ਦੇਸ਼ ਉੱਤੇ ਹੈ ਹੀ ਕੋਈ ਨਹੀਂ ਉੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਉਹਨਾਂ ਕੋਲ ਵੀ ਜਿੰਨਾ ਉਹ ਕਰ ਸਕਣ ਕੁਛ। ਹਾਂਜੀ ਦੇਸ਼ ਤੇ ਸਾਡੇ ਕੋਲ ਵੱਡੀਆਂ ਵੱਡੀਆਂ ਹੁਣ ਗੱਡੀਆਂ, ਮੰਤਰੀਆਂ ਦੇ ਕੋਲ ਵੱਡੇ ਵੱਡੇ ਸਾਧਨ ਇਹਨਾਂ ਨੇ ਆਪਣੇ ਬਣਾ ਲਏ, ਪਰ ਜਿਹੜੀਆਂ ਸਾਨੂੰ ਲੋੜੀਂਦਾ ਚੀਜ਼ਾਂ ਚਾਹੀਦੀਆਂ ਸੀ ਉੱਥੇ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਅੱਧੀ ਉਹ ਚੀਜ਼ ਹੋਤੀ। ਹਾਂਜੀ 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 ਹਾਂਜੀ, ਹੁਣ ਆ ਪਿੱਛੇ ਦੀ ਅੱਗ ਲੱਗੀ ਉੱਥੇ, ਉਹ ਬੱਚਿਆਂ ਨੂੰ ਉੱਤੋਂ ਛਾਲਾਂ ਮਾਰੀਆਂ, ਅਤੇ ਜਿੱਦਾਂ ਉਹ ਬੱਚੇ ਮਰੇ ਵਿੱਚ ਆਉਂਦੇ, 15-20 ਬੱਚੇ ਮਰ ਵੀ ਗਏ ਇੱਥੇ ਪਿੱਛੇ ਥੋੜ੍ਹੇ ਦਿਨ ਹੋਏ ਵੀ ਆ, ਇੱਦਾਂ ਦਾ ਕੇਸ ਹੋਇਆ। ਫਾਇਰ ਬ੍ਰਿਗੇਡ ਕੋਲ ਪੌੜੀ ਹੈ ਨਹੀਂ ਸੀ 4ਵੀਂ ਮੰਜ਼ਿਲ ਤੱਕ ਜਾਣ ਲਈ। ਹਾਂਜੀ ਵੇਖੋ, ਇਹ ਆਪਣੇ ਹੁਣ ਇੰਡੀਆ ਦੇ ਆਹ ਆਹ ਕੰਮ ਆ, ਲੋਕ ਕਿਉਂ ਇੰਡੀਆ ਛੱਡ ਛੱਡ ਕੇ ਬਾਹਰ ਨੂੰ ਆਉਂਦੇ, ਉੱਥੇ ਹੈ ਹੀ ਨਹੀਂ ਵਾਰੇ ਕੋਈ ਸੁੱਖ ਸਹੂਲਤਾਂ, ਬੰਦਾ ਸਵੇਰੇ ਘਰੋਂ ਗਿਆ ਪਤਾ ਨਹੀਂ ਸ਼ਾਮ ਨੂੰ ਮੁੜਨਾ ਜਾਂ ਨਹੀਂ, ਕਿੰਨੇ ਫੈਟ ਮਾਰ ਜਾਣੀ ਗੱਡੀ ਦੀ, ਕਿੰਨੇ ਤੁਹਾਨੂੰ ਕੋਈ ਉੱਥੇ ਆਪਣਾ ਹੈ ਨਹੀਂ ਹੈ ਸਿਸਟਮ ਵੀ, ਤੁਸੀਂ ਆਪਣੇ ਕੋਈ ਬੱਤੀ ਦਾ ਸਿਸਟਮ ਨਹੀਂ ਆ, ਕੋਈ ਰੂਲ ਨਹੀਂ ਕੋਈ ਫੋਲੋ ਕਰਦਾ ਉੱਥੇ, ਕੋਈ ਨਾ ਰੂਲ ਆ, ਜੇ ਜਿਹਨੇ 100 ਰੁਪਇਆ ਦੇਤਾ ਉਹਨੂੰ ਛੱਡ ਦੇਣਾ ਜੀ ਤੁਸੀਂ ਗਾਹ, ਜਾਂ ਦੂਜਾ ਗਰੀਬ ਬੰਦਾ ਰਹਿ ਲੈਣਾ। ਹਾਂ ਇਹ ਗੱਲਾਂ ਸਹੀ ਤੁਸੀਂ ਕਰ ਰਹੇ ਹੋ, ਤੇ ਪਰ ਇਹਦਾ ਮਤਲਬ ਫਿਰ ਵੀ ਤੁਸੀਂ ਕੋਈ ਸੁਝਾਅ ਜਿੱਦਾਂ ਐਜ ਏ ਧਾਰਮਿਕ ਤੌਰ 'ਤੇ ਵੀ, ਜਾਂ ਵੈਸੇ ਜਿੱਦਾਂ ਸਿਸਟਮ ਨੂੰ ਕਿੱਦਾਂ ਸੁਧਾਰਿਆ ਜਾ ਸਕਦਾ ਹੈ? ਇਹ ਤਾਂ ਕੋਈ ਜਿੱਦਾਂ ਚੰਗੇ ਬੰਦੇ ਅੱਗੇ ਆਉਣ, ਚੰਗੀ ਜਨਰੇਸ਼ਨ ਪੜ੍ਹੇ ਲਿਖੇ ਲੋਕ ਅੱਗੇ ਆਉਣ, ਉਹਨਾਂ ਚੀਜ਼ਾਂ ਨੂੰ ਫੋਲੋ ਕੀਤਾ ਜਾਵੇ, ਉੱਥੇ ਸਾਡੇ ਰੂਲ ਸਹੀ ਹੋਣ, ਸਾਡੇ ਕੋਲ ਅੱਛੇ ਅੱਛੇ ਆਧੁਨਿਕ ਮਸ਼ੀਨਾਂ ਉੱਥੇ ਇੰਡੀਆ ਦੇ ਵਿੱਚ ਸਾਡੇ ਕੋਲ ਹੋਣ। ਹਾਂਜੀ, ਹਰ ਇੱਕ ਜ਼ਿਲ੍ਹੇ ਵਿੱਚ ਇੱਕ ਮਸ਼ੀਨ ਹੋਣੀ ਚਾਹੀਦੀ ਚੰਗੀ ਅੱਗ ਬੁਝਾਉਣ ਵਾਸਤੇ, ਕੋਈ ਚੰਗੀ ਪੌੜੀ ਉੱਤੋਂ ਬੰਦਾ ਥੱਲੇ ਲਿਆਉਣ ਵਾਸਤੇ, ਅੱਛੇ ਇੱਦਾਂ ਦੇ ਸਾਧਨ ਬਹੁਤ ਜ਼ਰੂਰੀ ਆ। ਸਾਡਾ ਇਹਦੇ ਵੱਲ ਧਿਆਨ ਨਹੀਂ ਆ, ਸਾਡਾ ਇੱਕ ਦੂਜੇ ਉੱਤੇ ਆਪਾਂ ਨੂੰ ਗੱਲੀਆਂ ਕੱਢੀ ਜਾਂਦੇ ਹਾਂ ਕਿ ਉਹਨੇ ਫਲਾਣੇ ਨੇ ਇਹ ਕਹਿ ਦਿੱਤਾ, ਉਹ ਰਾਜਨੀਤੀ ਜੋ ਉੱਧਰ ਉਹ ਧਿਆਨ ਹੋ ਗਿਆ, ਉੱਧਰ ਇਹ ਹੋ ਗਿਆ, ਜਿਹੜੀਆਂ ਸਾਨੂੰ ਚੀਜ਼ਾਂ ਦੀ ਲੋੜ ਹੈ ਉਹ ਸਾਡੇ ਕੋਲ ਪਹੁੰਚ ਨਹੀਂ ਰਹੀਆਂ। ਅਤੇ ਗਿਆਨੀ ਜੀ, ਜੇ ਇਹ ਬੱਚਾ ਮਤਲਬ ਕਿਸੇ ਮੰਤਰੀ ਸੰਤਰੀ ਦਾ ਹੁੰਦਾ ਜਾਂ ਕਿਸੇ ਮਤਲਬ ਵੱਡੇ ਬੰਦੇ ਦਾ ਹੁੰਦਾ, ਤਾਂ ਫਿਰ ਵੀ ਸਿਸਟਮ ਇੱਦਾਂ ਹੀ ਕਰ ਚੱਲਦਾ? ਨਹੀਂ, ਹੁਣ ਤਾਂ ਜੀ ਬਹੁਤ ਹਨੇਰੀਆਂ ਆ ਜਾਣੀਆਂ ਸੀ ਉੱਥੇ, ਹੁਣ ਤਾਂ ਆਲੇ ਦੁਆਲੇ ਸਾਰੇ ਲਾਲਾ ਕਰ ਮੱਚ ਜਾਣੀ ਸੀ। ਹਾਂਜੀ, ਮਤਲਬ ਫਿਰ ਉਹ ਮਸ਼ੀਨਾਂ ਕਿੱਥੋਂ ਆ ਜਾਣੀਆਂ ਜੀ, ਫਿਰ ਸਾਰਾ ਕੁਛ ਕਿੱਥੋਂ ਆ ਜਾਣਾ ਜੀ? ਹੁਣ ਦੇਖੋ, ਉੱਥੇ ਕੈਪਟਨ ਵੀ ਮੇਰੇ ਹਿਸਾਬ ਨਾਲ ਪਹੁੰਚਿਆ ਨਹੀਂ, ਮੁੱਖ ਮੰਤਰੀ ਨੂੰ ਚਾਹੀਦਾ ਵੀ ਉੱਥੇ ਪਹੁੰਚੇ। ਹਾਂਜੀ, ਹੁਣ ਉੱਥੇ ਪਹੁੰਚਣਾ ਚਾਹੀਦਾ ਵੀ ਮੁੱਖ ਮੰਤਰੀ ਨਹੀਂ ਪਹੁੰਚਿਆ, ਜਿਹੜਾ ਇਲਾਕੇ ਦਾ MP ਆ, ਹੁਣੇ ਹੁਣੇ ਉਹ ਜਿੱਤ ਪ੍ਰਾਪਤ ਕੀਤੀ ਆ ਭਗਵੰਤ ਮਾਨ, ਉਹਨਾਂ ਦੇ ਇਹ ਨਹੀਂ ਪਤਾ ਉਹ ਦੇਸ਼ ਦੇ ਵਿੱਚ ਆ ਜਾਂ ਦੇਸ਼ ਤੋਂ ਬਾਹਰ ਗਏ ਹੋਏ ਆ, ਉਹਨਾਂ ਦੇ ਉਹਨਾਂ ਵੱਲੋਂ ਨਹੀਂ ਵੀ ਕੋਈ ਵੀ ਇਹੋ ਜਿਹੀ ਬਿਆਨ ਨਹੀਂ ਆ ਰਿਹਾ। ਅਤੇ ਜਿਹੜੇ ਮਤਲਬ ਪਰਮਿੰਦਰ ਢੀਂਡਸਾ ਹਾਰਿਆ ਸੀ ਉਹ ਵੀ ਗੇੜਾ ਮਾਰਿਆ, ਇੱਕ ਦੋ ਹੋਰ ਵੀ ਆਪਣੇ ਕੇਵਲ ਸਿੰਘ ਵੀ ਜਾਂ ਬਾਕੀ ਦੇ ਸਕੇ
ਉਹ ਸਾਰੇ ਉੱਥੇ ਗੇੜੇ ਮਾਰ ਚੁੱਕੇ ਆ, ਇਲਾਕੇ ਦੇ ਹੋਰ ਮੋਹਤਬਾਰ ਵੀ ਤੁਰੇ ਫਿਰਦੇ ਆ, ਪਰ ਜਿਹੜਾ ਜਿੱਤਿਆ ਮੰਤਰੀ ਐਮ ਪੀ ਬਣਿਆ ਉਹ ਨਹੀਂ ਆਇਆ ਹਾਲੇ ਤੱਕ, ਕਾਰਨ ਕੀ ਆ ਇਹ ਤਾਂ ਉਹੀ ਦੱਸ ਸਕਦੇ ਆ, ਅਤੇ ਨਾ ਜਿਹੜਾ ਮਤਲਬ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਕੋਈ ਮਤਲਬ ਵੱਡਾ ਮੰਤਰੀ ਉੱਥੇ ਹਾਲੇ ਤੱਕ ਪਹੁੰਚਿਆ। ਬਿਲਕੁਲ ਬਿਲਕੁਲ ਜੀ, ਹੁਣ ਅਸੀਂ ਰਾਤ ਦਾ ਵੀ ਫੋਨ ਦੇਖਦੇ ਹਾਂ, ਸਵੇਰੇ ਵੀ ਉੱਠ ਕੇ ਵੇਖਿਆ, ਤੇ ਅੰਮ੍ਰਿਤ ਵੇਲਾ ਆਇਆ ਮਹਾਰਾਜ ਨੇਤਰਿਮ ਕਰਨ ਤੋਂ ਪਹਿਲੇ, ਇਸ਼ਨਾਨ ਕਰਨ ਤੋਂ ਪਹਿਲੇ ਫੋਨ ਦੇਖਿਆ, ਹਾਂਜੀ ਜੋ ਦੇਖਿਆ ਵੀ ਉਸੇ ਤਰ੍ਹਾਂ ਲਾਈਵ ਚੱਲ ਰਿਹਾ ਤੇ ਅਜੇ ਕੁਛ ਵੀ ਨਹੀਂ ਹੋਇਆ ਉੱਥੇ। ਹਾਂਜੀ ਹਾਂਜੀ ਹਾਂਜੀ, ਫੇਰ ਪਾਠ ਕਰਕੇ ਆ ਕੇ ਦੇਖਿਆ, ਸ਼ਾਮ ਫੇਰ ਦੇਖਿਆ, ਅੱਜ ਅੱਜ ਸਾਰਾ ਦਿਨ ਉਹ ਫੋਨ ਦੇ ਵਿੱਚ ਧਿਆਨ ਰਿਹਾ ਵੀ ਦੇਖੀਏ ਵੀ ਬੱਚਾ ਨਿਕਲਿਆ ਜਾਂ ਨਹੀਂ ਨਿਕਲਿਆ, ਸਾਰੇ ਜਿੱਦਾਂ ਲੋਕ ਬੈਠ ਕੇ ਦੇਖ ਰਹੇ, ਕੋਈ ਲੋਕ ਤਮਾਸ਼ਾ ਦੇਖ ਰਿਹਾ, ਕੋਈ ਥੱਲੇ ਕਮੈਂਟ ਐਸੇ ਕਰ ਰਿਹਾ ਵੀ ਇਹ ਕੀ ਚੱਲ ਰਿਹਾ, ਬਰਲਾਪ ਕਰ ਰਹੀ ਆ, ਰੋ ਰਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਨੂੰ ਬਚਾਓ ਜਿੱਦਾਂ, ਹੈ ਨਾ, ਬਹੁਤ ਲੋਕਾਂ ਨੂੰ ਜਿੱਦਾਂ, ਕਿਉਂਕਿ 2 ਸਾਲ ਦਾ ਮਾਸੂਮ ਬੱਚਾ ਆ, ਮਤਲਬ 2 ਸਾਲ ਦਾ, ਅੱਜ ਉਹਦਾ ਜਨਮ ਦਿਨ ਵੀ ਆ, ਜਿੱਥੇ ਘਰਦਿਆਂ ਨੇ ਕਿੰਨੇ ਖੁਸ਼ੀਆਂ ਦੇ ਨਾਲ ਉਹਨਾਂ ਦਾ ਜਨਮ ਦਿਨ ਮਨਾਉਣਾ ਸੀ, ਕਿੱਥੇ ਉਹਦੇ ਮਤਲਬ ਇੰਨਾ ਫਿਕਰ ਲਗਾਇਆ ਵੀ ਪਤਾ ਨਹੀਂ ਉਹਦੇ 'ਚ ਜਾਨ ਹੈਗੀ ਵੀ ਆ, ਬਾਕੀ ਕਿਸੇ ਨੇ ਗੀ, ਇਹ ਤਾਂ ਕੁਦਰਤ ਦੇ ਹੱਥ ਆ। ਹੋਰ ਕੀ ਕਹਿਣਾ ਚਾਹੋਗੇ ਗਿਆਨੀ ਜੀ ਆਪਣੇ? ਇਹ ਤਾਂ ਹੁਣ ਜੀ ਵੇਖੋ, ਆਪ ਜੀ ਦੱਸੋ, ਮੈਨੂੰ ਤਾਂ ਕੁਛ ਸਮਝ ਨਹੀਂ ਆ ਰਹੀ, ਮਨ ਇੰਨਾ ਜ਼ਿਆਦਾ ਸੋਗ ਦੇ ਵਿੱਚ ਆ ਵੀ ਇੰਨੇ ਦਿਨ ਹੋ ਗਏ ਆ, ਕੀ ਕਰ ਰਹੇ ਆ ਉੱਥੇ, ਕੀ ਖੇਡ ਵਰਤ ਰਹੀ ਆ ਹੁਣ, ਬਾਕੀ ਪਰਮਾਤਮਾ ਜਾਣਦਾ ਵੀ ਅੰਦਰ ਕੀ ਖੇਡ ਉੱਥੇ ਕੀ ਚੱਲ ਰਿਹਾ, ਉਹਨਾਂ ਦੀ ਕੀ ਰਾਜਨੀਤੀ ਆ ਇਹਦੇ ਵਿੱਚ। ਹਾਂਜੀ, ਤੇ ਸਿਸਟਮ ਹੈ ਜੀ, ਸਿਸਟਮ ਤੇ ਆਪਣਾ ਬਿਲਕੁਲ ਜਿਹੜਾ ਗਰਕਿਆ ਹੋਇਆ ਜੀ। ਹਾਂ, ਤੇ ਤੁਸੀਂ 20 ਗੁਰਦੁਆਰਾ ਸਾਹਿਬ ਇੱਥੇ ਇਟਲੀ ਦੇ ਵਿੱਚ ਅਰਦਾਸਾਂ ਕੀਤੀਆਂ ਜਾਂ ਕਿਵੇਂ? ਹਾਂਜੀ, ਕੱਲ ਵੀ ਸੰਗਤ ਵੱਲੋਂ ਬਹੁਤ ਇੱਥੇ ਅਰਦਾਸਾਂ ਹੋਈਆਂ, ਸੰਗਤਾਂ ਨੇ ਅਰਦਾਸਾਂ ਕਰਵਾਈਆਂ ਸ਼ਾਮ ਦੀ, ਹਾਂਜੀ ਅਸੀਂ ਸਵੇਰੇ ਵੀ ਕਰ ਰਹੇ, ਸ਼ਾਮ ਵੀ ਕਰ ਰਹੇ, ਪਰ ਹੁਣ ਜਿੰਨੇ ਜਿੰਨਾ ਸਮਾਂ ਹੋ ਗਿਆ ਨਾ, ਉਹ ਸਮੇਂ ਦੇ ਨਾਲ ਮਨ ਦੇ ਵਿੱਚ ਉਹ ਸ਼ਬਦ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਉਹ ਇਉਂ ਲੱਗਦਾ ਵੀ ਉਹ ਜਿਹੜਾ ਭਾਣਾ ਹੈ ਉਹ ਵਾਪਰ ਚੁੱਕਿਆ ਹੈ। ਠੀਕ ਆ, ਅਤੇ ਗਿਆਨੀ ਜੀ ਆਪਾਂ ਹੋਰ ਵੀ ਜਿੱਦਾਂ ਜਿਹੜੇ ਤੁਸੀਂ ਕਾਫੀ ਅਤੇ ਮੇਰੇ ਖਿਆਲ ਸਿੰਘ ਇਕੱਠੇ ਹੋਏ ਹਾਂ, ਅਤੇ ਹੋਰ ਅੱਗੇ ਕਿਹਦੇ ਨਾਲ ਗੱਲ ਕਰਾ ਰਹੇ ਹਾਂ, ਕੌਣ ਸਾਡੇ ਨਾਲ ਗੱਲ ਕਰੂ? ਹਾਂਜੀ, ਹੈਲੋ, ਹਾਂਜੀ, ਹੈਲੋ ਜੀ, ਗਿਆਨੀ ਜੀ ਆਵਾਜ਼ ਆ ਰਹੀ ਹੈ? ਹਾਂਜੀ 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 ਆ ਰਹੀ ਹੈ ਜੀ। ਹਾਂ, ਮੈਂ ਕਿਹਾ ਜਿਹੜੇ ਹੋਰ ਸਿੰਘ ਆ ਉਹਨਾਂ ਨਾਲ ਅੱਗੇ ਗੱਲ ਕਰਾਓ, ਕੌਣ ਆ ਹੋਰ ਜਿਨ੍ਹਾਂ ਨਾਲ ਅਸੀਂ ਗੱਲ ਕਰ ਸਕਦੇ ਹਾਂ? ਹਾਂਜੀ, ਇਹ ਭਾਈ ਹਰਜੀਤ ਸਿੰਘ ਜੀ ਪ੍ਰਧਾਨ ਰੋਮਾ ਤੇ ਆ, ਰੋਮਾ ਗੁਰਦੁਆਰਾ ਸਾਹਿਬ ਤੋਂ ਉੱਥੇ ਪ੍ਰਧਾਨ ਰਹੇ, ਉਹਨਾਂ ਨੂੰ ਕਰੋ। ਹਾਂਜੀ, ਕਰਾਓ ਜੀ, ਕਰਾਓ। ਹਾਂਜੀ ਹਾਂਜੀ ਜੀ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ ਹਰਜੀਤ ਸਿੰਘ ਜੀ ਰੋਮਾ ਵਾਲਿਓ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਬੜੀ ਕਿਰਪਾ ਕਿਰਪਾ, ਤੁਸੀਂ ਸੁਣਾਓ ਸੱਚੇ ਪਾਤਸ਼ਾਹ ਦੇ ਆਨੰਦ ਆ। ਹਾਂ, ਚੜ੍ਹਦੀ ਕਲਾ, ਸਾਨੂੰ ਤਾਂ ਆਹੀ ਜਿੱਦਾਂ ਫਿਕਰ ਲੱਗਾ ਹੋਇਆ, ਬੱਚੇ ਦਾ ਜਿਹੜਾ 2 ਸਾਲ ਦਾ ਮਾਸੂਮ ਬੱਚਾ ਉੱਥੇ ਬੋਰ ਦੇ ਵਿੱਚ ਡਿੱਗਿਆ ਹੋਇਆ, ਵੀ ਜਦੋਂ ਜਿਹਦਾ ਹਾਲੇ ਤੱਕ ਵੀ ਜਿੱਦਾਂ ਕੋਈ ਪਤਾ ਨਹੀਂ ਲੱਗ ਰਿਹਾ ਵੀ ਉਹ ਕਰ ਕੀ ਰਹੇ ਆ, ਤੁਹਾਨੂੰ ਕਿੱਦਾਂ ਲੱਗਦਾ? ਹਾਂਜੀ ਹਾਂਜੀ, ਵਿੱਚ ਇੱਕ ਗੱਲ ਵੀ ਜਿੱਦਾਂ ਆਪਾਂ ਇੱਥੇ ਬਾਹਰ ਸਿਸਟਮ ਹੈ ਵੀ ਕੋਈ ਵੀ ਕੰਮ ਕਰਦੇ ਉਹਦੇ ਬਕਾਇਦਾ ਸਾਰਾ ਹੀ ਐਨ ਬਿਲਕੁਲ ਨਿਬੇੜ ਕੇ ਤੇ ਉਹਨਾਂ ਨੇ ਫਿਰ ਜਾਣਾ ਵੈ। ਹਾਂ, ਜਿੱਦਾਂ ਆਪਣੇ ਬੋਰ ਕਰਦੇ ਆ, ਬੋਰ ਦੇ ਉੱਤੇ ਕੋਈ ਢੱਕਣ ਨਹੀਂ ਲਾਇਆ ਜਾਂਦਾ, ਕੋਈ ਗੱਲ ਨਹੀਂ ਬਾਤ ਨਹੀਂ, ਪਰ ਵੈਸੇ ਹੋਣਾ ਉੱਥੇ ਇੱਦਾਂ ਦਾ ਸਿਸਟਮ ਚਾਹੀਦਾ, ਕਿਉਂਕਿ ਪਹਿਲਾਂ ਵੀ ਕਈ ਵਾਰੀ ਇਹੋ ਜਿਹੇ ਭਾਣੇ ਵਾਪਰੇ ਵੀ ਬੋਰ ਦੇ ਵਿੱਚ ਬੱਚਾ ਡਿੱਗਿਆ ਜੀ, 4-5 ਵਾਰੀ ਤਾਂ ਅਸੀਂ ਆਪ ਖੁਦ ਦੇ ਗੱਲਾਂ ਸੁਣੀਆਂ ਨੇ ਨਾ। ਹਾਂਜੀ ਹਾਂਜੀ, ਇਹ ਸੁਰੱਖਿਆ ਦੇ ਸਿਸਟਮ ਇੱਦਾਂ ਦਾ ਹੈ ਨਹੀਂ ਕੋਈ ਵੀ, ਬੋਰ ਕੀਤਾ ਤੇ ਬੋਰ ਦੇ ਉੱਤੇ ਬਕਾਇਦਾ ਢੱਕਣ ਲਾ ਕੇ ਬਕਾਇਦਾ ਉਹਨੂੰ ਕੱਸ ਕੇ ਕੀਤਾ ਜਾਵੇ ਵੀ ਉੱਤੋਂ, ਚਲੋ ਅੱਜ ਤੇ ਬੱਚਾ ਡਿੱਗਾ, ਕੋਈ ਹੋਰ ਕੋਈ ਚੀਜ਼ ਵੀ ਡਿੱਗੇ ਜਾਂ ਕੋਈ ਜ਼ਹਿਰੀਲੀ ਚੀਜ਼ ਡਿੱਗੇ, ਕੱਲ੍ਹ ਨੂੰ ਆਪਾਂ ਮੋਟਰ ਵਾਹੁੰਦੇ ਹਾਂ ਪਾਣੀ ਚੱਲਦਾ ਵਾ, ਕੋਈ ਪੀ ਲਵੇ, ਕੋਈ ਹੋਰ ਨੁਕਸਾਨ ਹੋਵੇ,
ਇਹ ਚੀਜ਼ਾਂ ਦੇ ਵਿੱਚ ਜਿੱਥੇ ਮਤਲਬ ਜ਼ਿੰਮੇਵਾਰ ਆਪਾਂ ਹੁਣ ਕਹਿ ਰਹੀ ਚਲੋ ਜਿਹੜੀ ਸਿਸਟਮ ਦੀ ਘਾਟ ਆ ਉਹ ਵੀ ਹੈਗੀ ਆ, ਅਤੇ ਅਸੀਂ ਆਪਣੀ ਸਾਡੀ ਲੋਕਾਂ ਦੀ ਆਪਦੀ ਅਣਗਹਿਲੀ ਵੀ ਆ, ਅਸੀਂ ਕਈ ਵਾਰੀ ਉਹਦੇ ਉੱਪਰ ਬੋਰੀ ਬੰਨ੍ਹ ਦਿੰਦੇ ਹਾਂ ਜਾਂ ਉੱਦਾਂ ਖੁੱਲ੍ਹਾ ਰਹਿਣ ਦਿੰਦੇ ਹਾਂ ਵੀ ਇੱਥੇ ਕੀ ਲਾਉਣਾ ਆ, ਅਤੇ ਮੁੜ ਕੇ ਜਦੋਂ ਇੱਦਾਂ ਦੀ ਘਟਨਾ ਵਾਪਰ ਜਾਂਦੀ ਆ, ਮਤਲਬ ਉਹ ਭਾਈ ਵਕੀਲ ਸਿੰਘ ਹੁਣੀ ਪਹਿਲਾਂ ਕਹਿ ਕੇ ਗਿਆ ਵੀ ਜਿਹੜੀ 100 ਰੁਪਈਏ ਦੀ ਪਲੇਟ ਆਉਣੀ ਆ ਜਾਂ ਉੱਪਰ ਕਵਰ ਕਰਨ ਲਈ ਉਹ ਨਹੀਂ ਲਾਉਣੀ, ਅਸੀਂ ਆ ਇੰਨੇ ਖਰਚੇ ਕਰ ਲੈਣੇ ਆ, ਨਾਲੇ ਜਾਨ ਨੂੰ ਕਿੰਨਾ ਖਤਰਾ ਆ। ਅਸੀਂ 2-3 ਲੱਖ ਰੁਪਈਆ ਮੋਟਰ ਦੇ ਉੱਤੇ ਲਾ ਲਿਆ, ਸਿਰਫ 100-200-400 ਹਜ਼ਾਰ ਰੁਪਏ ਦੀ ਵੱਧ ਤੋਂ ਵੱਧ ਪਲੇਟ ਹੋਣੀ ਹੈ। ਹਾਂਜੀ। ਦੂਜੀ ਨਗਲ ਹੀ ਉਹਨਾਂ ਦੇ ਮਾਂ ਬਾਪ ਦੀ ਵੀ, ਜਿਹੜੇ 3 ਸਾਲ ਦਾ ਬੱਚਾ ਵੀ ਤੁਸੀਂ ਉਹਦਾ ਗੌਰ ਹੀ ਨਹੀਂ ਕਰਦੇ ਵੀ ਬੱਚਾ। ਦੋ ਸਾਲ ਦਾ ਜੀ, 3 ਦਾ ਨਹੀਂ 2 ਸਾਲ ਦਾ ਬੱਚਾ। ਤੇ 2 ਸਾਲ ਦੇ ਬੱਚੇ ਦਾ ਮਾਂ ਵੀ ਨਹੀਂ ਗੌਰ ਕੀਤੀ ਵੀ ਮੇਰਾ ਬੱਚਾ ਕਿੱਥੇ, ਮਾਂ ਤਾਂ ਰਹਿੰਦੀ ਨੀ ਬੱਚੇ ਦੇ ਬਗੈਰ 1 ਮਿੰਟ ਵੀ, ਮੇਰਾ ਬੱਚਾ ਕਿੱਥੇ ਗਿਆ। ਨਾਲੇ ਇੰਨਾ ਛੋਟਾ ਬੱਚਾ ਤਾਂ ਮਤਲਬ ਹਲੇ ਤੁਰਦਾ ਵੀ ਹੌਲੀ ਹੌਲੀ ਹੋਊਗਾ, ਕਿਹੜਾ ਉਹ ਇੰਨਾ ਤੇਜ਼, ਉਹਨੂੰ ਤਾਂ ਕੋਈ ਸਮਝ ਹੀ ਨਹੀਂ ਆਉਣੀ ਕਿੱਧਰ ਨੂੰ ਜਾ ਰਿਹਾ ਜਾਂ ਕੀ ਆ, ਜੇ ਘਰ ਦੇ ਲਾਗੇ ਸੀ ਜਾਂ ਕਿੱਥੇ ਸੀਗਾ, ਅਤੇ ਬਹੁਤ ਵੱਡੀ ਅਣਗਹਿਲੀ ਆ ਜਿਹੜੀ ਉਹਨਾਂ ਨੇ ਕੀਤੀ ਆ। ਅਤੇ ਹੁਣ ਮਤਲਬ 7 ਸਾਲ ਬਾਅਦ ਉਹਨਾਂ ਦੇ ਜਿੱਦਾਂ ਘਰ 'ਚ ਜਦੋਂ ਵਿਆਹ ਤੋਂ ਬਾਅਦ ਇਹ ਪਰਿਵਾਰ 'ਚ ਜਿੱਦਾਂ ਬੱਚਾ ਪੈਦਾ ਹੋਇਆ, ਅਤੇ ਅੱਜ 2 ਸਾਲ ਦਾ ਅੱਜ ਉਹਦਾ ਜਨਮ ਦਿਨ ਸੀਗਾ, ਅਤੇ ਅੱਜ ਵੀ ਉਹ ਹੁਣ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਆ, ਮਤਲਬ ਕਿਹੜੇ ਹਾਲਾਤਾਂ ਦੇ ਵਿੱਚ ਉਹ ਹੋਣਾ ਆ। ਅਤੇ ਸਿਸਟਮ ਦੇ ਬਾਰੇ ਜਿੱਦਾਂ ਆਪਾਂ ਗੱਲ ਕਰਦੇ ਵੀ ਸਿਸਟਮ ਜਿਹੜਾ ਆ ਬਹੁਤ ਸਲੋ ਆ, ਅਤੇ ਜਿਹੜੇ ਉੱਥੇ ਬੰਦੇ ਵੀ ਜਿੱਦਾਂ ਜਿਹੜੀਆਂ ਖਬਰਾਂ ਦੇ ਰਹੇ ਵੀ ਉਹ ਕਹਿੰਦੇ ਜੀ ਉਸ ਪਾਸੇ ਨੂੰ ਜਾ ਹੀ ਨਹੀਂ ਰਿਹਾ ਜਾਂ ਪਤਾ ਹੀ ਨਹੀਂ ਲੱਗ ਰਿਹਾ, ਅਤੇ ਜਦੋਂ ਗੱਲ ਸੁਣਦੇ ਜੀ ਘੰਟੇ 'ਚ ਅੱਧੇ ਘੰਟੇ 'ਚ ਕੁਛ ਹੋ ਜਾਊਗਾ, ਵਾ ਹੁਣ ਲੱਗਾ, ਹੁਣ ਜੀ ਲੱਗਾ, ਫਤਿਹ ਵੀਰ ਬਾਹਰ ਆਉਣ ਲੱਗਾ, ਇੱਦਾਂ ਦੀਆਂ ਗੱਲਾਂ ਸੁਣਦੇ ਆ ਤੁਸੀਂ, ਤੁਹਾਨੂੰ ਜਦੋਂ ਇੱਦਾਂ ਦੀਆਂ ਗੱਲਾਂ ਸੁਣਦੇ ਤੁਹਾਨੂੰ ਕਿੱਦਾਂ ਲੱਗਦਾ? ਵੇਖੋ ਜੀ, ਇਹ ਤਾਂ ਜਿੱਦਾਂ ਦਾ ਬੱਚਾ ਕੱਢਦੇ ਪਏ, 5ਵਾਂ ਦਿਨ ਹੈ, ਉਦੋਂ ਦੀ ਗੱਲ ਹੋਈ ਜਾ ਰਹੀ ਵੀ 1 ਘੰਟੇ ਤੱਕ ਵੇਖੋ ਜੀ ਖਬਰਾਂ ਵਾਲੇ ਬਾਰ ਬਾਰ ਇਹੀ ਦੇਈ ਜਾਂਦੇ ਆ ਨੈਟ ਦੇ ਉੱਤੇ, 1 ਘੰਟੇ ਤੱਕ ਬੱਚਾ ਬਾਹਰ ਆ ਜਾਏ, ਫਤਿਹਵੀਰ ਸਿੰਘ ਜੀ 1 ਘੰਟੇ ਬਾਅਦ ਸਵੇਰੇ ਉੱਠ ਕੇ ਰੋਜ਼ ਦੇਖਦੇ ਹਾਂ ਅਸੀਂ, ਸ਼ਾਮਾਂ ਨਹੀਂ ਦੇਖਦੇ ਹਾਂ, ਨਿਤਨੇਮ ਕਰਦੇ ਹਾਂ, ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੀ 2 ਸਾਲ ਦਾ ਬੱਚਾ ਦਾ ਬਾਹਰ ਆ ਜਾਵੇ, ਤੇ ਮਾਂ ਨੂੰ 7 ਸਾਲਾਂ ਬਾਅਦ ਜੇ ਬੱਚਾ ਮਿਲਿਆ ਹੀ ਹੈ ਤੇ ਮਾਂ ਵੀ ਅਣਗਹਿਲੀ ਕੀਤੀ ਹੈ ਵੀ ਤੂੰ ਬੱਚਾ ਤਾਂ ਸੰਭਾਲ ਕੇ ਰੱਖ, ਤੈਨੂੰ ਇੰਨੀ ਦੇਰ ਬਾਅਦ ਬੱਚਾ ਮਿਲਿਆ, ਤੂੰ ਘੱਟੋ ਘੱਟ ਵੀ ਇਹਦੀ ਆਪਣੇ ਪੈਰਾਂ ਤੇ ਚੱਲਣ ਫਿਰਨ ਜੋਗਾ ਤੇ ਹੋਵੇ, ਆਪਣੇ ਉਹਨੂੰ ਸੋਝੀ ਹੋਵੇ ਵੀ ਮੈਂ ਇੱਧਰ ਨੂੰ ਨਹੀਂ ਜਾਣਾ, ਤੇ ਤਾਂ ਚੱਲ ਥੋੜ੍ਹਾ ਜਿਹਾ ਤੂੰ ਬੇਫਿਕਰੀ ਹੋ, 2 ਸਾਲ ਦਾ ਬੱਚਾ ਵਾ ਉਹ ਵੀ ਬੇਫਿਕਰ, ਤੇ ਉਹ ਜੇ ਕੱਢਣ ਵਾਲੇ ਨੇ ਅਸਲ ਵਿੱਚ ਤਾਂ ਜੇ ਕੋਈ ਜਿਹਨੂੰ ਪਤਾ ਹੋਵੇ ਵੀ ਆਪਾਂ ਆਹ ਕੰਮ ਜਿੱਦਾਂ ਕਰਨ ਵਾਲੇ ਸਰਕਾਰਾਂ ਦੇ ਕੰਮ ਹਨ, ਸਰਕਾਰਾਂ ਕੋਲ ਸਿਸਟਮ ਹੈ ਹੀ ਨਹੀਂ, ਤੇ ਲੋਕ ਵਿਚਾਰੇ ਕੀ ਕਰਨ ਉੱਥੇ ਬਾਲਟੀਆਂ ਦਾ ਰੇਤਾ ਬਾਹਰ ਕੱਢ ਕੱਢ ਕੇ, ਮਿੱਟੀ ਕੱਢ ਕੱਢ ਕੇ, ਤੇ ਉਹ ਕੀ ਕਰਨਗੇ ਉੱਥੇ? ਉਹ ਜਿਹੜੀ ਫੌਜ ਮਤਲਬ ਜਾਂ ਫੌਜ ਜਾਂ ਪ੍ਰਸ਼ਾਸਨ ਨੂੰ ਉਦਣੇ ਕੁਛ ਕਰਨਾ ਚਾਹੀਦਾ, ਉਹ ਅੱਜ 5ਵੇਂ ਦਿਨ ਜਿੱਦਾਂ ਹੁਣ ਪਤਾ ਲੱਗ ਰਿਹਾ ਵੀ ਫੌਜ ਵੀ ਆ ਗਈ ਆ, ਅਤੇ ਹੁਣ ਤਾਂ ਉੱਥੇ ਯਾਰ ਐਂਬੂਲੈਂਸ ਵੀ ਖੜ੍ਹ ਗਈ ਆ, ਜਦੋਂ ਲੋਕਾਂ ਦੀ ਤੋਏ ਤੋਏ ਪੂਰੀ ਦੁਨੀਆ ਦੇ ਵਿੱਚ ਹੋਈ ਆ, ਪੰਜਾਬ ਸਰਕਾਰ ਦੀ ਵੀ ਤਾਂ ਹੁਣ ਥੋੜ੍ਹੀ ਜਿਹੀ ਬਹੁਤ ਜਿੱਦਾਂ ਹਿਲਜੁਲ ਜਿਹੜੀ ਆ ਸ਼ੁਰੂ ਹੋਈ ਆ। ਹਾਂਜੀ, ਇਹਨਾਂ ਨੂੰ ਜੇ ਪੁਲਿਸ ਨੂੰ ਜੇ ਕਹਿ ਸਿੰਘਾਂ ਨੂੰ ਇਹਨਾਂ ਨੇ ਡਾਂਗ ਫੇਰਨੀ ਤਾਂ ਫਿਰ 5 ਮਿੰਟਾਂ 'ਚ ਆ ਜਾਂਦੇ ਨੇ, ਅਤੇ ਹੁਣ ਜੇ ਬੱਚਾ ਬੋਚ ਦੇ ਗਿਆ ਤਾਂ ਹੁਣ ਨਹੀਂ ਕੋਈ ਵੀ ਆ, ਹਾਂ ਨਾ ਪੁਲਿਸ ਆਈ ਆ, ਪੁਲਿਸਾਂ ਨੇ ਡਾਂਗਾਂ ਲੈ ਕੇ ਤਾਂ ਫਟ ਆ ਜਾਂਦੇ ਨੇ, ਨਹੀਂ ਜੀ ਨਹੀਂ ਉੱਥੇ ਆ ਵੇਖੋ ਜੀ ਤੁਸੀਂ ਸਿੰਘਾਂ ਨੇ ਨਹੀਂ ਉੱਧਰ ਨੂੰ ਜਾਣਾ ਜੀ, ਫਟ ਡਾਂਗਾਂ ਲੈ ਕੇ ਅੱਗੋਂ ਦੀ ਖੜ੍ਹ ਜਾਂਦੇ ਨੇ ਲੈ ਕੇ ਨਾਕੇ ਲਾ ਲੈ ਕੇ, ਹੁਣ ਨਾ ਪੁਲਿਸ ਹੀ ਗਈ ਉੱਥੇ ਤੇ ਨਾ ਫੌਜ ਗਈ, ਅੱਜ 5ਵੇਂ ਦਿਨ ਉੱਥੇ ਪਹੁੰਚਣ ਡੇ ਨੇ। ਅਤੇ ਉਹ ਜਿਹੜੀਆਂ ਬਹੁਤ ਜਿੱਦਾਂ ਆਪਣੇ ਆਪਾਂ ਕਹਿੰਦੇ ਹਾਂ ਸੇਵਾ ਪੰਥੀ ਜਥੇਬੰਦੀਆਂ ਵੀ ਲੋਕਾਂ ਦੀ ਭਲਾਈ ਬੜਾ ਕਰ ਰਹੀਆਂ ਆ, ਉਹ ਵੀ ਕੋਈ ਬਾਹਲੀਆਂ ਨਹੀਂ ਦਿੱਤੀਆਂ ਉੱਥੇ, ਜਿੱਦਾਂ ਉੱਦਾਂ ਦਾ ਆਮ ਲੋਕ ਤਾਂ ਬਹੁਤ ਗਏ ਆ ਵੀ ਜਿਨ੍ਹਾਂ ਨੇ ਵੱਡੇ ਵੱਡੇ ਮਤਲਬ ਕਈ ਵਾਰੀ ਫੋਟੋਆਂ ਖਿਚਾਉਣ ਨੂੰ ਜਾਂ ਇਹ ਜੀ ਅਸੀਂ ਬੜਾ ਕੰਮ ਕਰਦੇ ਹਾਂ, ਆ ਪਿੱਛੇ ਜਿਹਾ ਲੁਧਿਆਣੇ ਦੇ ਵਿੱਚ ਉਹ ਜਿਹੜਾ ਨੌਜਵਾਨ ਆ ਪਤਾ ਨਹੀਂ ਉਦੋਂ ਮੈਨੂੰ ਨਾਂ ਭੁੱਲ ਗਿਆ ਉਹਦਾ ਵਿਸਰ ਗਿਆ ਵੀ ਉਹ ਉਹਦੇ ਪਿਤਾ ਦੇ ਮਤਲਬ ਕੱਪੜੇ ਪਾੜਦੇ ਤੇ ਉਦੋਂ ਬਾਅਦ ਕਿੱਦਾਂ ਮਤਲਬ ਸਾਰਾ ਲੁਧਿਆਣਾ ਭਰ ਗਿਆ, ਤੇ ਹੁਣ ਉਹ ਬੰਦੇ ਦੱਸੇ ਨਹੀਂ ਕਿਤੇ ਵੀ ਇੱਦਾਂ ਦੇ ਜਿਹੜੇ ਮੁਰੇ ਆਏ। ਨਹੀਂ ਜੀ ਉਹ ਹੁਣ ਉਹ ਉਦੋਂ ਪਿਓ ਦਾ ਮਸਲਾ ਸੀ ਨਾ, ਇਹ ਹੁਣ ਕਿਸੇ ਦਾ ਦੁੱਖ ਤਾਂ ਹੈ
ਜੇ ਆਪਣਾ ਹੋਵੇ ਤੇ ਫੇਰ ਤਾਂ ਸਾਨੂੰ ਦੁੱਖ ਲੱਗਦਾ, ਜੇ ਕਿਸੇ ਦਾ ਹੋਵੇ ਤੇ ਫੇਰ ਸਾਨੂੰ ਦੁੱਖ ਨਹੀਂ ਨਾ ਹੈਗਾ। ਹਾਂਜੀ ਤੇ ਜੇ ਬਹੁਤ ਉਹ ਤੇ ਗੱਲ ਤਾਂ ਵੀ ਸਾਡੇ ਪਿਓ ਦੇ ਗਲਵੇਂ ਨੂੰ ਹੱਥ ਪਾਇਆ ਤੇ ਫੇਰ ਤਾਂ ਸਾਨੂੰ ਦੁੱਖ ਲੱਗਣਾ ਹੀ ਭੁੜਕਣਾ, ਜੇ ਕਿਸੇ ਦੇ ਪਿਓ ਤੋਂ ਗਲਵੇਂ ਨੂੰ ਹੱਥ ਪਾਇਆ ਤੇ ਫੇਰ ਅਸੀਂ ਵੀ ਪਰੇ ਹੋ ਗਏ ਸੁਣਾਵੇ ਨਾ। ਹਾਂ ਤੇ ਫਿਰ ਵੀ ਜਿਹੜਾ ਸਿਸਟਮ ਨੂੰ ਸੁਧਾਰਨ ਲਈ ਜਾਂ ਲੋਕਾਂ ਨੂੰ ਆਪਣੇ ਵੱਲੋਂ ਕੀ ਸੁਝਾਅ ਦੇਣਾ ਚਾਹੁੰਦੇ ਵੀ ਜਿਹੜੀ ਇਹੋ ਜਿਹੀ ਘਟਨਾ ਮੁੜ ਕੇ ਨਾ ਵਾਪਰੇ? ਵੇਖੋ ਜੀ ਇਹੋ ਜਿਹੀ ਤੇ ਤਕਰੀਬਨ ਜਿਹੜੇ ਮੇਰਾ ਜਿੱਥੋਂ ਤੱਕ ਮੇਰਾ ਦਿਮਾਗ ਕਹਿੰਦਾ ਵੀ ਜਦੋਂ ਬੋਰ ਕਰਨ ਵਾਲੇ ਨੇ ਕੋਈ ਵੀ ਇਹੋ ਜਿਹੇ ਨੇ ਜਦੋਂ ਬੋਰ ਕੀਤਾ ਜਾਂਦਾ ਬਕਾਇਦਾ ਉਹਦੇ ਤੇ ਢੱਕਣ ਹੋਵੇ ਜਾਂ ਅਲਮੋਨੀਅਮ ਜਾਂ ਦੇਗ ਦਾ ਹੋਵੇ ਤੇ ਚਾਹੇ ਲੋਹੇ ਦਾ ਹੋਵੇ ਬਕਾਇਦਾ ਲਾ ਕੇ ਉਹਦੇ ਨਟ ਕੱਸੇ ਹੋਣ ਵੀ ਦੁਬਾਰਾ ਇਹੋ ਜਿਹੀ ਘਟਨਾ ਨਾ ਵਾਪਰੇ। ਠੀਕ ਆ, ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਤੇ ਹੋਰ ਸਿੰਘ ਰਹਿੰਦੇ ਆ ਹਲੇ ਗੱਲਬਾਤ ਕਰਨ ਵਾਲੇ? ਹਾਂਜੀ ਅਜੇ ਸਿੰਘ ਇੱਕ ਹੋਰ ਹੈਗਾ ਜੀ। ਹਾਂਜੀ ਕਿਰਾਓ ਕੌਣ ਆ ਸਿੰਘ ਜਿਹੜੇ? ਹਾਂਜੀ ਕੀ ਨਾਂ ਇਹਨਾਂ ਦਾ ਭਾਈ? ਭਾਈ ਸਾਹਿਬ ਦਾ? ਹਾਂਜੀ ਦਰਸ਼ਕੋ, ਅਸੀਂ ਇਟਲੀ ਦੇ ਵਿੱਚੋਂ ਭਾਈ ਪ੍ਰਗਟ ਸਿੰਘ ਦੇ ਨਾਲ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਆ ਉੱਥੇ ਗੱਲਬਾਤ ਕਰ ਰਹੇ ਹਾਂ। ਤੇ ਸਿੰਘ ਜਿਹੜੇ ਆ ਆਲੋ ਜੀ, ਹਾਂਜੀ ਹਾਂਜੀ ਭਾਈ ਬਲਰਾਮ ਸਿੰਘ ਜੀ ਕਮੇਟੀ ਦੇ ਮੈਂਬਰ ਨੇ ਤੇ ਆਲੋ ਇਹਨਾਂ ਨਾਲ ਕਰੋ ਜੀ ਗੱਲ ਤੁਸੀਂ। ਹਾਂਜੀ ਧੰਨਵਾਦ ਜੀ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਸ਼ੁਭ ਨਾਮ ਆਪਣਾ ਜੀ ਭਾਈ ਸਾਹਿਬ? ਭਾਈ ਬਲਰਾਮ ਸਿੰਘ ਜੀ। ਭਾਈ ਬਲਰਾਮ ਸਿੰਘ ਜੀ, ਜੀ ਆਇਆਂ ਕਹਿੰਦੇ ਹਾਂ ਆਵਾਜ਼ੇ ਗੁੰਮ ਟੀਵੀ 'ਤੇ, ਅਤੇ ਗੱਲਬਾਤ ਅਸੀਂ ਉਹ ਮਾਸੂਮ ਬੱਚੇ ਦੀ ਕਰ ਰਹੇ ਹਾਂ ਜਿਹਦੇ ਦੁਨੀਆ ਦੇ ਵਿੱਚੋਂ ਹਰ ਇੱਕ ਦੀ ਜਿਹੜੀ ਆ ਨਜ਼ਰ ਆ ਉੱਥੇ ਲੱਗੀ ਹੋਈ ਆ ਬਈ ਕੀ ਹੋ ਰਿਹਾ ਕਿਵੇਂ ਹੋ ਰਿਹਾ। ਹੁਣ ਵੀ ਫਤਿਹ ਵੀਰ ਬਾਹਰ ਆ ਗਿਆ, ਹੁਣ ਵੀ ਆ ਗਿਆ, ਹਰ ਇੱਕ ਦੀ ਟਿਕਟ ਕੀ ਉੱਧਰਲੇ ਪਾਸੇ ਨੂੰ ਲੱਗੀ। ਇਸ ਕਰਕੇ ਅਸੀਂ ਅੱਜ ਉਹਦਾ ਬੱਚੇ ਦਾ ਜਨਮ ਦਿਨ ਵੀ ਸੀ ਅਤੇ ਇਸ ਕਰਕੇ ਜਿਹੜਾ ਅਸੀਂ ਪ੍ਰੋਗਰਾਮ ਰੱਖਦੇ ਉਹਦੇ 'ਚ ਇਹੀ ਰੱਖਿਆ ਵੀ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ। ਤੁਸੀਂ ਕੀ ਮਹਿਸੂਸ ਕਰਦੇ ਹੋ? ਭਾਈ ਸਾਹਿਬ ਇਹ ਆਪਣਾ ਦੋ ਵਾਰ ਇਹ ਦੋ ਤਿੰਨ ਵਾਰ ਚਾਂਸ ਹੋ ਚੁੱਕਿਆ ਜੀ ਬੋਰ ਵਾਲਾ ਜੀ। ਅੱਛਾ ਜੀ। ਤੇ ਇਹਦੇ ਵਿੱਚ ਕਾਫੀ ਬੱਚੇ ਗਿਰ ਚੁੱਕੇ ਆ ਤੇ ਮੈਂ ਤਾਂ ਇਹੀ ਮੰਨਦਾ, ਹੁਣ ਵੀ ਸਾਡੀ ਇਹੀ ਗੱਲਬਾਤ ਚੱਲ ਰਹੀ ਸੀ ਹਾਂ ਹਾਂ, ਕਿ ਜ਼ਿਆਦਾ ਲਾਪਰਵਾਹੀ ਮਸ਼ੀਨਾਂ ਵਾਲਿਆਂ ਦੀ ਹੈ ਜੀ ਤੇ ਜਿਹੜੇ ਪਰਿਵਾਰਕ ਮੈਂਬਰਾਂ ਦੀ ਹੈ। ਮਸ਼ੀਨਾਂ ਵਾਲਿਆਂ ਦੀ ਕਿਵੇਂ ਗੱਲ? ਇੱਕ ਤਾਂ ਮਸ਼ੀਨਾਂ ਵਾਲਿਆਂ ਨੂੰ ਥੋੜਾ ਜਿਹਾ 2 ਫੁੱਟ ਦੇ ਕਰੀਬ ਇਹਨੂੰ ਉਚਾਈ ਚ ਰੱਖਣਾ ਚਾਹੀਦਾ ਜੀ। ਅੱਛਾ। ਕੋਈ ਵੀ ਬੋਰ ਹੈ ਜੀ 2 ਜਾਂ 3 ਫੁੱਟ ਵੀ ਕੋਈ ਏਦਾਂ ਦਾ ਹਾਦਸਾ ਨਾ ਹੋ ਸਕੇ ਬਾਹਰ ਨੂੰ ਕੱਢ ਤੇ ਦੇਣਾ ਦੂਜੀ ਪਰਿਵਾਰਕ ਮੈਂਬਰਾਂ ਨੂੰ। ਹਾਂਜੀ ਠੀਕ ਹੈ। ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਥੋੜਾ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਜੀ। ਠੀਕ ਹੈ। ਤੇ ਤੀਜੀ ਫਿਰ ਸਰਕਾਰਾਂ ਦਾ ਆਪਾਂ ਨੂੰ ਪਤਾ ਹੀ ਹੈ ਜੀ ਪੰਜਾਬ ਦੇ ਵਿੱਚ। ਹਾਂ ਪੂਰੇ ਮਤਲਬ ਆਪਾਂ ਜੇ ਗੱਲ ਨੂੰ ਇੱਦਾਂ ਲੈ ਲਈਏ ਵੀ ਜੇ ਕਿਤੇ ਘਟਨਾ ਹੋਰ ਕਿਸੇ ਅਮੀਰਜ਼ਾਦੇ ਦੀ ਜਾਂ ਕਿਸੇ ਮੰਤਰੀ ਦੇ ਜਾਂ MLA ਦੀ ਜਾਂ MP ਦੇ ਨਿਆਣੇ ਨਾਲ ਵਾਪਰੀ ਹੁੰਦੀ ਤੇ ਫਿਰ ਹਾਲਾਤ ਕੁਝ ਹੋਰ ਹੋਣੇ ਸੀ। ਹਾਂਜੀ ਫਿਰ ਹਾਲਾਤ ਕੁਝ ਹੋਰ ਹੋਣੇ ਸੀ ਤੇ ਹੁਣ ਵੀ ਉੱਥੇ ਅਸੀਂ ਦੇਖ ਰਹੇ ਹਾਂ ਜੀ ਜ਼ਿਆਦਾਤਰ ਸਰਕਾਰੀ ਮਤਲਬ ਜਿੱਦਾਂ ਤੁਸੀਂ ਦੱਸਿਆ ਜੀ ਸਿਲੰਡਰ 'ਚੋਂ ਗੈਸ ਮੁੱਕ ਰਹੀ ਸੀ, ਵਾਰ ਵਾਰ ਅਨਾਊਂਸਮੈਂਟ ਕਰਨੀ ਪੈ ਰਹੀ ਸੀ ਵੀ ਆ ਜਾਓ ਨੇੜੇ ਆ ਜਾਓ। ਹਾਂਜੀ ਹਾਂਜੀ। ਤੇ ਇੱਦਾਂ ਦੇ ਮੁੱਦੇ ਤੇ ਕਿੰਨੇ ਦਿਨ ਹੋ ਚੁੱਕੇ ਆ ਤੇ ਕੋਈ ਪ੍ਰਬੰਧ ਹੈ ਨਹੀਂ ਜੀ, ਫੌਜ ਪਹਿਲਾਂ ਆ ਨਹੀਂ ਸੀ ਰਹੀ ਤੇ ਹੁਣ ਆਈ ਆ ਜੀ। ਹਾਂਜੀ। ਤੇ ਜਿਹੜਾ ਮਤਲਬ ਸਿਸਟਮ ਹੈਗੀ ਹੈਗਾ ਵੀ ਜੋ ਆਪਾਂ ਜਿੱਦਾਂ ਸਕਰੀਨ 'ਤੇ ਦੇਖਦੇ ਵੀ ਹਾਂ ਜਾਂ ਉਹ ਜਿਹੜੀਆਂ ਆਪਾਂ ਉੱਦਾਂ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਵੀ ਉਹ ਮਸ਼ੀਨਰੀ ਵੀ ਜਿਹੜੀ ਆ ਮਤਲਬ
ਉਹ ਜਿੱਦਾਂ ਨੋਰਮਲ ਜਿਹਾ ਹੀ ਕੋਈ ਜਿੱਦਾਂ, ਇੰਨੀ ਵਧੀਆ ਨਹੀਂ ਜੀ, ਹਾਂਜੀ ਕੋਈ ਹਾਂ ਇੰਨਾ ਵਧੀਆ ਨਹੀਂ ਜੀ ਹੈ। ਹਾਂ ਫਿਰ ਰੱਸਿਆਂ ਦੇ ਨਾਲ ਤਾਂ ਮਿੱਟੀ ਖਿੱਚ ਰਿਹਾ ਆ ਹਰ ਇੱਕ ਚੀਜ਼ ਦਾ, ਜਦੋਂ ਕਿ ਅੱਜ ਮਤਲਬ ਚਾਈਨਾ ਦੇ ਵਿੱਚ ਪਿੱਛੇ ਜਿਹੇ ਘਟਨਾ ਵਾਪਰੀ ਸੀ ਤਾਂ ਉੱਥੇ ਉਹਨਾਂ ਨੇ 2 ਘੰਟਿਆਂ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਆ ਉਹਨਾਂ ਨੇ ਹਾਂਜੀ 2 ਘੰਟੇ ਕਰ ਦਿਆ, ਜਿੱਦਾਂ ਉਹਨੂੰ ਬੱਚੇ ਨੂੰ ਬਾਹਰ ਕੱਢ ਲਿਆਂਦਾ ਸੀ, ਅਤੇ ਅੱਜ 5 ਦਿਨ ਹੋ ਗਿਆ, ਮਤਲਬ 100 ਘੰਟੇ ਤੋਂ ਵੀ ਉੱਪਰ ਸਮਾਂ ਮਤਲਬ ਹੋ ਗਿਆ ਉਹਨਾਂ ਨੂੰ, ਸਮਾਂ ਹੋ ਚੁੱਕਿਆ ਜੀ। ਹਾਂਜੀ, ਅਤੇ ਹਾਲੇ ਵੀ ਕੋਈ ਪ੍ਰਾਪਤੀ ਨਹੀਂ ਗੀ, ਹਾਲੇ ਵੀ ਹੁਣ ਪਤਾ ਨਹੀਂ ਵੀ ਹੋਣਾ ਕੀ ਆ। ਜਦੋਂ ਕੋਈ ਜਿੱਦਾਂ ਹੁਣ ਜੇ ਉੱਥੇ ਕਿਸੇ ਦੀ ਜਿਹੜੇ ਕੰਮ ਕਰਦੇ ਉਹਨਾਂ ਨੂੰ ਪੁੱਛਦੇ ਵੀ ਆ ਫੋਨ ਕਰਕੇ ਜਾਂ ਗੱਲ ਕਰਦੇ, ਉਹ ਕਹਿੰਦੇ ਜੀ ਉਹ ਸਾਨੂੰ ਤਾਂ ਅਗਲੇ ਪੁੱਛਦੇ ਨਹੀਂ, ਰੱਸੇ ਖਿੱਚਣ ਨੂੰ ਲਾਇਆ ਹੋਇਆ, ਅਤੇ ਇਹ ਹੁਣ ਪਤਾ ਨਹੀਂ ਰੱਬ ਦੇ ਭਾਣੇ 'ਚ ਕੀ ਹੋਊਗਾ। ਕੀ ਕਹਿਣਾ ਚਾਹੋਗੇ ਹੋਰ? ਹੋਰ ਬਸ ਇੰਨੀ ਗੱਲ ਕਹਿਣੀ ਚਾਹੂੰਗੇ ਜੀ, ਆਪਣੇ ਕੈਪਟਨ ਸਾਹਿਬ ਆ ਉਹਨਾਂ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ ਸੀ, ਉਹਨਾਂ ਦੇ ਆਉਣ ਨਾਲ ਇੱਦਾਂ ਆਪਣੇ ਥੋੜ੍ਹਾ ਜਿਹਾ ਜਿੱਦਾਂ ਪ੍ਰਬੰਧ ਆ ਉਹ ਥੋੜ੍ਹੇ ਜੰਗੀ ਪੱਧਰ 'ਤੇ ਵੀ ਪਹੁੰਚਦੇ ਆ, ਜੰਗੀ ਪੱਧਰ 'ਤੇ ਹੁੰਦੇ ਆ, ਉਹਨਾਂ ਨੇ ਇਕੱਲਾ ਆਪਣਾ ਹੈਲੀਕਾਪਟਰ ਭੇਜਤਾ ਜੀ। ਹਾਂ ਹਾਂ, ਅਤੇ ਉਹ ਵੀ ਆ ਜਾਂਦੇ ਅਤੇ ਥੋੜ੍ਹਾ ਜਿਹਾ ਹੋਰ ਕੋਈ ਸਹੂਲਤਾਂ। ਚਲੋ ਜੇ ਉਹਨੇ ਨਹੀਂ ਵੀ ਆਉਣਾ ਸੀ ਤਾਂ ਸਿਸਟਮ ਨੂੰ ਤਾਂ ਮਤਲਬ ਤੇਜ਼ੀ ਲਿਆ ਸਕਦੇ ਸੀ, ਕਹਿ ਸਕਦੇ ਸੀਗੇ ਵੀ ਜਲਦੀ ਕਰੋ ਇਹਨੂੰ, ਮਤਲਬ ਇਹ ਚੀਜ਼ ਨੂੰ। ਹਾਂਜੀ, ਉਹਨਾਂ ਦੇ ਆਉਣ ਨਾਲ ਹੀ ਫਿਰ ਤੁਹਾਨੂੰ ਪਤਾ ਹੀ ਜੀ, ਉਹਨਾਂ ਦੇ ਆਉਣ ਨਾਲ ਫਿਰ ਹਰ ਇੱਕ ਮਹਿਕਮਾ ਹਰਕਤ 'ਚ ਆਉਂਦਾ ਜੀ, ਆਪਣੇ ਤਹਿਸੀਲਦਾਰ ਹੋਏ, DC ਸਾਹਿਬ ਹੋਏ, ਸਾਰੇ ਉਹਨਾਂ ਦੇ ਆਉਣ ਨਾਲ ਹਰੇਕ ਨੇ ਆਪਣਾ ਥੋੜ੍ਹਾ ਜਿਹਾ ਜੰਗੀ ਪੱਧਰ 'ਤੇ ਕੰਮ ਚੱਲਦਾ। 5 ਦਿਨ ਹੋ ਚੁੱਕੇ ਆ, ਇੰਨੇ ਵਿੱਚ ਤਾਂ ਅਗਰ ਗੱਲ ਕਹਿਣੀ ਨਹੀਂ ਚਾਹੀਦੀ, ਅਗਰ ਸਾਰੇ ਮਤਲਬ ਇੰਨੇ ਵਿੱਚ ਤਾਂ ਅਗਰ ਕਹੀਆਂ ਨਾਲ ਵੀ ਲੱਗੇ ਹੁੰਦੇ ਤਾਂ ਵੀ ਬਹੁਤ ਅਰਦਾਸ ਕਰਦੇ ਆ ਜੀ ਕਿ ਬੱਚਾ ਸਹੀ ਸਲਾਮਤ ਹੋਵੇ ਜੀ। ਚਲੋ ਇਹ ਸਾਡੀ ਵੀ ਇਹੀ ਅਰਦਾਸ ਹੈ ਆਪਣੇ ਭਾਈ ਸਾਹਿਬ, ਮਹਾਰਾਜ ਕਿਰਪਾ ਕਰਨ ਬੱਚਾ ਮਤਲਬ ਸਹੀ ਸਲਾਮਤ ਹੋ ਜਾਏ, ਤੇ ਜਿਸ ਹਿਸਾਬ ਨਾਲ ਸਮਾਂ ਬੀਤ ਰਿਹਾ ਆ ਅਤੇ ਮਨ ਨੂੰ ਡਰ ਹੀ ਲੱਗਦਾ ਵੀ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਜਾਵੇ ਜਿਹਦੇ ਕਰਕੇ ਮਤਲਬ ਪਰਿਵਾਰ ਨੂੰ ਮਤਲਬ ਜਾਂ ਜਿਹੜੇ ਘਰ ਹੈ ਇੰਨਾ ਲੱਗੇ ਹੋਏ ਨਮੋਸ਼ੀ ਦਾ ਮੂੰਹ ਦੇਖਣਾ ਪਵੇ। ਹਾਂਜੀ, ਹੁਣ ਆਪਣੇ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ, ਅੱਛਾ ਗੱਲ ਕਰਨੀ ਚਾਹੁੰਦੇ? ਦੋ ਵਿਚਾਰ। ਹਾਂਜੀ ਗੱਲ ਕਰਨੀ ਜ਼ਰੂਰ ਜ਼ਰੂਰ। ਹਾਂਜੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਦਰਸ਼ਕੋ, ਤੁਸੀਂ ਵੀ ਅਗਰ ਕਾਲ ਕਰਨੀ ਚਾਹੁੰਦੇ ਹੋ ਤਾਂ ਜਿਹੜੇ ਨੰਬਰ ਆ ਦੋਨੇ ਸਕਰੀਨ 'ਤੇ ਆ ਰਹੇ ਆ, ਅਤੇ ਤੁਸੀਂ ਕਾਲ ਕਰ ਸਕਦੇ ਹੋ। ਤਾਂ ਅਸੀਂ ਇੱਕ ਵਾਰੀ ਫਿਰ ਭਾਈ ਪ੍ਰਗਟ ਸਿੰਘ ਹੁਣਾਂ ਨੂੰ ਕੋਈ ਗੱਲਬਾਤ ਕੀਤੀ ਆਈ ਹੈ ਉਹ ਕਰਨੀ ਚਾਹੁੰਦੇ ਉਹਨਾਂ ਨਾਲ। ਹਾਂਜੀ ਭਾਈ ਪ੍ਰਗਟ, ਹਾਂਜੀ ਭਾਈ ਪ੍ਰਗਟ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜਿਹੜੇ ਛੋਟੇ ਬੱਚੇ ਆ ਇਹਨਾਂ ਨੂੰ ਬਹੁਤ ਸਾਂਭ ਸੰਭਾਲ ਕੇ, ਜਿੱਦਾਂ ਜ਼ਿਮੀਂਦਾਰ ਹੋਰ ਆਪਣੇ ਕਾਰੋਬਾਰ ਆ ਹਰ ਇੰਡਸਟਰੀ ਏਰੀਆ ਚ ਕੋਈ ਵੀ ਆ, ਮਤਲਬ ਪਹਿਲਾਂ ਸੋਚੋ ਵੀ ਜਿਹੜੀ ਸੇਫਟੀ ਆ ਬੱਚੇ ਦੀ ਚਾਹੇ ਨੌਜਵਾਨ ਆ, ਪਹਿਲਾਂ ਹੀ ਸੋਚੋ। ਸਾਡੇ ਬਹੁਤੇ ਬੋਧੀ ਘਾਟ ਇਹ ਆ ਵੀ ਅਸੀਂ ਸੋਚਦੇ ਬਾਅਦ ਚ ਤੇ ਕੰਮ ਕਰਨ ਤੋਂ ਬਾਅਦ ਸੋਚਦੇ। ਹਾਂਜੀ, ਪਹਿਲਾਂ ਘਟਨਾ ਜਦੋਂ ਵਾਪਰ ਜਾਂਦੀ ਆ ਉਦੋਂ ਨਹੀਂ ਆਪਾਂ ਦੇਖਦੇ, ਤੇ ਬਾਅਦ ਦੇ ਵਿੱਚ ਜਿੱਦਾਂ ਸਾਡਾ ਧਿਆਨ ਉਧਰ ਨੂੰ ਹੁੰਦਾ ਆ, ਤੇ ਹੁਣ ਉਹ ਜੇ ਕਿਤੇ ਹਾਂਜੀ ਜੇ ਕਿਤੇ ਉਸੇ ਬੋਰਡ ਤੇ ਟੋਟਾ ਲਾਇਆ ਨਾ ਛੋਟਾ 2-4 ਫੁੱਟ ਦਾ, ਹਾਂਜੀ ਤੇ ਉਹਨਾਂ ਕੋਈ ਨੁਕਸਾਨ ਨਹੀਂ ਹੋਣਾ। ਹੁਣ ਕਿੰਨੀ ਮਤਲਬ ਕਿੰਨੀ ਮਾਸੂਮ ਜਾਨ ਇੱਕ ਕਿੱਦਾਂ ਮਤਲਬ ਫਸੀ ਹਨਾ। ਨਹੀਂ ਅੱਜ ਤਾਂ ਭਾਜੀ ਹੋਣੀ ਇੱਕ ਹੋਰ ਬਲਕਿ ਵਧੀਆ ਸੁਝਾਅ ਦਿੱਤਾ ਜੀ, ਉਹ ਕਹਿੰਦੇ ਵੀ ਜਿਹੜਾ ਪਾਇਆ ਪਿਆ ਜਿੱਦਾਂ ਆਪਾਂ ਥੱਲੇ ਧਰਤੀ ਦੇ ਬਰਾਬਰ ਹੀ ਰਹਿਣ ਦਿੰਦੇ ਹਾਂ, ਵੀ ਉਹਨੂੰ ਉੱਚਾ ਉੱਚਾ ਕਰਕੇ ਛੱਡ ਦਿੱਤਾ ਜਾਵੇ। ਬੰਦੇ ਨੂੰ ਉਹਦੀ ਹਾਈਟ ਉੱਚੀ ਹੋਵੇ, ਆਪੇ ਮਤਲਬ
ਕੋਈ ਗੱਲ ਨਾ ਵਾਪਰੇ ਹੈ, ਮਤਲਬ ਚਲੋ ਸਿਆਣੇ ਸਿਆਣੇ ਬੰਦੇ ਦਾ ਕੀ ਨੁਕਸਾਨ ਹੋਣਾ, ਚਲੋ ਬੱਚੇ ਦੇ ਮਤਲਬ ਜ਼ਿਆਦਾ ਖਤਰਾ ਹੁੰਦਾ ਵਾ ਪੈਣ ਨਾ ਕੱਟਣਾ। ਹਾਂਜੀ ਹਾਂਜੀ, ਤੇ ਇਹ ਨਾਲੇ ਜੀ ਪਹਿਲਾਂ ਵੀ ਹੋਈਆਂ ਜੀ, ਪਹਿਲਾਂ ਵੀ ਦੋ ਚਾਰ ਨਹੀਂ ਜ਼ਿਆਦਾ ਘਟਨਾ ਪਹਿਲਾਂ ਵਾਪਰੀਆਂ, ਪਰ ਇਹ ਸਾਡੇ ਜਿਹੜੇ ਭਰਾ ਵਾ ਸਾਡੇ ਵੀਰ ਭਰਾ ਵਾ ਸਮਝਦੇ ਇਸ ਗੱਲ ਨੂੰ ਕਹਿੰਦੇ। ਇਹ ਚਲੋ ਇੱਕ ਤਾਂ ਆਪਾਂ ਕਹਿੰਦੇ ਆਪਣੇ ਜਿੱਦਾਂ ਆਪਣੀ ਅਣਗਹਿਲੀ ਜਾਂ ਆਪਣੇ ਬੰਦੇ ਸਮਝਦੇ ਨੇਗੇ, ਦੂਸਰਾ ਚਲੋ ਚਲੋ ਜੇ ਇੱਦਾਂ ਦੀ ਘਟਨਾ ਵਾਪਰ ਹੁਣ ਇੱਥੇ ਇਟਲੀ ਦੇ ਵਿੱਚ ਕੋਈ ਘਟਨਾ ਵਾਪਰ ਜਾਏ ਅਤੇ ਮਤਲਬ ਇੱਥੇ ਤੁਹਾਡੇ ਅੱਗੇ ਦੋ ਬ੍ਰਿਜ ਟਕਰਾ ਗਿਆ ਸੀ ਅਤੇ ਕਿੰਨੀ ਛੇਤੀ ਉਹਨਾਂ ਨੇ ਐਨ ਨੂੰ ਇੱਕਦਮ ਜਿੱਦਾਂ ਮਤਲਬ ਹਰ ਇੱਕ ਨਾਗਰਿਕ ਲੀਡਰ ਕੋਈ ਵੀ ਮਤਲਬ ਪ੍ਰਸ਼ਾਸਨ ਤੱਕ ਉੱਪਰ ਤੱਕ ਸਾਰੇ ਮਤਲਬ ਉਹਨਾਂ ਦਾ ਧਿਆਨ ਉੱਥੇ ਵੀ ਇਹ ਕੰਮ ਸਰਕਾਰਾਂ ਖਰਚਾ ਲੈਂਦੀਆਂ ਵਾ, ਵੋਟ ਇਲੈਕਸ਼ਨਾਂ ਹੁੰਦੀਆਂ ਵਾ, ਜੇ ਲੀਡਰ ਬਣਦੇ ਆ ਤੇ ਉਹਨਾਂ ਦਾ ਕੰਮ ਸੇਵਾ ਇਹੀ ਹੁੰਦੀ ਆ, ਔਰ ਜੇ ਆਪੋ ਆਪਣੇ ਬੰਦੇ ਨੇ ਕਿਰਤ ਕਰਕੇ ਖਾਣੀ ਆ ਜਾਂ ਨੌਕਰੀ ਕਰਕੇ ਖਾਣੀ ਵੇਦ ਆਪਣਾ ਕਰੀ ਜਾਣਾ ਵਾ, ਸਰਕਾਰਾਂ ਕਿਹੜੇ ਕੰਮ ਵਾਸਤੇ ਹੁੰਦੀਆਂ। ਹਾਂਜੀ, ਸਾਰੇ ਲੋਕਾਂ ਨੂੰ ਉੱਥੇ ਮਤਲਬ ਜਿਹੜਾ ਪ੍ਰਸ਼ਾਸਨ ਆ ਉਹਦੇ ਚ ਵੀ ਤੇਜ਼ੀ ਆ ਜਾਣੀ ਸੀ, ਬੜਾ ਛੇਤੀ ਕੰਮ ਹੋ ਜਾਣਾ ਸੀ। ਤੇ ਫਿਰ ਪ੍ਰਗਟ ਸਿੰਘ ਜੀ, ਜਿਵੇਂ ਹੁਣ ਆਪਾਂ ਗੱਲ ਕਰਦੇ ਕਿ ਸਰਕਾਰਾਂ ਨੂੰ ਵੀ ਉਲਾਹਮੇ ਦਿੰਦੇ ਹਾਂ ਵੀ ਸਰਕਾਰਾਂ ਕੋਲ ਸਿਸਟਮ ਨਹੀਂ, ਜੇ ਹੁਣ ਦੇਸ਼ ਦੇ ਕੋਲ ਮਤਲਬ ਜਿਹੜੀਆਂ ਹੋਰ ਏਡੇ ਮਤਲਬ ਜੇ ਦੇਸ਼ ਦੇ ਵਿੱਚ ਚੀਜ਼ਾਂ ਜਿਹੜੀਆਂ, ਜੇ ਆਪਾਂ ਦਿੱਲੀ ਚਲ ਜਾਈਏ, ਕਲਕੱਤੇ ਚਲ ਜਾਈਏ ਜਾਂ ਜਿਹੜੇ ਮਰਜ਼ੀ ਸ਼ਹਿਰ 'ਚ ਚਲ ਜਾਈਏ, ਅਤੇ ਕਿੰਨੀ ਮਤਲਬ ਬਿਲਡਿੰਗਾਂ ਦੇ ਹਿਸਾਬ ਨਾਲ ਜਾਂ ਸਿਸਟਮ ਦੇ ਹਿਸਾਬ ਨਾਲ ਕਿੰਨੀ ਤਰੱਕੀ ਕੀਤੀ ਹੋਈ ਆ, ਪਰ ਜਦੋਂ ਇੱਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਆ ਉੱਥੇ ਮਤਲਬ ਕਹਿੰਦੇ ਜੀ ਚੀਜ਼ਾਂ ਹੈਗੀਆਂ, ਜਿੱਦਾਂ ਪਿੱਛੇ ਜਿਹੇ ਜਿਹੜੇ ਹੋਸਟਲ ਦੇ ਵਿੱਚ ਬੱਚੇ ਤਕਰੀਬਨ 27-28 ਬੱਚੇ ਜਿਹੜੇ ਸੜ ਕੇ ਮਰ ਗਏ, ਲੇਕਿਨ ਉਹਨਾਂ ਦੇ ਚੌਥੀ ਮੰਜ਼ਿਲ ਤੱਕ ਫਾਇਰ ਬ੍ਰਿਗੇਡ ਕੋਲ ਪੌੜੀ ਹੈ ਨਹੀਂ ਸੀਗੀ। ਪਿੱਛੇ ਦੇ ਚੰਡੀਗੜ੍ਹ ਅੱਗ ਲੱਗੀ ਸੀ, ਹਾਂ, ਫਾਇਰ ਬ੍ਰਿਗੇਡਾਂ ਪੈਂਚਰ ਹੀ ਖੜੀਆਂ ਸੀ, ਤੇਲ ਨਹੀਂ ਹੈਗਾ ਉਹਨਾਂ 'ਚ, ਪੈਂਚਰ ਹੀ ਖੜੀਆਂ। ਹਾਂਜੀ, ਗੱਡੀਆਂ ਪੈਂਚਰ ਹੋਈਆਂ, ਗੱਡੀਆਂ ਤੇ ਗੱਡੀਆਂ 'ਚ ਤੇਲ ਵੀ ਹੈ ਨਹੀਂ ਸੀਗਾ, ਤੇਲ ਨਹੀਂ। ਇਹ ਇੰਨਾ ਬੁਰੇ ਹਾਲਾਤ, ਇੰਨਾ ਮਤਲਬ ਕਿ ਤੁਸੀਂ ਹਿਸਾਬ ਲਓ ਵੀ ਮਤਲਬ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ, ਚਾਹੇ ਕੋਈ ਅਫਸਰ ਸਾਹਿਬ 'ਚ ਲਾ ਲਓ, ਚਾਹੇ ਸਰਕਾਰੀ ਨੌਕਰੀ ਲਾ ਲਓ, ਕੋਈ ਚਿੰਤਾ ਨਹੀਂ ਹੈਗੀ ਕਿਸੇ ਗੱਲ ਦੀ। ਬਸ ਇਹ ਪੈਸਾ ਕੁੱਟੋ, ਇਹ ਇੱਕ ਹੀ ਗੱਲ ਆ, ਪੈਸਾ ਹੈ ਨਹੀਂ ਗਾ, ਜਾਂ ਕਿ ਜਾਣ ਬੁੱਝ ਕੇ ਮਤਲਬ ਜਿਹੜਾ ਚੀਜ਼ਾਂ ਆਪ ਜਾਣ ਬੁੱਝ ਕੇ ਬਣਾਉਂਦੇ ਹੀ ਨਹੀਂ ਵੀ ਚਲੋ ਕੋਈ ਨਹੀਂ ਫੇਰ ਸਹੀ ਫੇਰ ਨਹੀਂ ਜੀ। ਪੈਸੇ ਵਾਲੀ ਕਮੀ ਕੋਈ ਨਹੀਂ ਜੀ, ਪੈਸਾ ਬਹੁਤ ਵਾ, ਪੈਸਾ ਆਉਂਦਾ ਵੀ, ਹੁਣ ਜਿਹੜਾ ਵੀ ਸਿਸਟਮ ਬਣਦਾ ਵਾ, ਹੋਸਪਿਟਲ ਬਣਦਾ ਵਾ, ਉਹਦੇ ਵਾਸਤੇ ਬਜਟ ਵੱਖਰਾ ਕੱਢਿਆ ਜਾਂਦਾ ਵਾ। ਹੁਣ ਜਿਹੜੇ ਡਾਕਟਰ ਵਾ ਉਹ ਦਵਾਈਆਂ ਆਉਂਦੀਆਂ ਨੇ, ਦਵਾਈਆਂ ਆਉਂਦੀਆਂ ਮਰੀਜ਼ਾਂ ਵਾਸਤੇ, ਓਰੀਜਨਲ ਆਉਂਦੀਆਂ, ਉਹ ਉਹਨਾਂ ਨੇ ਆਪਣੇ ਮੈਡੀਕਲ ਸਟੋਰ ਖੋਲ੍ਹੇ ਬਾਹਰ। ਹਾਂਜੀ, ਅਤੇ ਉਹ ਜਿਹੜੀ ਦਵਾਈ ਉਹ ਡਾਕਟਰ ਨੇ ਲਿਖਣੀ ਆ, ਕੁਝ ਹੈ ਸਰਕਾਰੀ, ਉਹ ਮਿਲਣੀ ਉੱਥੋਂ ਹੀ ਆ, ਉੱਥੋਂ ਮਿਲਣੀ, ਹੋਰ ਮਿਲਣੀ ਨਹੀਂ। ਇਹੋ ਜਿਹੇ ਸਿਸਟਮ ਬਹੁਤ ਚੱਲ ਰਹੇ ਆ, ਵੀ ਜਿਹੜੇ ਲੋਟਕ ਛੁੱਟ ਚੱਲ ਰਹੀ ਆ, ਇਹੋ ਹਾਲ ਜੇਲ੍ਹਾਂ 'ਚ ਚੱਲ ਰਿਹਾ, ਇਹੋ ਹਾਲ ਬਾਹਰ ਚੱਲ ਰਿਹਾ, ਸਭ ਚੱਲ ਰਿਹਾ। ਇਹ ਬੰਦੇ ਦੇ ਮਨ 'ਚ ਲਾਲਚ ਵੱਧ ਗਿਆ ਜਾਂ ਗੱਲ ਕੀ ਹੋਈ ਆ, ਕਿੱਥੇ ਮਤਲਬ ਆਪਾਂ ਆ ਕੇ ਗਲਤ ਹੋ ਗਿਆ? ਰੱਬ ਭੋਲਿਆ ਜੀ, ਹਾਂ, ਤੇ ਹਰ ਬੰਦਾ ਦੀ ਇਹੋ ਦੌੜ ਲੱਗੀ ਪੈਸੇ ਪਿੱਛੇ। ਕਿਸੇ ਨੂੰ ਸਬਰ ਨਹੀਂ ਹੈਗਾ, ਸਬਰ ਨਹੀਂ ਹੈਗਾ, ਕਹਿੰਦਾ ਵੀ ਮੈਂ ਲੁੱਟਣਾ, ਇਹ ਮੌਤ ਯਾਦ ਹੈ ਹੀ ਨਹੀਂ ਆ, ਵੀ ਜਾਂ ਅਸੀਂ ਸਾਨੂੰ ਮੌਤ ਆ ਜਾਣੀ ਆ, ਛੱਡ ਇੱਥੇ ਸਭ ਕੁਝ ਰਹਿ ਜਾਣਾ ਵਾ। ਇੱਕੋ ਹੀ ਗੱਲ ਆ ਵੀ ਮੈਂ ਭਰ ਲਾਂ ਕੋਠੀ ਤਕੜੀ ਬਣਾ ਲਾਂ, ਕਾਰੋਬਾਰ ਕਰ ਲਾਂ, ਤੇ ਗਾਂ ਮੁੰਡੇ ਨੂੰ ਛੱਡ ਜੂੰ, ਬੱਚਿਆਂ ਨੂੰ ਛੱਡ ਜੂੰਗਾ। ਹਾਂਜੀ, ਤੇ ਇਹਦੇ ਜੇ ਇੰਨੀ ਇੰਨੀ ਸੋਝੀ ਹੋਵੇ ਵੀ ਅਸੀਂ ਖੜਨਾ ਕੁਛ ਨਾਲ ਨਹੀਂ ਆ, ਸਬਰ ਸੰਤੋਖ ਰੱਖੀਏ,
ਆ ਜਿੱਦਾਂ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਆ, ਮਤਲਬ ਇੱਕ ਦੋ ਘਟਨਾ ਇਹੋ ਜਿਹੀਆਂ ਹੋਈਆਂ, ਮੈਨੂੰ ਖੁਦ ਪਤਾ ਵੀ ਬੰਦਾ ਮਤਲਬ ਜਿਹੜਾ ਮਰੀਜ਼ ਸੀਗਾ ਉਹ ਮਰਿਆ ਹੋਇਆ ਸੀ, ਲੇਕਿਨ ਉਹ ਪਰਿਵਾਰ ਵਾਲਿਆਂ ਤੋਂ ਫੇਰ ਵੀ ਪੈਸੇ ਲਈ ਜਾਂਦੇ ਸੀ, ਕਹਿੰਦੇ ਜੀ ਉਹ ਬੜੀ ਜਿੱਦਾਂ ਸਾਡੇ ਖੁਦ ਪਰਿਵਾਰ ਨੂੰ ਇੱਦਾਂ ਹੀ ਹੈ ਜੀ। ਅੱਛਾ, ਮੌਤ ਹੋਈ ਹੋਈ ਸੀ, ਲੇਕਿਨ ਉਹ ਕਹਿੰਦੇ ਸੀ ਠੀਕ ਹੈ ਬਈ ਕੋਈ ਨਹੀਂ ਬਚਾ ਲੈਣਾ, ਪੈਸੇ ਵੱਢ ਰਹੇ ਸੀ ਕਿਉਂ ਕਿਉਂ ਹੁਣ ਮਰੇ ਬੰਦੇ ਦਾ ਕੀ ਖਰਚਾ ਆਉਣਾ ਉਹਦਾ, ਬੋਤਲ ਲਾ ਛੱਡਣਗੇ ਇੱਕ ਵੱਡੀ ਗੱਲ ਹਨਾ, 50 ਦੀ 100 ਦੀ 200 ਦੀ ਬੋਤਲ ਆ ਜੂਗੀ ਠੀਕ ਹੈ ਕੋਈ ਦੀ ਉਹ ਲਾ ਛੱਡਣਗੇ। ਸਾਲ ਪੜ੍ਹਾਈ ਨੂੰ ਲੰਘ ਗਏ, ਫਿਰ ਨੌਕਰੀ ਲੱਗਣ ਵਾਸਤੇ, ਫਿਰ ਹਸਪੀਟਲ ਖੋਲਣ ਵਾਸਤੇ ਕਿੰਨੇ ਨੇ ਪੈਸਾ ਲਾਇਆ ਤੇ ਉਹਨਾਂ ਹੁਣ ਕਿੱਥੋਂ ਪੂਰਾ ਕਰਨਾ, ਨਹੀਂ ਤੇ ਹੋਰ ਗਰੀਬਾਂ ਤੋਂ ਥੋੜੀ ਕਰਨਾ ਜਾਂ ਲੋਕਾਂ ਨੂੰ ਜਿਹੜੇ ਜਿਨ੍ਹਾਂ ਦਾ ਬੰਦਾ ਹੀ ਮਰ ਗਿਆ, ਪਰ ਉਹ ਲੈਣ ਗਲਤ ਚ ਪੈ ਗਏ, ਉਹਨਾਂ ਵਾਸਤੇ 91 ਆ ਵਾਸਤੇ, ਜੇ ਉਹ ਨਹੀਂ ਪੈਸਾ ਲੁੱਟਦੇ ਕੁੱਟਦੇ ਤੇ ਆਪ ਉਹ ਲੈਣ ਦੇ ਨੀ ਆ ਸਕਦੇ, ਕਿਉਂ ਉਹਨਾਂ ਦੀ 40 ਚੱਲ ਪਈ ਆ ਜੋ ਆਪਣੇ ਸਟੱਡੀ ਕਰਨ ਲੱਗੇ ਆ, ਹਾਂਜੀ ਜਿਹਨੂੰ ਹੁਣ ਦਾਖਲਾ ਹੀ ਮਿਲਣਾ 1,00,000 ਰੁਪਇਆ ਲੈ ਕੇ ਉਹ ਕਰੂਗਾ ਕੀ। ਤੇ ਜਦੋਂ ਆਪਣੇ ਪ੍ਰਗਟ ਸਿੰਘ ਜੀ ਵੋਟਾਂ ਆਉਣੀਆਂ ਜਾਂ ਆਪਾਂ ਗੱਲ ਕਰਦੇ ਸਿਸਟਮ ਦੀ ਨਾ, ਉਦੋਂ ਬੜੇ ਵਾਅਦੇ ਕੀਤੇ ਜਾਂਦੇ ਆ ਆਪਣੇ ਮੈਨੀਫੈਸਟੋ ਦੇ ਵਿੱਚ, ਪਿੱਛੇ ਜਿਹਾ ਨਵੀਂ ਪਾਰਟੀ ਵੀ ਪੰਜਾਬ 'ਚ ਆਈ, ਉਹਨਾਂ ਬੜੇ ਵਾਅਦੇ ਕੀਤੇ ਵੀ ਅਸੀਂ ਤੁਹਾਨੂੰ ਇਹਨੂੰ ਜਿਹੜਾ ਮਤਲਬ ਭ੍ਰਿਸ਼ਟਾਚਾਰ ਰਹਿਤ, ਜਿਹੜਾ ਮਤਲਬ ਕੋਈ ਭ੍ਰਿਸ਼ਟਾਚਾਰ ਨਹੀਂ ਹੋਊਗਾ ਇਹੋ ਜਿਹਾ ਸਿਸਟਮ ਲਿਆਵਾਂਗੇ, ਅਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਖੁਦ ਹੀ ਇੰਨਾ ਭ੍ਰਿਸ਼ਟਾਚਾਰ ਦੇ ਵਿੱਚ ਲੁਪਤ ਸੀਗੇ ਕਿ ਲੋਕ ਹੱਕੇ ਪੱਕੇ ਰਹਿ ਗਏ। 30 ਸਾਲ ਤੋਂ ਮੈਂ ਸੁਣਦਾ ਆ ਰਿਹਾ ਜੀ, 30 ਸਾਲ ਵਿੱਚ 6 ਇਲੈਕਸ਼ਨਾਂ ਹੋ ਜਾਂਦੀਆਂ, ਤੇ ਇਹ ਲੀਡਰਾਂ ਦੇ ਝੂਠੇ ਵਾਅਦੇ ਕਦੀ ਤੇ ਆਪਣੇ ਵਾਅਦੇ ਉਤਰੇ ਨੀਗੇ। ਹਾਂ, ਜੇ ਕੋਈ ਉਤਰੂਗਾ ਵੀ 2-4% ਉਤਰੂਗਾ ਵੀ 100 ਚੋਂ ਕਿਤੇ, ਹਾਂਜੀ ਠੀਕ ਹੈ, ਕਿਤੇ ਇੱਕ ਅੱਧਾ ਆਪਣੇ ਇਲਾਕੇ ਚੋਂ ਇੱਦਾਂ ਦਾ ਕੰਮ ਕਰ ਦੂਗਾ ਜਿਹੜਾ ਦੱਸਣ ਵਾਸਤੇ ਵੇਖੋ ਜੀ ਫਲਾਣੇ ਦਾ ਆਹ ਕੰਮ ਕਰਾਇਆ ਹੈ ਨਾ। ਬਾਕੀ ਕੋਈ ਲੀਡਰਾਂ ਦੇ ਝੂਠੇ ਵਾਅਦੇ ਹੁੰਦੇ ਹਮੇਸ਼ਾ, ਠੀਕ ਹੈ, ਕੋਈ ਇਹਨਾਂ ਨੂੰ ਇਹ ਨਹੀਂ ਕਹੇ ਜਾਂ ਕੋਈ ਇੰਡੀਆ ਦੇ ਵਿੱਚ ਅਸੀਂ ਕੋਈ ਵਧੀਆ ਪ੍ਰਬੰਧ ਲਿਆਈਏ ਜਾਂ ਵਧੀਆ ਸਿਸਟਮ ਕਰੀਏ ਜਾਂ ਆਪਣੇ ਲੋਕਾਂ ਦਾ ਸੋਚੀਏ, ਗਰੀਬੀ ਇੰਨੀ ਆ ਹਨਾ, ਕੋਈ ਇਹਨਾਂ ਦਾ ਸਿਸਟਮ ਨਹੀਂ ਹੈਗਾ। ਤੇ ਜੇ 6 ਮਹੀਨੇ ਤੁਹਾਨੂੰ ਦੇ ਵੀ ਦੇਣਗੇ, ਜੇ ਇੱਕ ਨੂੰ ਪੈਨਸ਼ਨ ਮਿਲ ਜੂਗੀ 6 ਮਹੀਨੇ 5,000 ਰੁਪਇਆ, ਕੀ ਕਰੂਗਾ ਹੁਣ 6 ਮਹੀਨੇ 5,000 ਜਦੋਂ ਕੀ ਕਰੂਗਾ ਉਹ, ਹਨ ਕਿੱਥੋਂ ਖਾਊਗਾ ਉਹ। ਪ੍ਰਗਟ ਸਿੰਘ ਜੀ ਇਹ ਆ ਇਹਦੋਂ, ਹਾਂਜੀ ਇਹਦੋਂ ਇਹ ਆ ਇਹ ਕਾਰੋਬਾਰ ਖੋਲਣ, ਹਰ ਉਹਨੂੰ ਜਿਹੜਾ ਸਿਟੀ ਗਿਆ ਉੱਥੋਂ ਦਾ ਵਾ ਉਹਨੂੰ ਨੌਕਰੀ ਦੇਣਾ, ਉਹਨੂੰ ਖੁਦ ਇਹ ਗੱਲ ਚਾਹ ਵੀ ਮੈਂ ਨੌਕਰੀ ਕਰਨੀ ਆ ਆਪਣੇ ਪੈਸਾ ਕਮਾ ਕੇ ਮੈਂ ਆਪਣੀ ਰੋਟੀ ਖਾਣੀ ਆ, ਹਾਂਜੀ ਹਾਂਜੀ। ਹੁਣ ਜਦੋਂ ਚਲੋ ਵੋਟਾਂ ਦੀ ਗੱਲ ਆਪਾਂ ਨਾਲ ਤਾਂ ਜੋੜ ਰਹੇ ਹਾਂ ਕਿਉਂਕਿ ਸਿਸਟਮ ਦੇ ਵਿੱਚ ਆਉਂਦੀ ਆ, ਅਤੇ ਬਹੁਤ ਵਾਰੀ ਜਦੋਂ ਮਤਲਬ ਲੋਕਾਂ ਨੂੰ ਤਾਂ ਲਾਲਚ ਦਿੱਤੇ ਜਾਂਦੇ ਆ ਵੀ ਤੁਹਾਨੂੰ ਆਟਾ ਫਰੀ ਮਿਲ ਜਾਊ, ਤੁਹਾਨੂੰ ਦਾਲ ਫਰੀ ਮਿਲ ਜੂ, ਇਹ ਕਿਤੇ ਨਹੀਂ ਕਿਹਾ ਜਾਂਦਾ ਵੀ ਚਲੋ ਤੁਹਾਨੂੰ ਜੋਬ ਮਿਲ ਜਾਊਗੀ, ਤੁਹਾਨੂੰ ਕੰਮ ਤੇ ਲਵਾ ਦਾਂਗੇ, ਨੌਕਰੀ ਮਿਲ ਜਾਊਗੀ, ਇਹ ਗੱਲ ਕਹਿਣੀ ਚਾਹੀਦੀ ਇਹਨਾਂ ਨੂੰ। ਹਾਂ ਗੱਲ ਕਹਿਣੀ ਚਾਹੀਦੀ ਆ, ਤੇ ਨਾ ਜੇ ਮੰਨ ਲਓ ਵੀ ਬਾਦਲ ਬਾਦਲ ਕਹਿੰਦਾ ਵੀ ਮੰਨ ਲਓ ਬਾਦਲ ਸਰਕਾਰ ਕਹਿੰਦੀ ਆ ਕਿ ਆਟਾ ਦਾਲ ਤੁਹਾਨੂੰ ਫ੍ਰੀ ਦੇ ਦਾਂਗੇ, ਆ ਵੀ ਤੁਹਾਨੂੰ ਫ੍ਰੀ ਦੇ ਦਾਂਗੇ, ਸਾਈਕਲ ਵੰਡ ਦਾਂਗੇ, ਹਾਂਜੀ ਇਸ ਜੇ ਬਾਦਲ ਦੀ ਸਰਕਾਰ ਚ ਤੇ ਵੰਡ ਜੂ 5 ਸਾਲ ਕੋਈ, ਤੇ ਜੇ ਅਗਲੇ ਸਾਲ ਚ ਭੁੱਖਾ ਕਿਤੇ ਮਰੂ ਬੰਦਾ ਫਿਰ ਕੀ ਕਰੂਗਾ। ਨਹੀਂ ਪਰ ਇਹ ਚਾਹੇ ਬਾਦਲ 5 ਸਾਲ ਚ ਕੰਮ ਖੋਲਣ ਕੋਈ, ਹਾਂਜੀ ਸਰਕਾਰ ਚਾਹੇ ਬਾਦਲ ਦੀ ਹੋਵੇ ਚਾਹੇ ਕਾਂਗਰਸ ਦੀ ਹੋਵੇ, ਮੈਂ ਗੱਲ ਇਹ ਕਰਦਾ ਵੀ ਜਿਹੜੀ ਇਹ ਸਰਕਾਰਾਂ ਨੂੰ ਜਾਂ ਜਿਹੜੇ ਉਸ ਵੇਲੇ ਇਲੈਕਸ਼ਨ ਲੜਦੇ ਉਹਨਾਂ ਨੂੰ ਇਹੋ ਜਿਹੇ ਵਾਅਦੇ ਕਰਨੇ ਨਹੀਂ ਚਾਹੀਦੇ, ਅਤੇ ਲੋਕਾਂ ਦਾ ਵੀ ਫਰਜ਼ ਬਣਦਾ ਵੀ ਉਹ ਇਹੋ ਜਿਹੇ ਜਿਹੜੇ ਮਤਲਬ ਲਾਲਚ ਦਿੱਤੇ ਜਾਂਦੇ ਉਹਦੇ ਵਿੱਚ ਨਾ ਫਸਣ, ਲੋਕ ਵੀ ਤਾਂ ਫਸਦੇ ਆ ਨਾ।
ਨਹੀਂ ਜੀ ਭੋਲੇ ਜੀ ਭੋਲੇ ਬਿਲਕੁਲ ਜੀ, ਜਿੱਦਾਂ ਮਰਜ਼ੀ ਹੈ ਨਾ। ਦੇਖੋ 5 ਸਾਲ 'ਚ ਜਿੱਦਾਂ ਮਤਲਬ ਬੱਚਾ ਜੀ ਅੱਜ 10 ਸਾਲ ਦਾ ਨਾ, ਤੇ ਉਹਦੇ 5 ਸਾਲ ਇਲੈਕਸ਼ਨ ਉਹਨੇ 15 ਸਾਲ ਦਾ ਹੋਣਾ, ਤੇ ਦੂਜੀ ਇਲੈਕਸ਼ਨ ਉਹਨੇ ਉਹਦੀ ਵੋਟ ਬਣ ਜਾਣੀ ਆ, ਹੈ ਨਾ। ਠੀਕ ਹੈ, ਦੱਸੋ ਵੀ ਉਹਦਾ ਉਹਦਾ 5-7 ਸਾਲ 'ਚ 10 ਸਾਲ 'ਚ ਉਹਦਾ ਕੀ ਤਜਰਬਾ ਹੋਊ ਬੱਚੇ ਦਾ, ਬੱਚਾ ਤੇ ਪੜ੍ਹ ਲਿਆ ਉਹਦੀ ਵੋਟ, ਉਹਦੀ ਵੋਟ ਪੈ ਕੇ ਉਹਨੇ ਮਗਰ ਲੱਗ ਗਿਆ ਜੀ ਸਹੀ ਬੋਲਦੇ ਆ ਨਾ, ਮਗਰ ਲੱਗ ਕੇ ਵੋਟਾਂ ਪਾਉਣੀਆਂ। ਹਾਂਜੀ, ਇਸ ਕਰਕੇ ਇਹਦੇ ਪਰ ਜਿਹੜੇ ਮਤਲਬ ਸਿਆਣੇ ਬਰਾਬਰ ਜਦੋਂ ਜਿਹੜੇ ਨੂੰ ਲਾਲਚ ਚ ਆਉਂਦੇ ਆ ਸ਼ਰਾਬ ਦੀ ਬੋਤਲ ਤੇ ਡੁੱਲ ਜਾਂਦੇ ਆ ਜਾਂ ਹੋਰ ਲਾਲਚ ਜਦੋਂ ਪੈਸੇ ਦਿੰਦੇ ਆ ਵੀ ਇੱਕ ਇੱਕ ਬੋਰਡ ਦੇ, ਮੈਂ ਇਹ ਦੇਖਿਆ ਵੀ 5-5 ਹਜ਼ਾਰ ਦੀ ਵੀ ਇੱਕ ਇੱਕ ਬੋਰਡ ਵਿਕੀ ਆ, 10-10 ਹਜ਼ਾਰ ਦੀ ਵੀ ਵਿਕੀ ਆ, ਤੇ ਕਈ ਕਈ 10-10 ਹਜ਼ਾਰ ਦੀ ਬੋਰਡ ਤੇ ਬਹੁਤ ਵੱਡੀ ਗੱਲ, ਸ਼ਰਾਬ ਦੀ ਬੋਤਲ ਬਹੁਤ ਵੱਡੀ ਆ। ਤੁਸੀਂ ਵੇਖਿਆ ਨੀ ਆ ਪਿੱਛੇ ਦੇ ਪਕੌੜਿਆਂ ਦੀ ਪਰਾਤ ਆਉਣ ਦੀ ਤੇ ਕਿੱਦਾਂ ਪੈ ਗਏ, ਜਿੱਦਾਂ ਪਤਾ ਨੀ ਕੀ ਵੇਖਿਆ ਕੁਛ ਨੀ, ਪਕੌੜੇ ਦੇ ਮਾਰੇ ਮਰਨੇ ਨੇ, ਬੋਤਲ ਤੇ ਬਹੁਤ ਵੱਡੀ ਗੱਲ ਆ। ਤੇ ਹਾਂਜੀ, ਇਸ ਕਰਕੇ ਜਿਹੜਾ ਸਿਸਟਮ ਦੇ ਵਿੱਚ ਤਬਦੀਲੀ ਨਹੀਂ ਹੋ ਰਹੀ ਤੇ ਇਸ ਕਰਕੇ ਸਾਡੇ ਨਾਲ ਇਹੋ ਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਤੇ ਉਹਦਾ ਕੋਈ ਹੱਲ ਨਹੀਂ ਲੱਭ ਰਿਹਾ। ਬਾਕੀ ਆਪਣੇ ਲੋਕ ਵੀ ਆਦੀ ਹੋ ਚੁੱਕੇ ਜੀ, ਹਾਂ ਆਪਣੇ ਲੋਕ ਵੀ ਆਦੀ ਹੋ ਚੁੱਕੇ ਆ ਭ੍ਰਿਸ਼ਟਾਚਾਰ ਦੇ। ਹਾਂਜੀ ਠੀਕ ਹੈ, ਉਹਨਾਂ ਦੇ 5 ਸਾਲ ਵੋਟਾਂ ਪਾਓ ਖਾਓ ਵੀ ਉਹਦੇ ਬਾਅਦ 5 ਸਾਲ ਜਿੱਦਾਂ ਨਿਕਲਦੇ ਕੱਢੀ ਜਾਓ ਆਪਣੇ, ਕਿਉਂ ਹਰ ਚੌਕੀਦਾਰ ਤੋਂ ਲੈ ਕੇ ਰਿਸ਼ਵਤ ਚੱਲ ਰਹੀ ਹੈ ਜੀ ਮੁੱਖ ਮੰਤਰੀ ਤੱਕ, ਚੌਕੀਦਾਰ ਤੋਂ ਲੈ ਕੇ। ਦੱਸੋ ਤੁਸੀਂ ਚੌਕੀਦਾਰ ਨੂੰ ਜੇ ਤੁਸੀਂ ਨਾ ਨਾ ਦੋਗੇ 200 ਰੁਪਈਆ ਤੁਹਾਡੇ ਬੱਚੇ ਦਾ ਨਾਂ ਰਜਿਸਟਰ ਹੁੰਦਾ। ਹਾਂਜੀ ਠੀਕ ਹੈ, ਤੇ ਇੱਥੇ ਕੰਮ ਕੰਮ ਗਿਰ ਚੁੱਕਾ, ਕੀ ਕਰੋਗੇ ਤੁਸੀਂ? ਪ੍ਰਗਟ ਸਿੰਘ ਜੀ ਉਹ ਜਿਹੜਾ ਚੌਕੀਦਾਰ ਵਾ, ਹਾਂਜੀ ਨਿਗੇ ਜੇ 200 ਰੁਪਈਏ ਦੀ ਪ੍ਰੋਬਲਮ ਪਾਈ ਉਹਨੇ ਨਾਂ ਦਰਜ ਨਹੀਂ ਕਰਨਾ, ਜਦੋਂ ਬੱਚੇ ਨੂੰ ਬਾਅਦ 'ਚ ਬਾਹਰ ਵਾਸਤੇ ਡਾਕੂਮੈਂਟ ਚਾਹੀਦਾ, ਜਨਮ ਤਰੀਕ ਚਾਹੀਦੀ ਆ, ਤਾਂ ਉਹਦਾ ਨਾਂ ਹੀ ਨਹੀਂ ਹੋਣਾ, ਕੁਛ ਹੋਣਾ ਨਹੀਂ। ਤੁਸੀਂ ਭੱਜੇ ਫਿਰ ਉਹ 200 ਦਾ ਥਾਂ ਤੁਸੀਂ ਉਹਦਾ ਤੁਹਾਨੂੰ 40 ਹਜ਼ਾਰ ਰੁਪਈਆ ਦੇਣਾ ਮੈਂ। ਹਾਂ ਜਾਣੀ ਜਦੋਂ ਉੱਥੇ ਜਾ ਕੇ ਉਹਦਾ ਮਤਲਬ ਬਰਥ ਸਰਟੀਫਿਕੇਟ ਕਢਾਉਣਾ ਤਾਂ ਮਿਲਣਾ ਹੀ ਨਹੀਂਗਾ। ਹਾਂਜੀ ਹੈਲੋ ਹੈਲੋ ਜੀ, ਹਾਂਜੀ ਹਾਂਜੀ ਭਾਈ ਸਾਹਿਬ ਜੀ, ਹਾਂਜੀ ਹਾਂਜੀ ਠੀਕ ਹੋ? ਹਾਂਜੀ ਹਾਂਜੀ ਨੈਟਵਰਕ ਤਾਂ ਕਰਿਆ ਹੋਇਆ, ਹਾਂ ਵਿੱਚ ਹੋਰ ਗੱਲਾਂ ਆਉਣੀਆਂ ਫਿਰ ਅਸੀਂ ਕਿਹਾ ਵੀ ਚਲੋ ਠੀਕ, ਧੰਨਵਾਦ ਜੀ, ਆਪ ਜੀ ਬਹੁਤ ਬਹੁਤ ਧੰਨਵਾਦ ਜੀ, ਆਪ ਜੀ। ਤੇ ਬਘੇਲ ਸਿੰਘ ਨਾਲ ਕਰੀ ਗੱਲ ਕਰਾ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਘੇਲ ਸਿੰਘ ਜੀ ਕਰਾਉਣੇ, ਹਾਂਜੀ ਦਰਸ਼ਕੋ, ਇਹ ਸਨ ਭਾਈ ਪ੍ਰਗਟ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ, ਅਤੇ ਗੱਲਬਾਤ ਦੇ ਵਿੱਚ ਉਹਨਾਂ ਨੇ ਜਿਹੜੇ ਜਿੰਨੇ ਵੀ ਬੰਦਿਆਂ ਨੇ ਉੱਥੋਂ ਗੱਲਬਾਤ ਕੀਤੀ ਸਾਰਿਆਂ ਨੇ ਇਹ ਗੱਲ ਕਿਹਾ ਕਿ ਜਿਹੜਾ ਸਿਸਟਮ ਆ ਇਹਦੇ ਵਿੱਚ ਸੁਧਾਰ ਲਿਆਉਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਜਿੱਥੇ ਪੋਲੀਟੀਸ਼ੀਅਨ ਜ਼ਿੰਮੇਵਾਰ ਆ ਉੱਥੇ ਅਸੀਂ ਆਪ ਵੀ ਜ਼ਿੰਮੇਵਾਰ ਆ। ਸੋ ਇਸ ਕਰਕੇ ਕਈ ਵਾਰੀ ਜਿਹੜੀ ਆਪਾਂ ਜਦੋਂ ਗੱਲ ਕਰਦੇ ਹਾਂ ਅਤੇ ਉਹਦੇ ਵਿੱਚ ਕਈ ਵਾਰੀ ਸਾਡਾ ਆਪ ਦਾ ਵੀ ਰੋਲ ਬਣਦਾ ਆ। ਅਤੇ ਬਹੁਤ ਵਧੀਆ ਸੁਝਾਅ ਦਿੱਤਾ ਉਹਨਾਂ ਨੇ ਆਪਣੇ ਭਾਈ ਵੀਰਾਂ ਨੇ ਜਿਹੜੇ ਇਟਲੀ ਤੋਂ ਗੱਲਬਾਤ ਕਰ ਰਹੇ ਆ ਕਿ ਜੇ ਜਦੋਂ ਆਪਾਂ ਜੇ ਆਪਾਂ ਬੋਰ ਦੀ ਗੱਲ ਕਰ ਲਈਏ ਵੀ ਉਹਦਾ ਪਾਈਪ ਜੇ ਉੱਚਾ ਰੱਖਿਆ ਜਾਵੇ ਤਾਂ ਕਿਸੇ ਲਈ ਵੀ ਜਿਹੜਾ ਆ ਮਤਲਬ ਖਤਰਾ ਨਹੀਂ ਬਣ ਸਕਦਾ। ਪਰ ਉੱਥੇ ਮੈਂ ਦੇਖਿਆ ਵੀ ਪੰਜਾਬ ਦੇ ਵਿੱਚ ਜਾਂ ਏਸ਼ੀਆ ਦੇ ਵਿੱਚ ਲਾ ਲਓ ਵੀ ਜਿਹੜੇ ਆ ਫਾਟਕ ਆ ਪਿੰਡਾਂ ਵਿੱਚ ਨੂੰ ਜਾਂਦੇ ਹਾਂ, ਕਈ ਥਾਈ ਇਹੋ ਜਿਹੀਆਂ ਮਤਲਬ ਜਿੱਥੋਂ ਦੀ ਰੇਲ ਲੰਘਦੀ ਆ ਫਾਟਕ ਹੀ ਹੈ ਨਹੀਂ ਗਾ, ਅਤੇ ਉਹ ਕੀ ਕਰੂੰਗੇ? ਬਾਕੀ ਸਾਰਾ ਕੁਝ ਠੀਕ ਹੁੰਦਾ, ਫਾਟਕ ਹੈ ਨਹੀਂ ਗਾ। ਅਤੇ ਉਹ ਇਹੋ ਜਿਹੀਆਂ ਘਟਨਾਵਾਂ ਉੱਥੇ ਪਸ਼ੂ ਵੀ ਉੱਦਾਂ ਤੁਰੇ ਫਿਰਦੇ ਆ ਸੜਕਾਂ 'ਤੇ, ਚਾਹੇ ਉਹ GT ਰੋਡ ਆ, ਚਾਹੇ ਆ ਮਤਲਬ ਰੇਲਵੇ ਲਾਈਨ ਆ, ਚਾਹੇ ਕੋਈ ਵੀ ਆ। ਅਤੇ ਸਿਸਟਮ ਦੇ ਵਿੱਚ ਸੁਧਾਰ ਜਾਂ ਇਹ ਲਾ ਲਓ ਵੀ ਬੱਸੋਂ ਬਹੁਤ ਜ਼ਿਆਦਾ ਆ, ਜਾਂ ਇਹ ਲਾ ਲਓ ਵੀ ਲੋਕ ਆਦੀ ਹੋ ਗਏ ਆ
ਵੀ ਉਹ ਇਹਨੂੰ ਜਿਹੜਾ ਆ ਜਿੱਦਾਂ ਕੁਛ ਵੀ ਬਦਲਣਾ ਨਹੀਂ ਚਾਹੁੰਦੇ, ਉੱਦਾਂ ਦੇ ਹੀ ਰਹਿਣਾ ਚਾਹੁੰਦੇ ਆ। ਅਤੇ ਠੀਕ ਹੈ, ਦੁਨੀਆ ਜਿੱਦਾਂ ਹੁਣ ਪੜ੍ਹ ਲਿਖ ਵੀ ਗਈ ਆ, ਜੇ ਆਪਾਂ ਕਹੀਏ ਮਸ਼ੀਨਰੀ ਯੁੱਗ ਆ ਗਿਆ ਆ ਅਤੇ ਸਾਰਾ ਕੁਛ ਹੈਗਾ ਆ, ਲੇਕਿਨ ਫਿਰ ਵੀ ਜਿਹੜੀ ਗੱਲਬਾਤ ਆ ਜਿੱਦਾਂ ਮਤਲਬ ਉੱਥੇ ਦੀ ਉੱਥੇ ਹੀ ਟਿੱਕੀ ਹੋਈ ਆ। ਸੋ ਅਸੀਂ ਆਵਾਜ਼ ਕੌਮ ਵੱਲੋਂ ਵੀ ਜਿਹੜਾ ਆ ਇਹੀ ਬੇਨਤੀ ਕਰਾਂਗੇ, ਅਰਦਾਸ ਵੀ ਕਰਾਂਗੇ ਕਿ ਜਿਹੜਾ ਫਤਿਹ ਵੀਰ ਬੱਚਾ ਆ 2 ਸਾਲ ਦਾ, ਪਰਮਾਤਮਾ ਕਰੇ ਕਿ ਉਹ ਸਹੀ ਸਲਾਮਤ ਬਾਹਰ ਨਿਕਲ ਆਵੇ, ਅਤੇ ਜਿਹੜੇ ਉਹਦੇ ਮਾਂ ਬਾਪ ਆ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਅੱਜ ਉਹਦਾ ਜਨਮ ਦਿਨ ਸੀਗਾ, ਅਤੇ ਲੇਕਿਨ ਕੱਲ੍ਹ ਪੂਰੀ ਉਮੀਦ ਸੀਗੀ ਵੀ ਹਾਂ ਹੁਣ ਜਿਹੜਾ ਆ ਸਿਸਟਮ ਆ ਜਿਹੜੇ ਲੱਗੇ ਹੋਏ ਆ ਵੀ ਇਹ ਜ਼ਰੂਰ ਇਹਦਾ ਹੱਲ ਲੱਭ ਲਉਗੇ, ਕਰ ਲਉਗੇ ਵੀ ਹਾਂ ਬਈ ਬੱਚਾ ਬਾਹਰ ਆ ਜਾਊਗਾ ਅਤੇ ਅੱਜ ਉਹ ਘਰ ਦੇ ਵਿੱਚ ਆਪਣਾ ਜਨਮ ਦਿਨ ਮਨਾਊਗਾ। ਪਰ ਨਹੀਂ ਹੋਈ ਉਹ ਸਫਲਤਾ ਜਿਹੜੀ ਆ ਨਹੀਂ ਮਿਲੀ, ਅਤੇ ਹਾਲੇ ਵੀ ਮਤਲਬ ਜੇ ਜਿਹੜਾ ਇਸ ਵੇਲੇ ਵੀ ਸਮਾਂ ਆ ਅਤੇ ਉਹ ਕੰਮ ਉਸੇ ਤਰ੍ਹਾਂ ਚੱਲ ਰਿਹਾ, ਕਿੱਧਰ ਨੂੰ ਟੋਏ ਪੱਟੀ ਜਾਂਦੇ ਆ, ਕੀ ਕਰੀ ਜਾਂਦੇ ਆ, ਲੋਕ ਪਰੇਸ਼ਾਨ ਹੋਏ ਆ, ਲੋਕ ਹਾ ਅੱਕ ਹਾਰ ਕੇ ਜਿੱਦਾਂ ਬਾਹਰ ਆ ਕੇ ਇਹ ਵੀ ਬਿਆਨ ਦੇਣ ਲੱਗ ਆਇਆ ਵੀ ਹਾਂ ਇਹ ਜਿਹੜਾ ਸਹੀ ਨਹੀਂ ਕਰ ਰਿਹਾ ਕੰਮ, ਇਹਨਾਂ ਨੂੰ ਸਹੀ ਕਰਨਾ ਚਾਹੀਦਾ, ਇਹ ਅਣਜਾਣ ਬੰਦੇ ਆ ਜਿਹੜੇ ਸਹੀ ਬੰਦਿਆਂ ਨੂੰ ਜਾਣਕਾਰੀ ਆ, ਉਹਨਾਂ ਦੀ ਸਲਾਹ ਹੀ ਨਹੀਂ ਲੈ ਰਿਹਾ, ਆਪਣੇ ਆਪ ਹੀ ਜੋ ਕਰਨਾ ਆ ਕਰੀ ਜਾਂਦੇ ਆ। ਸੋ ਇਸ ਕਰਕੇ ਸਾਰੇ ਹੀ ਕਿਤੇ ਨਾ ਕਿਤੇ ਮਤਲਬ ਇਹਦੀ ਜਿਹੜੀ ਆ ਜ਼ਿੰਮੇਵਾਰੀ ਬਣਦੀ ਆ ਵੀ ਇਹਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਵੇ। ਸੋ ਅਸੀਂ ਪ੍ਰੋਗਰਾਮ ਦੇ ਤਕਰੀਬਨ ਆਖਰ ਦੇ ਵਿੱਚ ਆ, ਜੇ ਦੇਖਦੇ ਹਾਂ ਜੇ ਕੋਈ ਹੋਰ ਕਾਲ ਆਉਂਦੀ ਹੈ ਤਾਂ ਆਪਾਂ ਜ਼ਰੂਰ ਉਹਨਾਂ ਦੇ ਵੀ ਵਿਚਾਰ ਲਵਾਂਗੇ। ਸੋ ਇਸ ਤਰ੍ਹਾਂ ਹੀ ਜਿਵੇਂ ਤੁਹਾਨੂੰ ਬੇਨਤੀ ਕੀਤੀ ਆ ਕਿ ਇਹ ਜਿਹੜਾ ਪ੍ਰੋਗਰਾਮ ਆ ਅਸੀਂ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਆਪ ਜੀ ਦੇ ਸਾਹਮਣੇ ਲੈ ਕੇ ਆਉਂਦੇ ਹਾਂ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਹਾਲੇ ਪ੍ਰੋਗਰਾਮ ਨੂੰ ਜਿੱਦਾਂ ਮੁੱਦਾ ਕੋਈ ਰੱਖਣਾ ਚਾਹੁੰਦੇ ਆ, ਇਸ ਮੁੱਦੇ ਦੇ ਵਿੱਚ ਆਪਣੇ ਵੱਲੋਂ ਕੋਈ ਗੱਲ ਰੱਖਣੀ ਚਾਹੁੰਦੇ ਆ, ਅਤੇ ਉਹ ਸਾਨੂੰ ਜ਼ਰੂਰ ਈਮੇਲ ਕਰ ਸਕਦੇ ਆ, ਟੈਲੀਫੋਨ ਕਰਕੇ ਦੱਸ ਸਕਦੇ ਆ, ਅਤੇ ਜਾਂ ਜੇ ਮਤਲਬ ਲਿਖ ਕੇ ਭੇਜ ਸਕਦੇ ਆ ਤਾਂ ਵੀ, ਤਾਂ ਕਿ ਆਪਾਂ ਜਿੱਦਾਂ ਜੇ ਵਿਦੇਸ਼ਾਂ ਦੇ ਵਿੱਚ ਸਾਨੂੰ ਕੋਈ ਜਿਹੜੇ ਮਸਲੇ ਸਾਹਮਣੇ ਆ ਰਹੇ ਆ ਉਹਦੇ 'ਤੇ ਵੀ ਆਪਾਂ ਵਿਚਾਰ ਕਰ ਸਕਦੇ ਹਾਂ। ਸੋ ਆਖਰ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ, ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਗੁਰੂ ਮਹਾਰਾਜ ਕਿਰਪਾ ਕਰਨ, ਇਹ ਜਿਹੜਾ ਸੰਗਰੂਰ ਦੇ ਵਿੱਚ ਘਟਨਾ ਵਾਪਰੀ ਆ ਅਤੇ ਉੱਥੇ ਬੋਰ ਦੇ ਵਿੱਚ ਬੱਚਾ ਜਿਹੜਾ ਫਤਿਹ ਵੀਰ ਸਿੰਘ ਡਿੱਗਿਆ ਹੋਇਆ ਉਹ ਸਹੀ ਸਲਾਮਤ ਬਾਹਰ ਆ ਜਾਵੇ, ਅਤੇ ਜਿਹੜੇ 5 ਦਿਨ ਹੋ ਗਏ ਲੱਗੇ ਹੋਏ ਆ ਇਹਨਾਂ ਨੂੰ ਵੀ ਸਫਲਤਾ ਮਿਲੇ, ਅਤੇ ਪਰਿਵਾਰ ਨੂੰ ਵੀ ਉਹ ਖੁਸ਼ੀ ਮੁੜ ਕੇ ਦੁਬਾਰਾ ਮਿਲ ਜਾਵੇ ਕਿ ਉਹਨਾਂ ਦਾ ਜੋ 2 ਸਾਲ ਦਾ ਬੱਚਾ ਜਿਹੜਾ ਆ ਉਹ ਬਚ ਜਾਵੇ। ਸੋ ਇੱਥੇ ਹੀ ਖਿਮਾ ਦੇ ਜਾ ਚੁੱਕਿਆ, ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਆਵਾਜ਼ ਕੌਮ ਟੀ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।